ਹਉਮੈ ਦੀਰਘ ਰੋਗ ਤੋਂ ਬਚਾਓ ਲਈ, ਇਸ ਮਹਾਂਦੋਸ਼ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਸਤਿਗੁਰ ਜੀ ਦੁਆਰਾ ਬਖਸ਼ਿਸ਼ ਕੀਤੇ ਹੋਏ ਸਾਧਨਾਂ ਦੇ ਵਿੱਚੋਂ ਪਹਿਲਾ ਸਾਧਨ ਆਪਾਂ ਵਿਚਾਰਨਾ ਕੀਤਾ ਹੈ, ਸਤਸੰਗਤ। ਸੋ ਹੁਣ ਨਾਮ ਜਪ ਦੁਆਰਾ ਹਉਮੈ ਦੇ ਅਭਾਵ ਦੇ ਪ੍ਰਥਾਏ ਗੁਰਬਾਣੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰਾਂਗੇ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਹਉਮੈ ਤੋਂ ਛੁਟਕਾਰੇ ਦਾ ਸਾਧਨ ਦੱਸਦੇ ਹੋਏ ਸ੍ਰੀ ਰਾਗ ਵਿੱਚ ਫਰਮਾਨ ਕਰਦੇ ਹਨ ਕਿ ਪਿਆਰ ਵਿੱਚ ਭਿੱਜ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਨਾਲ, ਗੁਰੂ ਦੇ ਸ਼ਬਦ ਦਾ ਜਾਪ ਕਰਨ ਦੇ ਨਾਲ ਹਉਮੈ ਸੜ ਜਾਂਦੀ ਹੈ, ਭਾਵ ਮੈਂ ਮੇਰੀ ਦਾ ਅਭਾਵ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਬਿਨ ਪ੍ਰੀਤੀ ਭਗਤ ਨਾ ਹੋਵਈ, ਬਿਨ ਸ਼ਬਦ ਹੈ ਥਾਂ ਨਾ ਪਾਏ, ਸ਼ਬਦੇ ਹਉਮੈ ਮਾਰੀਏ, ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ। ਹਉਮੈ ਅਤੇ ਮੈਂ ਮੇਰੀ ਦੀ ਪਕੜ ਬੜੀ ਮਨ ਨੂੰ ਮੋਹਣ ਵਾਲੀ ਹੈ। ਜਿਹੜੇ ਬੰਦੇ ਬੇਮੁਖ ਹਨ ਉਹਨਾਂ ਨੂੰ ਹਉਮੈ ਨੇ ਮੋਹਿਆ ਹੀ ਨਹੀਂ, ਸਗੋਂ ਖਾ ਲਿਆ ਹੈ। ਜਿਨ੍ਹਾਂ ਨੇ ਪਰਮੇਸ਼ਰ ਜੀ ਦਾ ਦਰ ਛੱਡ ਕੇ, ਪਰਮੇਸ਼ਰ ਜੀ ਦਾ ਪੱਲਾ ਛੱਡ ਕੇ ਮਾਇਆ ਨਾਲ ਪ੍ਰੀਤੀ ਕੀਤੀ ਹੈ, ਮਾਇਆ ਨਾਲ ਪਿਆਰ ਪਾਇਆ ਹੈ, ਉਹਨਾਂ ਨੂੰ ਹਉਮੈ ਐਸੀ ਚੰਬੜੀ ਹੈ ਕਿ ਉਹ ਕਦੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੇ। ਪਰ ਜੇ ਗੁਰੂ ਦੇ ਸ਼ਬਦ ਭਾਵ ਨਾਮ ਦਾ ਪੱਲਾ ਫੜ ਲਿਆ ਜਾਵੇ, ਨਾਮ ਦਾ ਆਸਰਾ ਲੈ ਲਿਆ ਜਾਵੇ, ਨਾਮ ਦੀ ਓਟ ਤੱਕ ਲਈ ਜਾਵੇ, ਤਦ ਨਾਮ ਸਿਮਰਨ ਦੀ ਬਰਕਤ ਨਾਲ ਹਉਮੈ ਨੂੰ ਪੂਰਨ ਤੌਰ ਤੇ ਸਾੜਿਆ ਜਾ ਸਕਦਾ ਹੈ। ਹੰਕਾਰ ਦਾ ਮਨ ਤੋਂ ਪ੍ਰਭਾਵ ਖਤਮ ਹੁੰਦੇ ਹੀ, ਹਉਮੈ ਦਾ ਪ੍ਰਭਾਵ ਖਤਮ ਹੁੰਦੇ ਸਾਰ ਹੀ ਤਨ ਅਤੇ ਮਨ ਪਵਿੱਤਰ ਹੋ ਜਾਂਦੇ ਹਨ ਅਤੇ ਮਨ ਵਿੱਚ ਨਾਮ ਟਿਕ ਜਾਂਦਾ ਹੈ। ਗੁਰਦੇਵ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਫਰਮਾਨ ਹੈ ਕਿ ਮਾਇਆ ਨੂੰ ਮਾਰਨ ਵਾਲਾ ਮਸਾਲਾ ਕੇਵਲ ਤੇ ਕੇਵਲ ਪਰਮੇਸ਼ਰ ਜੀ ਦਾ ਨਾਮ ਹੀ ਹੈ। ਹਉਮੈ ਮਮਤਾ ਮੋਹਣੀ, ਮਨ ਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਚਿਤ ਲਾਏ ਦੇ, ਤਿਨਾ ਵਿਆਪ ਰਹੀ ਲਪਟਾਏ, ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਹਉਮੈ ਦੀ ਖਿੱਚ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਹਉਮੈ ਕਰਕੇ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਫਸ ਜਾਂਦਾ ਹੈ। ਆਪਣੇ ਜ਼ੋਰ ਨਾਲ ਨਾ ਹਉਮੈ ਨੂੰ ਮਾਰਿਆ ਜਾ ਸਕਦਾ ਹੈ, ਨਾ ਹੀ ਕਿਸੇ ਦੁਕਾਨ ਤੇ ਵੇਚ ਕੇ ਇਸ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ, ਭਾਵ ਕਿਸੇ ਨੂੰ ਦੁਕਾਨ ਤੇ ਵੇਚ ਕੇ ਦੂਸਰੇ ਦੇ ਗਲ ਪਾ ਦੇਈਏ ਤੇ ਆਪਣਾ ਪਿੱਛਾ ਛੁਡਾ ਲਈਏ, ਇਹ ਵੀ ਸੰਭਵਤਾ ਨਹੀਂ ਹੈ। ਜੇ ਇਸ ਤੋਂ ਛੁਟਕਾਰਾ ਪ੍ਰਾਪਤ ਕਰਨਾ ਹੈ, ਹਉਮੈ ਤੋਂ ਨਿਜਾਤ ਲੈਣੀ ਹੈ, ਫਿਰ ਕੇਵਲ ਨਾਮ ਜਪ ਕੇ ਹੀ ਇਹ ਛੁਟਕਾਰਾ ਪਾਇਆ ਜਾ ਸਕਦਾ ਹੈ। ਨਾਮ ਜਪਣ ਨਾਲ ਹਉਮੈ ਸੜ ਜਾਂਦੀ ਹੈ, ਤਨ ਤੇ ਮਨ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪਵਿੱਤਰ ਹੋ ਜਾਂਦੇ ਹਨ। ਹਉਮੈ ਨੂੰ ਮਾਰਨ ਵਾਲਾ ਮਸਾਲਾ ਨਾਮ ਹੀ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ 853 ਪੰਨੇ ਉੱਪਰ ਹੋਰ ਬਚਨ ਕਰਦੇ ਹਨ, ਹਉਮੈ ਮਾਇਆ ਮੋਹਣੀ ਦੂਜਾ ਲੱਗੀ ਜਾਏ, ਨਾ ਇਹ ਮਾਰੀ ਨਾ ਮਰੈ ਨਾ ਇਹ ਹੱਟ ਵਕਾਏ, ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ, ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ। ਸਾਹਿਬ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਹੈ ਕਿ ਜੋ ਕਰਤਾ ਪੁਰਖ ਕਰਦਾ ਹੈ ਉਹ ਨਿਸ਼ਚੇ ਹੁੰਦਾ ਹੈ, ਪਰ ਇਸ ਅਸਲੀਅਤ ਤੋਂ ਉਹ ਮਨੁੱਖ ਹੀ ਜਾਣੂ ਹੋ ਸਕਦਾ ਹੈ ਜੋ ਨਾਮ ਦੁਆਰਾ ਹਉ ਹੰਗਤਾਂ ਨੂੰ ਨਾਸ਼ ਕਰ ਦਿੰਦਾ ਹੈ। ਕਰਤਾ ਕਰੇ ਸੋ ਨਿਸ਼ਚੋ ਹੋਵੇ, ਗੁਰ ਕੇ ਸ਼ਬਦੇ ਹਉਮੈ ਖੋਵੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਮਾਇਆ ਦੀ ਸ਼ਕਤੀ ਦੇ ਬਲ ਦਾ ਪ੍ਰਗਟਾਵਾ ਕਰਦੇ ਹੋਏ ਫਰਮਾਨ ਕਰਦੇ ਹਨ ਕਿ ਇਸ ਮਾਇਆ ਨੇ ਸਾਰਾ ਤ੍ਰੈਗੁਣੀ ਸੰਸਾਰ, ਚਾਰੇ ਕੁੰਡਾਂ ਭਾਵ ਸਾਰੇ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਜਗ ਕਰਨ ਵਾਲੇ, ਤੀਰਥਾਂ ਦੇ ਇਸ਼ਨਾਨੀ, ਤਪ ਸਾਧਨ ਵਾਲੇ, ਜਪੀ ਤਪੀ, ਉਹ ਵੀ ਮਾਇਆ ਦੇ ਪ੍ਰਭਾਵ ਤੋਂ ਬਚ ਨਹੀਂ ਸਕੇ। ਇਹ ਜੀਵ ਵਿਚਾਰੇ ਦਾ ਇਸ ਮਾਇਆ ਅੱਗੇ ਕੀ ਜ਼ੋਰ ਚੱਲ ਸਕਦਾ ਹੈ? ਮਾਇਆ ਦੀ ਸ਼ਕਤੀ ਬਹੁਤ ਪ੍ਰਬਲ ਹੈ, ਇਸ ਦੇ ਪ੍ਰਭਾਵ ਤੋਂ ਜੀਵ ਬਚ ਨਹੀਂ ਸਕਦਾ। ਪਰ ਗੁਰੂ ਦੀ ਮਿਹਰ ਨਾਲ ਜੇ ਜੀਵ ਆਤਮਾ ਉਸ ਪਰਮ ਆਤਮਾ ਦੀ ਓਟ ਲੈ ਲਵੇ ਅਤੇ ਗੁਰੂ ਦੇ ਬਖਸ਼ਿਸ਼ ਕੀਤੇ ਨਾਮ ਦਾ ਪੱਲਾ ਫੜ ਕੇ ਹਰੀ ਦੇ ਗੁਣ ਗਾਵੇ ਤਾਂ ਮਾਇਆ ਦੀਆਂ ਵਿਆਧੀਆਂ, ਮਾਇਆ ਦੇ ਵਿਸ਼ੇ ਵਿਕਾਰ ਦੂਰ ਹੋ ਜਾਂਦੇ ਹਨ, ਭਾਵ ਹਉਮੈ ਦਾ ਛੁਟਕਾਰਾ ਹੋ ਜਾਂਦਾ ਹੈ। ਮਾਇਆ ਦਾ ਹੀ ਇਹ ਦੂਤ ਹਉਮੈ ਹੈ, ਸੋ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਸਕਦਾ ਹੈ। ਧਨਾਸਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 800 673 ਉੱਪਰ ਅੰਕਿਤ ਹੈ।
जिन कीने वस अपने त्रै गुण भवन चतर संसारा जग इशनान ताप थान खंडे क्या ए जंत विचारा। ते इस दा हल साहिबां ने की दस्या है, प्रभ की ओट गही तो छूटो साध प्रसाद हर 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 गाए बेखै ब्याद तब हुटो। संसार दे विच ओ मनुख ही असली सच्चा है जो हौ हंगता अते पंजा विकारां नू मार लैंदा है। जिथे ओ ऐसा करके आप तरदा है उथे अपने सारे परिवार दा उधार करन दा कारण बन जांदा है। ए पंज काम क्रोध लोभ मोह हंकार अते इन्हां दी बाकी संपदा अते हौ हंगता केवल ते केवल गुरु दे शब्द द्वारा ही मारे जा सकते हैं, होर किसी साधन नाल नहीं। गौड़ी राग विच धन गुरु अमरदास साहब जी का पावन बचन है, सो जन साचा जे हौमै मारै गुर कै शब्द पंच संघारै आप तरै सगले कुल तारै। सूही राग विच धन गुरु रामदास साहब सोढ़ी सुल्तान बारंबार हौमै दे रोग तों बचण दा साधन सानू दसदे हन, साडी झोली खैर पाउंदे हन कि हे हरि दे जनो, जिन्हां दे हिरदे विच मेरा प्रभु वस जांदा है उन्हां दी हौमै ही नहीं सारे दे सारे असुरी संपर्दावां दे रोग मिट जांदे हन अते उन्हां दी आत्मा अरोग हो जांदी है, रोग रहत हो जांदी है, उन्हां हरी जिन्हां नूं परम पद दी प्राप्ति हो जांदी है। की बचन करदे हन धन गुरु रामदास साहब सच्चे पातशाह, जो साहिब श्री गुरु ग्रंथ साहिब जी दे पन्ना 735 उपर अंकत है, जिनके अंतर वसिया मेरा हर हर तिनके सब रोग गवाए ते मुक्त पाए जिन हर नाम ते आया तिन पवित्र परम पद पाए। मेरे राम हर जन आरोग पाए गुर बचनी जिना जपया मेरा हर हर तिनके हौ मैं रोग गए। सतगुरु गुरु नानक पातशाह जी ने प्रभाती राग विच प्रेमा भगती की प्राप्ति हौ हंगतां दे नाश अते मन की थिरता का साधन दर्शाउणा कीता है कि गुरु की दसी चाली अनुसार चलण नाल मनुख नूं प्रेमा भगती की दात प्राप्त हुंदी है। गुरु दे बख्शिश कीते शब्द की कमाई नाल हौमै दा नाश हो जाता है, हौमै खत्म हुंदे ही मन टिकाओ विच आ जाता है ते भटकदा मन टिक जाता है। सतगुरु गुरु नानक पातशाह बचन करते हैं, भाओ भगत गुरमती पाए हौमै विचों शब्द जलाए धावत राखे ठाक रहाए सच्चा नाम मन वसाए। तीसरे गुरदेव धन गुरु अमरदास जी का पावन बचन है कि जिन्हां गुरमुखां ने एकाग्र मन होके प्रभु जी दे नाम नूं सिमरिया है उन्हां दे मुख सच्चे परमात्मा दे दरबार विच सदा उजले हुंदे हन। ओह गुरु प्यारे सच्चे नाम नाल प्रीति करके अमृत रूपी नाम दा स्वाद हमेशा चखदे हन। गुरमुखां दा इज्जत मान लोक परलोक विच सदा ही हुंदा है, इस लई हरि प्रभु दा नाम सदा सदा लई ध्याउणा चाहिए क्योंकि नाम हौ हंगता दी मैल नूं हौमै दी मैल नूं हिरदे विचों धो के बाहर कढ दिंदा है। श्री राग विच धन गुरु अमरदास साहिब जी दा पावन वचन है, जिनी इक मन नाम ते आया गुरमती विचार तिनके मुख सद उजले तित सच्चा दरबार ओए अमृत पीवें सदा सदा सच्चा नाम प्यार भाई रे गुरमुख सदा पत होए हर हर सदा त्याई है मल हौमै कढ़ै धोए। गुजरी राग विच श्री गुरु अर्जन देव जी होर स्पष्टता करते हैं कि हरेक प्राणी हंकार वाली बुद्धि अते माया की प्रवृत्ति विच घिरिया होया है। हंकार बिरती अते माया का गुरूर एक बहुत दीर्घ रोग है। जिस भागां वाले जग्यासू नूं गुरु जी ने नाम दा दारू बख्शिश कर दिता है उस दे ए सारे दुख दूर हो जाते हैं। अहम बुद्ध बहु सघन माया महादीर्घ रोग हर नाम औखद गुर नाम दीनो करण कारण जोग। फिर वाचिए, अहम बुद्ध बहु सघन माया महादीर्घ रोग हर नाम औखद गुर नाम दीनो करण कारण जोग। सारी गुरु की बाणी मार्गदर्शन करती है कि हौ हंगता तो हौमै तो छुटकारा साध संगत सतसंगत अते नाम जप द्वारा प्राप्त किया जा सकता है। सो हर प्राणी मात्र नूं
ਮਾਇਆ ਦੇ ਪੰਜਾਂ ਦੂਤਾਂ ਤੋਂ ਅਤੇ ਹਉਮੈ ਦੇ ਦੀਰਘ ਰੋਗ ਤੋਂ ਬਚਣ ਵਾਸਤੇ ਸਤਸੰਗਤ ਕਰਨੀ ਚਾਹੀਦੀ ਹੈ ਅਤੇ ਨਾਮ ਜਪਣ ਲਈ ਊਠਤ ਬੈਠਤ ਸੋਭਤ ਧਿਆਈਐ ਮਾਰ ਇੱਕ ਚਲਤ ਹਰੇ ਹਰ ਗਾਈਐ ਤਥਾ ਊਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕਿਰਤ ਕਰੀਐ ਦੇ ਧਾਰਨੀ ਬਣ ਕੇ ਮਨੁੱਖਾ ਜਨਮ ਦੀ ਸਫਲਤਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਜੋ ਇਸ ਮਾਰਗ ਦਾ ਧਾਰਨੀ ਬਣ ਜਾਵੇਗਾ ਉਸ ਉੱਪਰ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੀਆਂ ਪੰਕਤੀਆਂ ਢੁੱਕ ਜਾਣਗੀਆਂ। ਵਿਚਾਰ ਕਰ ਰਹੇ ਹਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਹਿਬਾਂ ਦੇ ਬਖਸ਼ੇ ਉਪਦੇਸ਼ ਨੂੰ ਦ੍ਰਿੜ ਕਰਕੇ ਕਿ ਹਉਮੈ ਦੇ ਦੀਰਘ ਰੋਗ ਦੀ ਨਿਰਵਿਰਤੀ ਕਿਸ ਤਰ੍ਹਾਂ ਹੋ ਸਕਦੀ ਹੈ। ਸੋ ਵਾਚਿਆ ਹੈ ਪਿਛਲੇ ਕਾਂਡਾਂ ਵਿੱਚ ਕਿ ਸਭ ਤੋਂ ਪਹਿਲਾ ਸਾਧਨ ਸਤਸੰਗਤ, ਦੂਸਰਾ ਸਾਧਨ ਗੁਰਦੇਵ ਜੀ ਨੇ ਨਾਮ ਜਪ ਦੁਆਰਾ ਇਸ ਹਉਮੈ ਦੀ ਨਿਰਵਿਰਤੀ ਦਾ ਦੱਸਿਆ ਹੈ ਅਤੇ ਤੀਸਰਾ ਸਾਧਨ ਹੁਣ ਵਾਚਨਾ ਕਰੀਏ ਕਿ ਹਉਮੈ ਦੀ ਨਿਰਵਿਰਤੀ ਕਿਸ ਤਰ੍ਹਾਂ ਹੋ ਸਕਦੀ ਹੈ। ਉਹ ਹੈ ਅਰਦਾਸ ਜੋਦੜੀ ਬੇਨਤੀ ਦੇ ਸਦਕਾ। ਜਗਿਆਸੂ ਦੇ ਧੁਰ ਅੰਦਰੋਂ ਆਪਾ ਭਾਵ ਗਵਾ ਕੇ ਨਿਕਲੀ ਹੋਈ ਹੂਕ, ਨਿਕਲੀ ਹੋਈ ਤੜਫ, ਬੇਬਲਤਾ ਵਿੱਚ ਕੀਤੀ ਜੋਦੜੀ, ਬੇਬਲਤਾ ਵਿੱਚ ਬਿਰਹੋਂ ਵਿੱਚ ਭਰੀ ਹੋਈ ਬੇਨਤੀ, ਪਿਆਰ ਵਿੱਚ ਭਿੱਜੀ ਜੋਦੜੀ ਅਤੇ ਆਜ਼ਜ਼ੀ ਵਿੱਚ ਕੀਤੀ ਅਰਜੋਈ, ਆਪਾ ਸਮਰਪਿਤ ਕਰਕੇ ਕੀਤੀ ਅਰਦਾਸ, ਜਦੋਂ ਭਾਖਿਆ ਭਾਉ ਪ੍ਰੇਮ ਰੂਪੀ ਸਾਧਨ ਰਾਹੀਂ ਗੁਰੂ ਚਰਨਾਂ ਵਿੱਚ ਪੁੱਜਦੀ ਹੈ, ਫਿਰ ਸਤਿਗੁਰੂ ਜੀ ਅਰਦਾਸ ਕਰਤਾ ਜਗਿਆਸੂ ਨੂੰ ਆਪਾ ਸਮਰਪਿਤ ਆਜ਼ਜ਼ੀ ਬਿਰਹੋਂ ਬਿਹਬਲਤਾ ਪਿਆਰ ਦੀ ਦਸ਼ਾ ਉੱਪਰ ਤਰੁੱਠ ਕੇ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਨਾਲ ਮਾਲਾਮਾਲ ਕਰ ਦਿੰਦੇ ਹਨ। ਉਹ ਬਖਸ਼ਿਸ਼ਾਂ ਜਿਹੜੀਆਂ ਜਗਿਆਸੂ ਕਈ ਜਨਮਾਂ ਵਿੱਚ ਆਪ ਮਿਹਨਤ ਕਰਕੇ, ਘਾਲ ਕਮਾਈ ਕਰਕੇ, ਘਾਲਣਾ ਕਰਕੇ ਵੀ ਪ੍ਰਾਪਤ ਨਹੀਂ ਕਰ ਸਕਦਾ, ਅਰਦਾਸ ਰਾਹੀਂ ਜੋਦੜੀ ਰਾਹੀਂ ਆਪਾ ਭਾਵ ਗਵਾ ਕੇ ਕੀਤੀ ਬਿਰਹੋਂ ਭਰੀ ਹੂਕ ਭਰੀ ਜੋਦੜੀ ਨਾਲ ਪ੍ਰਾਪਤ ਕਰ ਸਕਦਾ ਹੈ। ਅਰਦਾਸ ਗੁਰੂ ਪਰਮਾਤਮਾ ਪਰਮੇਸ਼ਰ ਜੀ ਅੱਗੇ ਇੱਕ ਰਹਿਮ ਦੀ ਅਪੀਲ ਹੈ ਜਿਸ ਵਿੱਚ ਕੋਈ ਜ਼ੋਰ ਕੋਈ ਹੱਠ ਨਹੀਂ, ਦਾਵਾ ਤੇ ਮਾਣ ਵੀ ਨਹੀਂ, ਨਿਰੋਲ ਆਤਮ ਸਮਰਪਣ ਹੈ। ਆਪਾ ਭਾਵ ਗਵਾ ਕੇ ਆਪਾ ਭਾਵ ਮਿਟਾ ਕੇ ਕੀਤੀ ਹੋਈ ਇੱਕ ਰਹਿਮ ਦੀ ਅਪੀਲ ਹੈ। ਇੱਥੇ ਤਾਂ ਤੁਧ ਭਾਵਸੀ ਦੀ ਬਿਰਤੀ ਬਣਾ ਕੇ ਮੰਗੀ ਹੀ ਜਾਣਾ ਹੈ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ, ਤਥਾ ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣਾ ਰਾਸ। ਸਤਿਗੁਰੂ ਜੀ ਨੇ ਜੋਦੜੀ ਕਰਨ ਦਾ ਤਰੀਕਾ ਦੱਸਿਆ ਹੈ ਕਿ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਅਤੇ ਬਿਰਤੀ ਕਿਸ ਤਰ੍ਹਾਂ ਦੀ ਬਣਾਉਣੀ ਹੈ ਜੋਦੜੀ ਕਰਨ ਲੱਗੇ ਆ? ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਰ, ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀ ਐ। ਮਨ ਵਿੱਚ ਇਹ ਭਾਵ ਰੱਖਣਾ ਹੈ ਕਿ ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਜੋਦੜੀ ਕਰਨੀ ਹੈ ਕਿ ਦਾਤਾ ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਿਖਾਈ। ਸਾਰੇ ਓਟ ਆਸਰੇ ਤਿਆਗ ਕੇ ਪੁਕਾਰਨਾ ਹੈ ਕਿ ਸਤਿਗੁਰੂ ਜੀ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਅਰਦਾਸ ਪੂਰਨ ਚੜ੍ਹਦੀ ਕਲਾ ਭਰੋਸੇ ਸਿਦਕ ਸ਼ਰਧਾ ਭਾਵਨੀ ਵਿੱਚ ਕਰਨੀ ਹੈ। ਅਰਦਾਸ ਕਰਤਾ ਕਦੀ ਵੀ ਨਿਰਾਸ਼ਾਵਾਦੀ ਬਿਰਤੀ ਵਿੱਚ ਨਾ ਜਾਵੇ, ਹਮੇਸ਼ਾ ਆਸ਼ਾਵਾਦੀ ਬਿਰਤੀ ਵਿੱਚ ਰਹਿ ਕੇ ਭਾਈ ਵੀਰ ਸਿੰਘ ਹੋਰਾਂ ਦੀ ਪ੍ਰੇਰਣਾ ਨੂੰ ਸਾਹਮਣੇ ਰੱਖੇ ਜੋ ਉਹਨਾਂ ਆਪਣੀ ਪੁਸਤਕ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਵਿੱਚ ਜਗਿਆਸੂ ਨੂੰ ਦੱਸੀ ਹੈ ਕਿ ਵਿਸ਼ਜਾ ਵਾਂਗ ਦੁਲੀਚੇ ਦਰ ਤੇ, ਵਿਸ਼ਿਆ ਰਹੋ ਮਨ ਵਿਸ਼ਿਆ ਰਹੋ, ਵਿਸ਼ਜਾ ਵਾਂਗ ਦੁਲੀਚੇ ਦਰ ਤੇ, ਵਿਸ਼ਿਆ ਰਹੋ ਮਨ ਵਿਸ਼ਿਆ ਰਹੋ, ਜ਼ੋਰ ਨਾ ਕੋਈ ਹੱਠ ਨਾ ਰੱਤੀ, ਆਪਾ ਭੇਟਾ ਧਰ ਕੇ ਬਹੁ, ਧਰਤੀ ਜਿਵੇਂ ਵਿਸ਼ੀ ਧਰ ਆਸ਼ਾ, ਮੇਰਾ ਮੀਂਹ ਉਡੀਕਾਂ ਵਿੱਚ ਮੇਰਾ ਮੀਂਹ ਵਰਸਾਵਣ ਵਾਲਾ, ਤੁੱਠ ਸੀ ਆਪੇ ਤੇਰਾ ਸ਼ਉ। ਜਦੋਂ ਚੜ੍ਹਦੀ ਕਲਾ ਸਿਦਕ ਭਰੋਸੇ ਸ਼ਰਧਾ ਭਾਵਨੀ ਨਾਲ ਆਪਾ ਭਾਵ ਤਿਆਗ ਕੇ ਨਿਮਰੀ ਭੂਤ ਹੋ ਕੇ ਜਗਿਆਸੂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋਦੜੀ ਕਰਕੇ ਮੰਗੇਗਾ, ਗੁਰੂ ਦਾ ਬਿਰਦ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੇ। ਗੁਰੂ ਪਰਮੇਸ਼ਰ ਆਪਣੇ ਜਨ ਦੀ ਕੀਤੀ ਅਰਦਾਸ ਨੂੰ ਪੂਰੀ ਕਰਦਾ ਹੈ, ਜਨ ਦੀ ਅਰਦਾਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਹੀਂ ਕਰਦਾ। ਸਤਿਗੁਰਾਂ ਦਾ ਵਚਨ ਹੈ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਉਹ ਮਾਲਕ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪ੍ਰਭੂ ਤਾਂ ਵਿਣ ਬੋਲਿਆਂ ਸਭ ਕੁਛ ਜਾਣਦਾ, ਇਹ ਸਮਰੱਥਾ ਰੱਖਦਾ ਹੈ। ਪਰ ਫਿਰ ਵੀ ਪਰਮੇਸ਼ਰ ਜੀ ਨੇ ਇੱਕ ਮਰਿਆਦਾ ਬਣਾਈ ਹੈ, ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਨਿਰੂਪਣ ਕੀਤਾ ਹੈ ਗੁਰੂ ਕੀ ਬਾਣੀ ਵਿੱਚ ਕਿ ਹੇ ਜੀਵ, ਜੋ ਵੀ ਤੇਰੇ ਮਨ ਦੀ ਪੀੜਾ ਹੈ, ਮੰਗ ਹੈ, ਬਿਰਥਾ ਹੈ, ਉਹ ਨਿਸੰਗ ਹੋ ਕੇ ਗੁਰੂ ਦੇ ਚਰਨਾਂ ਵਿੱਚ ਰੱਖ ਦੇ। ਅਤੇ ਨਾਲ ਹੀ ਸਤਿਗੁਰੂ ਜੀ ਨੇ ਸ਼ਰਤ ਰੱਖੀ ਹੈ ਕਿ ਜੀ ਕੀ ਬਿਰਥਾ ਤਦ ਸੁਣੀ ਜਾਏਗੀ ਜੇ ਅਰਦਾਸ ਕਰਤਾ ਆਪਣੀ ਚਤੁਰਾਈ, ਆਪਣੀ ਸਿਆਣਪ ਦਾ ਤਿਆਗ ਕਰਕੇ ਮਾਨ ਤਨ ਧਨ ਗੁਰੂ ਪ੍ਰਾਇਣ ਕਰਕੇ ਅਰਦਾਸ ਕਰੇਗਾ। ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ। ਸਤਿਗੁਰੂ ਦੱਸਦੇ ਨੇ, ਕਹਿੰਦੇ ਨੇ ਕਿ ਹੇ ਜੀਵ, ਜੀ ਕੀ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ। ਸ਼ਰਤ ਕੀ ਹੈ? ਛੋਟ ਸਿਆਣਪ ਸਗਲ ਮਨ ਤਨ ਅਰਪ ਧਰ। ਛੋਟ ਸਿਆਣਪ ਸਗਲ ਮਨ ਤਨ ਅਰਪ ਧਰ। ਪ੍ਰਭੂ ਦਰ ਸੁਣਵਾਈ ਲਈ ਮਨ ਤਨ ਅਰਪ ਧਰ ਦੀ ਲੋੜ ਹੈ। ਅਰਪ ਧਰ ਕਰਨਾ ਹੀ ਔਖਾ ਹੈ। ਜੋ ਚੀਜ਼ ਕਿਸੇ ਨੂੰ ਅਰਪਣ ਕਰ ਦਿੱਤੀ ਜਾਵੇ ਉਸ ਉੱਤੇ ਅਰਪਣ ਕਰਨ ਵਾਲੇ ਦਾ ਆਪਣਾ ਹੱਕ ਖਤਮ ਹੋ ਜਾਂਦਾ ਹੈ। ਸਾਡੇ ਵਿੱਚ ਇਹੋ ਹੀ ਕਮੀ ਹੈ। ਅਸੀਂ ਗੱਲੀ ਬਾਤੀ ਅਰਪ ਧਰ ਵੀ ਕਰਦੇ ਹਾਂ, ਦੇ ਦਿੰਦੇ ਹਾਂ ਆਪਾਂ ਗੁਰੂ ਨੂੰ, ਮੁੜ ਉਸ ਉੱਪਰ ਆਪਣਾ ਪੂਰਾ ਪੂਰਾ ਹੱਕ ਵੀ ਜਤਲਾਉਂਦੇ ਹਾਂ। ਸਾਡੀ ਜ਼ਿੰਦਗੀ ਦਾ ਜੋ ਅਰਪ ਧਰ ਹੈ ਨਾ, ਇਹ ਕੇਵਲ ਇੱਕ ਕਰਮ ਕਾਂਡ ਬਣ ਕੇ ਰਹਿ ਗਿਆ ਹੈ, ਧੁਰ ਅੰਦਰੋਂ ਕਦੇ ਨਹੀਂ ਹੋਇਆ। ਜਦੋਂ ਜੀਵ ਅੰਦਰ ਅਰਪ ਜੀਵ ਅੰਦਰੋਂ ਅਰਪ ਧਰਪ ਕਰ ਦੇਵੇਗਾ, ਫਿਰ ਤਾਂ ਬਾਬਾ ਕਬੀਰ ਜੀ ਦੇ ਕਥਨ ਅਨੁਸਾਰ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਜਦੋਂ ਇਹ ਜੀਵ ਮਨ ਬਚ ਕਰਮ ਕਰਕੇ ਤਾਨ ਮਨ ਧਨ ਅਰਪੀ ਸਭੋ ਸਗਲ ਵਾਰੀ ਹੈ ਇਹ ਜਿੰਦ, ਅਤੇ ਤਾਨ ਮਨ ਧਨ ਗ੍ਰਹਿ ਸੌਂਪ ਸਰੀਰ ਦੀ ਕਾਰ ਕਰ ਲਵੇਗਾ, ਫਿਰ ਤਾਂ ਬਾਬਾ ਕਬੀਰ ਜੀ ਦੇ ਹੁਕਮ ਅਨੁਸਾਰ ਸੋਈ ਸੁਹਾਗਣ ਕਹਿ ਕਬੀਰ, ਜੀਵ ਮਾਲਕ ਦਾ ਰੂਪ ਬਣ ਜਾਵੇਗਾ। ਜਦੋਂ ਮਨ ਬਚ ਕਰਮ ਕਰਕੇ ਅੰਦਰੋਂ ਗੁਰੂ ਦਰ ਪੁਕਾਰ ਕੇ ਤਨ ਮਨ ਦਿੱਤਾ ਦੀ ਹੂਕ ਨਿਕਲੇਗੀ, ਫਿਰ ਗੁਰੂ ਨੇ ਭਵਜਲ ਜਿੱਤਾ ਚੁੱਕੀ ਕਾਨ ਜਮਾਣੀ ਦੀ ਬਖਸ਼ਿਸ਼ ਕਰ ਦਿੱਤੀ ਸਮਝੋ। ਜਿਹਨਾਂ ਜਿਹਨਾਂ ਨੇ ਗੁਰੂ ਦੇ ਬਚਨਾਂ ਅਨੁਸਾਰ ਛੋਟ ਸਿਆਣਪ ਸਗਲ ਮਨ ਤਨ ਅਰਪ ਧਰ ਇਸ ਗੁਰੂ ਵਾਕ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਜਾਮਾ ਪਹਿਨਾ ਦਿੱਤਾ, ਸਤਿਗੁਰੂ ਜੀ ਨੇ ਉਹਨਾਂ ਦੇ ਜੀ ਦੀ ਬਿਰਥਾ ਨੂੰ ਸੁਣ ਕੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਬਿਰਧ ਦੀ ਪਾਲਣਾ ਕਰਕੇ ਝੋਲੀਆਂ ਭਰ ਦਿੱਤੀਆਂ। ਕਿਉਂਕਿ ਸਤਿਗੁਰੂ ਜੀ ਦਾ ਪਾਵਨ ਫੁਰਮਾਨ ਹੈ ਕਿ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਪਰ ਮੁਸ਼ਕਲ ਇੱਥੇ ਜੀਵ ਦੇ ਸੇਵਕ ਬਣਨ ਦੀ ਹੈ। ਜੀਵ ਵਾਸਤੇ ਸੇਵਕ ਬਣਨਾ ਹੀ ਔਖਾ ਹੈ। ਸੇਵਕ ਕੌਣ ਹੈ? ਸੇਵਕੋ ਗੁਰਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੇਵਕ ਦੀ ਪਰਿਭਾਸ਼ਾ ਦੱਸਦੇ ਹਨ ਕਿ ਸੇਵਕੋ ਗੁਰਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਜਿਹਨਾਂ ਨੇ ਮਨ ਤਨ ਅਰਪ ਚੜਾ ਦਿੱਤਾ, ਇਹਨਾਂ ਪੱਗ ਚਿੰਨਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ, ਉਹਨਾਂ ਦਾ ਜੀਵਨ ਸਾਡੀ ਰਹਿਨੁਮਾਈ ਕਰਦਾ ਹੈ। ਮਾਤਾ ਭਾਗ ਭਰੀ ਗੁਰੂ ਜੀ ਨੂੰ ਅਰਪ ਧਰ ਕਰਕੇ ਭਾਖਿਆ ਭਾਉ ਦੀ ਬੋਲੀ ਵਿੱਚ ਪੁਕਾਰਦੀ ਸੀ। ਸਤਿਗੁਰੂ ਜੀ ਨੇ ਉਸ ਦੀ ਅਰਜੋਈ ਸੈਂਕੜੇ ਮੀਲਾਂ ਤੋਂ ਬਿਨ ਬੋਲਿਆਂ ਸਭ ਕੁਛ ਜਾਣਦਾ ਦੀ ਸ਼ਕਤੀ ਨਾਲ ਸਰਵਣ ਕੀਤੀ, ਅਤੇ ਸ੍ਰੀਨਗਰ ਕਾਠੀਵੜ ਦਰਵਾਜੇ ਮਾਤਾ ਭਾਗ ਭਰੀ ਦੇ ਘਰ ਪੁੱਜ ਕੇ ਉਸ ਨੂੰ ਦਰਸ਼ਨ ਦੇ ਕੇ ਕਿਰਥਾਰਥ ਕੀਤਾ, ਅਤੇ ਭੇਟਾ ਪ੍ਰਵਾਨ ਕਰਕੇ ਉਸ ਦੀ ਭਾਵਨੀ ਨੂੰ ਫਲ ਲਾਇਆ, ਅਤੇ ਉਸ ਦਾ ਆਪਣੇ ਹੱਥੀਂ ਅੰਤਮ ਸਮਾਂ ਸਫਲਾ ਕੀਤਾ। ਜੇ ਬੰਦੀ ਵਿੱਚ ਪਏ ਹੋਏ ਭਾਈ ਹਰਾ ਜੀ ਨੇ ਰੋਹੇਲਖੰਡ ਦੀ ਧਰਤੀ ਤੇ ਹਨੇਰ ਕੋਠੜੀ ਵਿੱਚੋਂ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਇਹ ਬਿਰਤੀ ਬਣਾ ਕੇ ਭਾਖਿਆ ਭਾਉ ਪਿਆਰ ਦੀ ਬੋਲੀ ਪਿਆਰ ਦੇ ਰਾਹੀਂ ਬਿਰਹੋਂ ਦੇ ਰਾਹੀਂ ਗੁਰੂ ਨਾਨਕ ਪਿਆਰੇ ਦੀ ਅਰਾਧਨਾ ਕੀਤੀ, ਬੰਦ ਖਲਾਸੀ ਲਈ ਅਰਦਾਸ ਕੀਤੀ, ਤਾਂ ਬੰਦੀ ਛੋੜ ਦਾਤਾ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨੇ ਆਪ ਰੋਹੇਲਿਆਂ ਦੀ ਬੰਦੀ ਵਿੱਚ ਪੈ ਕੇ ਕਈ ਸਾਲਾਂ ਤੋਂ ਕਾਲ ਕੋਠੜੀਆਂ ਵਿੱਚ ਦੁੱਖ ਝੱਲ ਰਹਿਆਂ ਦੀ ਭਾਈ ਹਰਾ ਜੀ ਸਮੇਤ ਬੰਦ ਖਲਾਸੀ ਕਰਾਈ। ਇੱਕ ਜੁੜੇ ਸਿੱਖ ਦੀ ਅਰਦਾਸ ਪਿੱਛੇ, ਇੱਕ ਜੁੜੀ ਆਤਮਾ ਦੀ ਅਰਦਾਸ ਪਿੱਛੇ, ਜੋਦੜੀ ਪਿੱਛੇ ਅਨੇਕਾਂ ਦਾ ਕਸ਼ਟ ਹਰਿਆ ਗਿਆ, ਅਤੇ ਕਠੋਰ ਦਿਲ ਰੋਹੇਲਿਆਂ ਨੂੰ ਸਤਿਗੁਰੂ ਜੀ ਨੇ ਸੱਚ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਦਾ ਵੀ ਭਲਾ ਕੀਤਾ। ਕੈਸੀ ਸ਼ਕਤੀ ਹੈ ਮਨ ਤਨ ਅਰਪ ਧਰ ਦੀ ਅਵਸਥਾ ਜੀਵਨ ਵਿੱਚ ਅਸਲੀ ਰੂਪ ਵਿੱਚ ਗ੍ਰਹਿਣ ਕਰਨ ਨਾਲ, ਅਤੇ ਪਿਆਰ ਭਰੀ ਅਰਦਾਸ ਵਿੱਚ।
ਮੇਰੀ ਪੀੜ੍ਹੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਭਾਈ ਸਾਈਂ ਦਾਸ ਜੀ ਪਾਸ ਡਰੋਲੀ ਉਹਨਾਂ ਦੀ ਭਾਵਨੀ ਪੂਰੀ ਕਰ ਰਹੇ ਹਨ। ਉਧਰ ਕਈ ਕੋਹ ਦੇ ਉੱਤੇ ਦੋਵੇਂ ਪਿਓ ਪੁੱਤਰ ਪਾਣੀ ਦੀ ਛਾਂਗਲ ਦਰਖਤ ਨਾਲ ਬੰਨ ਕੇ ਅੱਤ ਗਰਮੀ ਦੇ ਦਿਨਾਂ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੂੰ ਅੱਤ ਦੀ ਪਿਆਸ ਲੱਗੀ ਹੋਈ ਸੀ। ਦੋਵੇਂ ਦਰਖਤ ਨਾਲ ਬੰਨੀ ਛਾਂਗਲ ਪਾਸ ਆਏ, ਜਦੋਂ ਪਾਣੀ ਪੀਣ ਲੱਗੇ, ਪਾਣੀ ਠੰਡਾ ਬਰਫ਼ ਵਰਗਾ ਮਹਿਸੂਸ ਕੀਤਾ। ਮਨ ਵਿੱਚ ਭਾਵਨਾ ਪੈਦਾ ਹੋਈ ਕਿ ਐਸਾ ਠੰਡਾ ਜਲ ਕਿਤੇ ਮੀਰੀ ਪੀਰੀ ਦੇ ਮਾਲਕ, ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਛਕਣ, ਇਹ ਤਾਂ ਉਹਨਾਂ ਦੇ ਛਕਣ ਯੋਗ ਹੈ। ਪਿਆਰ ਭਾਵਨੀ ਬਣਾ ਕੇ, ਗੁਰੂ ਚਰਨਾਂ ਵਿੱਚ ਮਨ ਧਨ ਅਰਪ ਧਰ ਦੀ ਬਿਰਤੀ ਬਣਾ ਕੇ, ਦੋਵੇਂ ਜਾਣੇ ਦੋਵੇਂ ਆਤਮਾਵਾਂ ਅਰਦਾਸ ਬੇਨਤੀਆਂ ਕਰਦੀਆਂ ਕਰਦੀਆਂ ਮੂਰਛਿਤ ਹੋ ਗਈਆਂ। ਉਧਰ ਭਾਖਿਆ ਭਾਉ ਦੇ ਚਿੱਲੇ ਤੇ ਚੜੀ ਮਨ ਧਨ ਅਰਪ ਧਰ ਦੀ ਕਮਾਨ ਨਾਲ ਇੱਕ ਛਿਨ ਵਿੱਚ ਅਰਦਾਸ ਗੁਰੂ ਚਰਨਾਂ ਵਿੱਚ ਪਹੁੰਚ ਗਈ। ਸਾਹਿਬਾਂ ਬੜੀ ਕਾਹਲੀ ਕਾਹਲੀ ਘੋੜਾ ਲਿਆਉਣ ਲਈ ਸਿੱਖਾਂ ਨੂੰ ਹੁਕਮ ਕੀਤਾ। ਸਾਹਿਬ ਘੋੜੇ ਤੇ ਸਵਾਰ ਹੋ ਕੇ ਭਾਈ ਸਾਧੂ ਤੇ ਭਾਈ ਰੂਪਾ ਜੀ ਪਾਸ ਪੁੱਜੇ। ਜਲ ਛੱਕ ਕੇ ਪਿਆਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ। ਅਨੇਕਾਂ ਵਾਰ ਅਸੀਸਾਂ ਬਖਸ਼ਿਸ਼ ਕਰਕੇ ਆਪਣੇ ਬਿਰਧ ਦੀ ਪੈਜ ਰੱਖੀ ਅਤੇ ਗੁਰੂ ਪਿਆਰਿਆਂ ਦੇ ਲੋਕ ਪਰਲੋਕ ਸੁਹੇਲੇ ਕੀਤੇ। ਇੱਥੇ ਹੀ ਬਸ ਨਹੀਂ, ਧੰਨ ਗੁਰੂ ਹਰਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਧਨ ਅਰਪ ਧਰ ਕੇ ਇਸ ਰੀਤੀ ਨੂੰ ਅਪਣਾ ਕੇ, ਜੇ ਮਾਤਾ ਤਾਬੋ ਨੇ ਜੋ ਮਜ਼ਦੂਰੀ ਕਰਕੇ ਇੱਕ ਟਕਾ ਹਰ ਰੋਜ਼ ਪ੍ਰਾਪਤ ਕਰਦੀ ਸੀ, ਅਰਦਾਸ ਕੀਤੀ ਕਿ ਦਾਤਾ ਪਾਤਸ਼ਾਹ, ਮੈਂ ਆਪਣੀ ਕਮਾਈ ਨੂੰ ਤਦ ਸਫਲਾ ਜਾਣਾ ਜੇ ਆਪ ਜੀ ਮੇਰੀ ਇਸ ਨਿਮਾਣੀ ਦੀ ਮਿਹਨਤ ਦਾ ਪ੍ਰਸ਼ਾਦਾ ਆਪ ਆਵਾਜ਼ ਮਾਰ ਕੇ, ਆਪ ਮੰਗ ਕੇ ਮੇਰੇ ਸਾਹਮਣੇ ਆਪਣੇ ਮੁਖਾਰਬਿੰਦ ਵਿੱਚ ਪਾਵੋ। ਇੱਕ ਦਿਨ ਮਾਤਾ ਤਾਬੋ ਨੇ ਆਟੇ ਨੂੰ ਘਿਓ ਵਿੱਚ ਗੁੰਨ ਕੇ ਸਾਹਿਬਾਂ ਲਈ ਪ੍ਰਸ਼ਾਦਾ ਤਿਆਰ ਕੀਤਾ। ਅਰਦਾਸ ਬੇਨਤੀ ਵਿੱਚ ਇੰਨੀ ਮਗਨ ਹੋ ਗਈ ਕਿ ਆਪਾ ਭੁੱਲ ਗਿਆ ਮਨ ਧਨ ਅਰਪ ਧਰ, ਇਹ ਬਿਰਤੀ ਬਣ ਗਈ। ਉਧਰ ਜਾਣੀ ਜਾਣ ਸਤਿਗੁਰੂ ਜੀ ਉਸ ਦੀ ਭਾਵਨੀ ਤੇ ਪਿਆਰ ਨੂੰ ਸਵੀਕਾਰ ਕਰਨ ਲਈ ਸ਼ਿਕਾਰ ਖੇਡ ਦੇ ਜੰਗਲ ਵਿੱਚ ਦੂਰ ਨਿਕਲ ਗਏ। ਸਿੱਖਾਂ ਨੂੰ ਇੰਜ ਜਾਪਿਆ ਕਿ ਜਿਵੇਂ ਸਤਿਗੁਰੂ ਜੀ ਕਿਸੇ ਸ਼ਿਕਾਰ ਦਾ ਪਿੱਛਾ ਕਰ ਰਹੇ ਹੋਣ। ਕਾਫੀ ਦੂਰ ਜਾ ਕੇ ਆਪ ਨੇ ਇੱਕ ਝੁੱਗੀ ਸਾਹਮਣੇ ਘੋੜਾ ਰੋਕਿਆ, ਆਵਾਜ਼ ਦਿੱਤੀ, ਮਾਂ ਪ੍ਰਸ਼ਾਦਾ ਛਕਾ, ਬਹੁਤ ਭੁੱਖ ਲੱਗੀ ਹੈ। ਆਵਾਜ਼ ਸੁਣ ਕੇ ਮਾਤਾ ਤਾਬੋ ਆਪਣੀ ਝੁੱਗੀ ਵਿੱਚੋਂ ਪਿਆਰ ਭਿੱਜੇ ਨੇਤਰਾਂ ਨਾਲ ਬਾਹਰ ਨਿਕਲੀ। ਗੁਰੂ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋਈ, ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ, ਚਰਨ ਪਰਸੇ। ਮਾਤਾ ਨੇ ਝੁੱਗੀ ਅੰਦਰੋਂ ਤਿਆਰ ਕੀਤਾ ਹੋਇਆ ਭਾਵਨੀ ਨਾਲ ਪ੍ਰਸ਼ਾਦਾ ਲਿਆਂਦਾ। ਸਾਹਿਬਾਂ ਘੋੜੇ ਉੱਪਰ ਸਵਾਰ ਹੀ ਪਿਆਰ ਨਾਲ ਛਕਿਆ, ਮਾਤਾ ਨੂੰ ਅਸੀਸਾਂ ਦਿੰਦੇ ਵਾਪਸ ਕੀਰਤਪੁਰ ਆ ਗਏ। ਅਗਲੇ ਦਿਨ ਸਿੱਖਾਂ ਨੇ, ਜੋ ਅਜੇ ਪਿਆਰ ਦੀ ਖੇਡ ਤੋਂ ਅਣਜਾਣ ਸਨ, ਉਹਨਾਂ ਜਾਤਾ ਕਿ ਸ਼ਿਕਾਰ ਖੇਡਦਿਆਂ ਸਤਿਗੁਰੂ ਜੀ ਨੂੰ ਭੁੱਖ ਲੱਗ ਜਾਂਦੀ ਹੈ, ਸ਼ਿਕਾਰ ਜਾਣ ਸਮੇਂ ਉਹਨਾਂ ਪ੍ਰਸ਼ਾਦਾ ਤਿਆਰ ਕਰਵਾ ਕੇ ਨਾਲ ਲੈ ਲਿਆ। ਸਮਾਂ ਵੇਖ ਕੇ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ। ਸਤਿਗੁਰਾਂ ਨੇ ਵਚਨ ਕੀਤਾ, ਕੁਵੇਲੇ ਬੇਮਰਜ਼ਾਦਾ ਪ੍ਰਸ਼ਾਦਾ ਛਕਣ ਲਈ ਕਿਉਂ ਕਹਿ ਰਹੇ ਹੋ? ਤੁਹਾਨੂੰ ਪਤਾ ਹੈ ਕਿ ਅਸੀਂ ਵਕਤ ਸਿਰ ਗੁਰੂ ਕੇ ਲੰਗਰ ਵਿੱਚ ਭੋਜਨ ਪਾਨ ਕਰਦੇ ਹਾਂ। ਸਿੱਖਾਂ ਹੱਥ ਜੋੜ ਕੇ ਕਿਹਾ, ਜੀ ਕੱਲ੍ਹ ਆਪਨੇ ਬਿਨਾਂ ਹੱਥ ਧੋਤੇ ਘੋੜੇ ਚੜ੍ਹੇ ਹੀ ਮਾਈ ਪਾਸੋਂ ਮੰਗ ਕੇ ਖਾ ਲਿਆ ਸੀ ਤੇ ਅੱਜ ਸਾਡਾ ਲਿਆਂਦਾ ਸਵੀਕਾਰ ਨਹੀਂ ਕਰਦੇ, ਕਾਰਨ ਕੀ ਹੈ? ਸਤਿਗੁਰੂ ਜੀ ਨੇ ਸਿੱਖਾਂ ਨੂੰ ਸਮਝਾਉਂਦੇ ਹੋਏ ਕਿਹਾ, ਗੁਰਸਿੱਖੋ, ਇਹ ਮਾਈ ਕਿਰਤ ਕਰਕੇ ਪ੍ਰੇਮ ਕਰ ਬੈਠੀ ਸੀ, ਮੈਂ ਪ੍ਰੇਮ ਦਾ ਖਿੱਚਿਆ ਗਿਆ ਸੀ। ਇਹ ਰੀਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਲਾਈ ਹੈ, ਪ੍ਰੇਮ ਦੀ ਰੀਤ ਨਿਰਾਲੀ ਹੈ, ਪ੍ਰੇਮ ਭੋਜਨ ਦਾ ਸਵਾਦ ਹੀ ਹੋਰ ਹੈ। ਸਾਹਿਬਾਂ ਫਰਮਾਨ ਕੀਤਾ, ਪ੍ਰੇਮ ਸਵਾਦ ਦੇ ਪ੍ਰੀਤਮ ਤ੍ਰਿਪਤ ਹੈ, ਪ੍ਰੇਮ ਪ੍ਰਤੀਤ ਮੋਕੋ ਅਤ ਪਿਆਰੀ, ਪ੍ਰੀਤ ਰੀਤ ਕੀ ਕਿਰਿਆ ਨਿਆਰੀ, ਜਿਸ ਪ੍ਰੇਮ ਹੋਵੇ ਸੋ ਮਹਿਮਾ ਜਾਣੈ, ਪ੍ਰੇਮ ਸਵਾਦ ਪ੍ਰੀਤਮ ਮਨ ਮਾਨੈ। ਸੋ ਐਸੀ ਹੈ ਮਨ ਧਨ ਅਰਪ ਧਰ ਦੀ ਖੇਡ, ਮਨ ਧਨ ਅਰਪ ਧਰ ਦੀ ਬਿਰਤੀ ਬਣਾ ਕੇ ਕੀਤੀ ਅਰਦਾਸ ਦੀ ਸ਼ਕਤੀ। ਚਿੱਤ ਤਾਂ ਕਰਦਾ ਹੈ ਕਿ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਮਨ ਧਨ ਅਰਪ ਧਰ ਕਰਕੇ ਪਿਆਰ ਦੀ ਖੇਡ ਖੇਡੀ ਤੇ ਉਸ ਪਿਆਰ ਖੇਡ ਦਾ ਆਨੰਦ ਮਾਣਿਆ, ਉਹਨਾਂ ਦੀਆਂ ਜੀਵਨ ਗਾਥਾਵਾਂ ਵਰਣਨ ਕੀਤੀਆਂ ਜਾਣ, ਕਿਉਂਕਿ ਸਮੁੱਚਾ ਇਤਿਹਾਸ ਪਿਆਰ ਪ੍ਰੇਮੀਆਂ ਦੇ ਅਨੂਠੇ ਰੰਗ ਵਿੱਚ ਰੰਗਿਆ ਪਿਆ ਹੈ। ਪਰਮਾਰਥ ਦੀ ਸਾਰੀ ਖੇਡ ਹੀ ਮਨ ਧਨ ਅਰਪ ਧਰ ਅਤੇ ਪਿਆਰ ਪ੍ਰੇਮ ਦੀ ਬੁਨਿਆਦ ਤੇ ਖੜੀ ਹੈ, ਪਰ ਪ੍ਰਸੰਗ ਦਾ ਆਕਾਰ ਵੱਡਾ ਹੋ ਜਾਣ ਕਾਰਨ ਇੱਥੇ ਹੀ ਸੰਕੋਚਦੇ ਹਾਂ। ਕੇਵਲ ਇੱਕ ਗੁਰੂ ਪਿਆਰੇ ਭਾਈ ਗੋਂਦਾ ਜੀ ਦੀ ਪਿਆਰ ਜੇਵੜੀ ਦਾ ਜ਼ਿਕਰ ਜ਼ਰੂਰ ਕਰਨਾ ਹੈ, ਤਾਂ ਜੋ ਪਤਾ ਚੱਲ ਜਾਵੇ ਕਿ ਪਿਆਰ ਅਤੇ ਅਰਪ ਧਰ ਵਿੱਚ ਕਿੰਨੀ ਸ਼ਕਤੀ ਹੈ। ਭਾਈ ਗੋਂਦਾ ਜੀ ਕੀਰਤਪੁਰ ਸਾਹਿਬ, ਕੀਰਤਪੁਰ ਸਾਹਿਬ ਤੋਂ ਗੁਰੂ ਪ੍ਰੀਤ ਰੀਤ ਵਿੱਚ ਪਰੋਤੇ ਹੋਏ ਹੁਕਮ ਪਾ ਕੇ ਕਾਬਲ ਚਲੇ ਗਏ। ਸਿੱਖੀ ਦੀ ਧੁਜਾ ਝੁਲਾਈ, ਲੰਗਰ ਲਗਵਾ ਦਿੱਤੇ, ਜੋ ਕਾਰ ਭੇਟਾ ਆਵੇ ਲੋੜਵੰਦਾਂ ਵਿੱਚ ਵੰਡ ਦੇਣ, ਧਰਮਸ਼ਾਲਾ ਬਣਵਾ ਦਿੱਤੀ। ਇੱਕ ਦਿਨ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੇ ਸਮੇਂ ਆਪ ਜੀ ਆਪ ਦਾ ਧਿਆਨ ਗੁਰੂ ਚਰਨਾਂ ਨਾਲ ਜੁੜ ਗਿਆ ਤੇ ਇਕਾਗਰ ਬਿਰਤੀ ਵਿੱਚ ਆਨੰਦ ਰੂਪ ਹੋ ਗਏ।
ਇੱਧਰ ਕੀਰਤਪੁਰ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਵੀ ਨਿਚਲ ਅਡੋਲ ਧਿਆਨ ਮਗਨ ਸੰਗਤ ਵਿੱਚ ਬਰਾਜੇ ਰਹੇ। ਲਾਂਗਰੀ ਸਿੰਘ ਨੇ ਲੰਗਰ ਪਕਾਉਣ ਲਈ, ਲੰਗਰ ਪਾਉਣ ਲਈ, ਲੰਗਰ ਛਕਣ ਲਈ ਬੇਨਤੀ ਕੀਤੀ, ਪਰ ਸਾਹਿਬਾਂ ਨੇ ਗੱਲ ਨਾ ਗੌਲੀ। ਦੋ ਪਹਿਰ ਬੀਤ ਗਏ, ਦੁਪਹਿਰ ਢਲਣ ਉਪਰੰਤ ਆਪ ਜੀ ਨੇ ਲੰਗਰ ਛਕਿਆ। ਸਿੱਖ ਸੰਗਤਾਂ ਦੇ ਬੇਨਤੀ ਕਰਨ ਤੇ ਆਪ ਜੀ ਨੇ ਕੇਵਲ ਇਤਨਾ ਹੀ ਉੱਤਰ ਦਿੱਤਾ ਕਿ ਭਾਈ ਪ੍ਰੇਮੀਓ, ਕਾਬਲ ਵਿੱਚ ਧਿਆਨ ਮਗਨ ਬੈਠਾ ਭਾਈ ਗੋਂਦਾ ਸਾਡੇ ਚਰਨ ਛੱਡਦਾ ਤਦ ਹੀ ਅਸੀਂ ਉੱਠ ਸਕਦੇ ਨਾ। ਉਹ ਸਾਡੇ ਚਰਨ ਹੀ ਇਤਨੇ ਪਿਆਰ ਨਾਲ ਫੜ ਕੇ ਬੈਠਾ ਸੀ, ਅਸੀਂ ਆਪਣੇ ਆਸਣ ਤੋਂ ਉੱਠ ਹੀ ਨਾ ਸਕੇ। ਜੇ ਅਸੀਂ ਪਹਿਲਾਂ ਉੱਠਦੇ ਤਾਂ ਉਹਦਾ ਤਰਾਹ ਨਿਕਲਦਾ ਸੀ ਅਤੇ ਉਸ ਦੇ ਆਨੰਦ ਵਿੱਚ ਫਰਕ ਪੈਂਦਾ ਸੀ। ਕੁਝ ਸਮੇਂ ਬਾਅਦ ਜਦੋਂ ਭਾਈ ਗੋਂਦਾ ਜੀ ਵਾਪਸ ਕੀਰਤਪੁਰ ਸਾਹਿਬ ਆਏ, ਉਹਨਾਂ ਨੂੰ ਦਿਨ ਸਮਾਂ ਦੱਸਣ ਅਤੇ ਪੁੱਛ ਕਰਨ ਤੇ ਇਹ ਰਮਜ਼ ਖੁੱਲੀ। ਭਾਈ ਗੋਂਦਾ ਜੀ ਨੇ ਦੱਸਿਆ ਕਿ ਹਾਂ, ਉਸ ਦਿਨ ਜਿਸ ਦਿਨ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਪਜੀ ਸਾਹਿਬ ਦਾ ਪਾਠ ਕਰਦਿਆਂ ਮੈਂ ਧਿਆਨ ਮਗਨ ਹੋ ਕੇ ਗੁਰੂ ਚਰਨਾਂ ਦਾ ਕਈ ਘੜੀਆਂ ਧਿਆਨੀ ਬਣਿਆ ਰਿਹਾ, ਜਿਸ ਆਨੰਦ ਮੌਜ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਬਾਬਾ ਨਾਮਦੇਵ ਜੀ ਦਾ ਪਿਆਰ ਕਥਨ ਭਾਈ ਗੋਂਦਾ ਜੀ ਦੀ ਗਾਥਾ ਉੱਪਰ ਪੂਰਨ ਢੁਕਦਾ ਹੈ। ਭਗਤ ਨਾਮਦੇਵ ਜੀ ਦਾ ਬਚਨ ਹੈ ਕਿ ਜੇ ਗੁਰੂ ਪਿਆਰਾ ਮਨ ਤਨ ਅਰਪ ਧਰ ਪ੍ਰਭੂ ਜੀ ਅੱਗੇ ਕਰ ਦੇਵੇ ਅਤੇ ਆਪ ਸੇਵਕ ਭਾਵ ਵਿੱਚ ਦਾਸਾ ਭਾਵ ਵਿੱਚ ਵਿਚਰਦਾ ਹੋਵੇ, ਉਹ ਦਾਸ ਖੁਦ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਐਸੇ ਸੇਵਕ ਦੇ ਨਿਮਖ ਮਾਤਰ ਦਰਸ਼ਨ ਕਰਨ ਨਾਲ ਤਿੰਨੇ ਤਰ੍ਹਾਂ ਦੇ ਤਾਪ ਦੂਰ ਹੋ ਜਾਂਦੇ ਹਨ। ਐਸੇ ਸੇਵਕ ਦੇ ਚਰਨ ਪਰਸਣ ਨਾਲ ਸੰਸਾਰ ਰੂਪੀ ਖੂਹ ਚੋਂ ਮੁਕਤੀ ਮਿਲ ਜਾਂਦੀ ਹੈ। ਪ੍ਰਭੂ ਜੀ ਵੱਲੋਂ ਭਗਤ ਨਾਮਦੇਵ ਜੀ ਨੂੰ ਸੰਬੋਧਨ ਹੈ ਕਿ ਹੇ ਨਾਮਦੇਵ, ਐਸੇ ਦਾਸ ਮੇਰੀ ਬੱਧੀ ਹੋਈ ਛਡਵਾ ਸਕਦੇ ਹਨ, ਪਰ ਜੇ ਭਗਤ ਪਿਆਰ ਦੀ ਡੋਰ ਨਾਲ ਮੈਨੂੰ ਬੰਨ ਲੈਣ ਤਾਂ ਉਹ ਪਿਆਰ ਦੀ ਡੋਰ, ਪਿਆਰ ਦੀ ਕੰਢ ਮੇਰੇ ਪਾਸੋਂ ਨਹੀਂ ਛੁੱਟਦੀ। ਜੇ ਕਿਸੇ ਸਮੇਂ ਧਿਆਨ ਮਗਨ ਅਵਸਥਾ ਵਿੱਚ ਭਗਤ ਮੈਨੂੰ ਪਿਆਰ ਜੇਵੜੀ ਨਾਲ ਬੰਨ ਲਵੇ ਤਾਂ ਉਸ ਦੇ ਸਾਹਮਣੇ ਮੈਂ ਕੋਈ ਜਵਾਬ ਨਹੀਂ ਦੇ ਸਕਦਾ। ਮੈਂ ਤਾਂ ਸ਼ੁਭ ਗੁਣਾਂ ਦਾ ਬੱਝਿਆ ਹੋਇਆ ਹਾਂ। ਮੈਂ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲਾ ਭਾਵੇਂ ਹਾਂ, ਪਰ ਮੇਰਾ ਜੀਵਨ ਮੇਰੇ ਦਾਸ ਹਨ। ਹੇ ਨਾਮਦੇਵ, ਜਿਸ ਸੇਵਕ ਦੇ ਹਿਰਦੇ ਵਿੱਚ ਅਜਿਹੀ ਪ੍ਰੀਤੀ ਤੇ ਪ੍ਰਤੀਤੀ ਹੈ, ਉਸ ਦੇ ਹਿਰਦੇ ਵਿੱਚ ਪਿਆਰ ਦਾ ਪ੍ਰਕਾਸ਼ ਹੈ। ਸਾਰੰਗ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਪਾਵਨ ਬਚਨ ਹੈ, ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ, ਰਹਾਉ ਮੇਰੀ ਬਾਂਦੀ ਭਗਤ ਛਡਾਵੈ, ਬਾਂਦੈ ਭਗਤ ਨ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਦੈ, ਤੋ ਫੁਨ ਮੋ ਪੈ ਜਵਾਬ ਨਾ ਹੋਏ, ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਨਾਮਦੇਵ ਜਾਂ ਕੇ ਜੀ ਐਸੀ ਤੈ ਸੋ ਤਾਂ ਕੈ ਪ੍ਰੇਮ ਪ੍ਰਗਾਸ। ਜਦੋਂ ਆਪਾਂ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤਾਂ ਬੇਅੰਤ ਪ੍ਰਮਾਣ ਅਰਦਾਸ ਬੇਨਤੀ ਦੇ ਸਾਡੇ ਸਾਹਮਣੇ ਆਉਂਦੇ ਹਨ। ਜਦੋਂ ਵੀ ਕਿਸੇ ਭਗਤ ਜਨ ਨੇ, ਪਿਆਰੇ ਨੇ ਪਿਆਰ ਵਿੱਚ ਭਿੱਜ ਕੇ ਪ੍ਰਭੂ ਪਰਾਇਣ ਹੋ ਕੇ ਆਪਣੇ ਮਾਲਕ ਅੱਗੇ ਅਰਜੋਈ, ਤਰਲਾ, ਮਿਹਨਤ ਕੀਤੀ, ਮਾਲਕ ਨੇ ਉਸ ਅਰਦਾਸ ਨੂੰ ਸੁਣ ਕੇ ਆਪਣੇ ਪਿਆਰੇ ਦੀ ਲਜਪਤ ਰੱਖੀ। ਪੜ੍ਹੀਏ ਗੁਰਬਾਣੀ ਵਿੱਚ ਬਾਬਾ ਨਾਮਦੇਵ ਜੀ ਦੀ ਆਪਣੀ ਹੱਡ ਬੀਤੀ, ਮੇਰੇ ਸੋਹਣੇ ਪ੍ਰਭੂ, ਤੂੰ ਮੈਨੂੰ ਨਾ ਵਿਸਾਰੀ, ਤੂੰ ਮੈਨੂੰ ਨਾ ਭੁਲਾਈ। ਇਹ ਜੋ ਮੰਦਰ ਦੇ ਜਾਤ ਅਭਿਮਾਨੀ ਬ੍ਰਾਹਮਣ ਹਨ, ਇਹਨਾਂ ਨੂੰ ਆਪਣੀ ਅਖੌਤੀ ਉੱਚੀ ਜਾਤ ਦਾ ਭਰਮ ਪਿਆ ਹੋਇਆ ਹੈ, ਭੁਲੇਖਾ ਪਿਆ ਹੋਇਆ ਹੈ, ਜਿਸ ਕਰਕੇ ਇਹਨਾਂ ਨੇ ਮੈਨੂੰ ਨੀਵੀਂ ਜਾਤ ਦਾ ਜਾਣ ਕੇ ਸ਼ੂਦਰ ਸ਼ੂਦਰ ਕਹਿ ਕੇ ਮਾਰ ਕੁੱਟ ਕੀਤੀ ਤੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਹੇ ਮੇਰੇ ਪਿਆਰੇ ਪਿਤਾ, ਤੂੰ ਹੀ ਦੱਸ ਮੈਂ ਹੁਣ ਕੀ ਕਰਾਂ। ਭਗਤ ਨਾਮਦੇਵ ਜੀ ਆਪਣੇ ਪਿਆਰੇ ਪ੍ਰੀਤਮ ਨਾਲ ਗੱਲਾਂ ਕਰਦੇ ਨੇ। ਜੇ ਤੁਸੀਂ ਮੇਰੀ ਬੇਨਤੀ ਦੇ ਉੱਤਰ ਵਿੱਚ ਇਹ ਕਹੋਗੇ ਕਿ ਹੁਣ ਇਹਨਾਂ ਪੰਡਿਆਂ ਦਾ ਜ਼ੋਰ ਜ਼ੁਲਮ ਸਹਾਰੀ ਜਾ, ਮਰਨ ਪਿੱਛੋਂ ਤੈਨੂੰ ਮੈਂ ਮੁਕਤ ਕਰ ਦਿਆਂਗਾ, ਪਰ ਹੇ ਦਾਤਾ, ਉਸ ਮਰਨ ਪਿੱਛੋਂ ਦਿੱਤੀ ਮੁਕਤੀ ਨੂੰ ਕੌਣ ਜਾਣੇਗਾ? ਕੌਣ ਜਾਣੇਗਾ ਮੇਰੇ ਮਰਨ ਪਿੱਛੋਂ ਦਿੱਤੀ ਹੋਈ ਤੇਰੀ ਬਖਸ਼ਿਸ਼ ਨੂੰ? ਇਹ ਜਾਤ ਅਭਿਮਾਨੀ ਪੰਡੇ ਮੈਨੂੰ ਸ਼ੂਦਰ ਸ਼ੂਦਰ, ਨੀਚ ਨੀਚ ਕਹਿ ਕੇ ਮੇਰਾ ਅਨਾਦਰ ਕਰਦੇ ਪਏ ਨੇ। ਹੇ ਪਿਤਾ ਪਰਮਾਤਮਾ, ਇਹਨਾਂ ਦੇ ਅਨਾਦਰ ਕਰਨ ਨਾਲ ਆਪ ਜੀ ਦੀ ਵਡਿਆਈ ਹੀ ਘਟਦੀ ਹੈ। ਹੇ ਪ੍ਰਭੂ ਪਿਤਾ, ਤੂੰ ਬਹੁਤ ਦਿਆਲੂ, ਅਤ ਕਿਰਪਾਲੂ ਅਤੇ ਅਮਿਤ ਵਾਲ ਵਾਲਾ ਹੈ। ਹੇ ਪ੍ਰਭੂ ਜੀ, ਤੇਰਾ ਅੱਜ ਤੱਕ ਕਿਸੇ ਨੇ ਵੀ ਅੰਤ ਨਹੀਂ ਪਾਇਆ, ਮੇਰੀ ਵੀ ਇੱਜ਼ਤ ਰੱਖ, ਮੇਰੀ ਵੀ ਪੈਜ ਰੱਖਣਾ ਕਰ। ਭਗਤ ਜੀ ਦੀ ਅਰਦਾਸ ਸੁਣਦੇ ਹੀ ਸਥੂਲ ਮੰਦਰ ਦਾ ਦਰਵਾਜ਼ਾ ਘੁੰਮ ਕੇ ਭਗਤ ਨਾਮਦੇਵ ਜੀ ਵੱਲ ਹੋ ਗਿਆ ਤੇ ਜਾਤ ਅਭਿਮਾਨੀਆਂ ਵੱਲ ਮੰਦਰ ਦੀ ਪਿੱਠ ਹੋ ਗਈ। ਮਲਾਰ ਰਾਗ ਵਿੱਚ ਭਗਤ ਨਾਮਦੇਵ ਜੀ ਇਸ ਘਟਨਾ ਦਾ ਜ਼ਿਕਰ ਕਰਦੇ ਨੇ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ,
तू ना बिसारे रा मैया रहाओ। आलावंती ए ब्रह्म जो है मुझ ऊपर सब को पिला। सूद सूद कर मारे उठायो कहां करो बाप बीठला। मुए हुए जो मुक्त दे होगे मुक्त न जाने कोयला। ए पंडिया मोको ढेड़ कहत तेरी पैर पछौंडी होएला। तू जो दयाल कृपाल कयत है अत पुज पयो अपारला। फेर दिया देहरा नामे को पंडियन को पिशवार ला। इसे घटना नू भगत नामदेव जी ने भैरू राग विच बड़े प्यार ते विस्थार नाल होर निखारिया। हे परमात्मा, मैं ता बड़े चाव नाल तेरे देरे विच भगती करन वास्ते आया सा, पर इना जात अभिमानी ब्राह्मणा ने मैनू फड़ के मंदर विचों ही बाहर कढ दिता, इसलिए कि मेरी जात नीवी है। हे प्रभु, तुसी ही दसो जिस जात विच तुसी मैनू जन्म दिता है इस जाति नू तेरी भगत करन दा कोई हक नहीं? फिर तुसी ही मैनू इस शिंबियां दे घर विच किस वास्ते पैदा कीता जे मैं इस जात विच पैदा होके तेरी भगती ही नहीं कर सकता? इस तरह प्यार विच भिज के अपने मालक अपने पिता परमेश्वर जी अगे प्यार सताणी अरदास कीती अते कंबली जिस नू विछा के उपर बैठ के भगती करदे सन मोढे ते पलटा के रख ली ते मंदर दे पिछले पासे समाधि ला के भगत नामदेव जी प्रभु जी दे गुण गाउण विच मगन हो गए ते परमात्मा नाल इक सुर हो गए। ज्यों ज्यों नामदेव जी परमेश्वर जी दे प्यार विच भिज के गुण गाउंदे प्रभु जी ने ऐसी आश्चर्य खेड वरताई के मंदर दा मूह घुम के भगत नामदेव जी वल होई जा रहा है अते जात अभिमानी पंडतां वल मंदर दी पिट हो गई। भगत नामदेव जी भैरों राग विच भी इस घटना दा जिक्र इउं करदे ने। हसत खेलत तेरे देहरे आया भगत करत नामा पकर उठाया। हीनड़ी जात मेरी जात मराया शीपे के जन्म काहे को आया रहाओ। लै कमली चले ओ पलटाए देहुरे पाछे बैठा जा। ज्यों ज्यों नामा हर गुण उचरै भगत जना को देहुरा फिरै। प्यार अरजोई विच कैसी बरकत है जिसका जिक्र भाई गुरदास जी ने अपनियां वारां विच कीता है कि गाए मोई जीवाल्योन नाम देव दा छप्पर छाया फेर देहरा रखियोन चार वरन लै पैरी पाया। भगत सदना जी उपर भी औखा समा आया जदों भगत जी उत्ते एक नौजवान औरत ने उस दे पति नू मार देन दा दोष आरोपित कर दिता। राजे दे हुक्म मुताबक सदना जी नू दीवार विच चिण के जानो मार देन दी सजा सुनाई गई। साखीकारा अनुसार जदों सदना जी नू नीह विच खड़ा करके दीवार दी उसारी आरंभी सदना जी ने अपने मालक प्रभु जी दे चरणा विच रख्या वास्ते बेनतियां करनियां आरंभ कर दित्तियां कि हे प्रभु, एक राजे दी लड़की नाल व्याह करवाउण वास्ते एक तरखाणा दे लड़के ने तेरा भेख धारण कीता जो नरोल काम वासना वाला ते स्वार्थी सी, पर हे प्रभु तुसी अपने बिरद दी उदों भी पैज रखी। हे जगत गुरु, जे तुसी ए आखो कि तेरे कर्म बहुत माड़े ने तैनू उहनां दे कर्म उहनां कर्मां दी सजा मिल रही है ता हे जगत गुरु मैं तेरी शरण विच हुण आ गया हाँ। जे तेरी शरण विच आया भी कर्मां दा नाश नहीं होना फिर तेरे विच जगत गुरु होण दा की गुण है? हे प्रभु, शेर दी शरण विच पैण दा की लाभ जे शेर दी शरण विचों भी गिद्दड़ चक के आ के खा जावे। पपीहा एक पाणी दी बूंद खातर तड़फदा है जे उस दे प्यास नाल प्राण निकल जाण पाणी मंगदा मंगदा मर जावे ते मर जाण पिछों उस नूं पाणी दा समुंदर मिल जावे पपीहे दे किस काम? हुण मेरे प्राण निकलण वाले हन, जिंद अस्थिरता महसूस कर रही है, छेती बौड़ी करो। भला जे दरिया विच डुब के मर गए नूं मरन उपरंत बेड़ी मिल भी जावे तां उहदे किस काम? जे जिउंदे नूं जदों उह डुब रिहा सी उस वेले बेड़ी मिल जांदी तां उस दे प्राण बच सकदे सन।
ਅਰਦਾਸ ਬੇਨਤੀ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਨਹੀਂ ਹੋਈ। ਹੁੰਦੀ ਵੀ ਕਿਉਂ? ਕਿਉਂਕਿ ਸਧਨਾ ਜੀ ਨੇ ਪ੍ਰਭੂ ਅੱਗੇ ਅਰਪ ਧਰ ਨਹੀਂ ਕੀਤਾ, ਸਤਿਗੁਰੂ ਜੀ ਅੱਗੇ ਸ਼ਰਤਾਂ ਰੱਖੀਆਂ। ਇਹ ਬੇਨਤੀਆਂ ਨਹੀਂ ਸਨ, ਇਹ ਤਾਂ ਪ੍ਰਭੂ ਨੂੰ ਤਾਨੇ ਉੜਾਮੇ ਦਿੱਤੇ ਜਾ ਰਹੇ ਸਨ। ਸਧਨਾ ਜੀ ਦਾ ਫਰਮਾਨ ਪੜ੍ਹੀਏ। ਨਿਰਪਕੰਨਿਆ ਕੈ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਂਕੀ ਪੈਜ ਸਵਾਰੀ। ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਂਕੀ ਪੈਜ ਸਵਾਰੀ। ਤਾਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗ੍ਰਾਸੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ। ਪ੍ਰਾਣ ਜੋ ਥਾਕੈ ਥਿਰ ਨਹੀਂ ਕੈਸੇ ਬ੍ਰਹਮਾਵੋ, ਬੂਡ ਮੂਏ ਨੌਕਾ ਮਿਲੈ ਕਉ ਕਾਹੇ ਚੜਾਵੋ। ਬਲਾਵਲ ਰਾਗ ਵਿੱਚ ਸਧਨਾ ਜੀ ਦਾ ਇਹ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 858 ਉੱਪਰ ਦਰਜ ਹੈ। ਜਦੋਂ ਭਗਤ ਜੀ ਨੇ ਪ੍ਰਭੂ ਜੀ ਅੱਗੇ ਆਪਾ ਧਰ ਕੇ ਅਰਪ ਧਰ ਕਰਕੇ ਪੁਕਾਰਿਆ ਕਿ ਹੇ ਪ੍ਰਭੂ, ਮੈਂ ਕੁਝ ਵੀ ਨਹੀਂ ਹਾਂ, ਮੇਰੀ ਹਸਤੀ ਕੁਛ ਵੀ ਨਹੀਂ ਹੈ, ਮੇਰਾ ਸੰਸਾਰ ਵਿੱਚ ਕੋਈ ਵੀ ਓਟ ਆਸਰਾ ਨਹੀਂ, ਮੈਂ ਨਿਆਸਰਾ ਹਾਂ, ਮੈਂ ਤੇਰਾ ਦਾਸ ਹਾਂ, ਕਿਰਪਾ ਕਰਕੇ ਮੇਰੀ ਲਾਜਪਤ ਰੱਖੋ। ਬਸ ਭਗਤ ਜੀ ਦੇ ਆਪਾ ਸਮਰਪਿਤ ਕਰਨ ਦੀ ਦੇਰ ਸੀ। ਜਦੋਂ ਭਗਤ ਜੀ ਨੇ ਪੁਕਾਰਿਆ ਕਿ ਹੇ ਪ੍ਰਭੂ, ਮੈਂ ਨਾਹੀ ਕਸ਼ ਹੋ ਨਹੀਂ, ਕਸ਼ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ। ਉਲਾਮੇ ਛੱਡ ਕੇ ਜਨ ਬਣ ਗਏ, ਸਦਨਾ ਜਨ ਤੋਰਾ ਕਿਹਾ, ਤੁਰ ਅੰਦਰੋਂ ਕਿਹਾ, ਬੇਬਲਤਾ ਨਾਲ ਕਿਹਾ, ਪਿਆਰ ਨਾਲ ਕਿਹਾ। ਸਧਨਾ ਜੀ ਉਦਾਲੇ ਚਿਣੀ ਜਾ ਰਹੀ ਦੀਵਾਰ ਢਹਿ ਗਈ, ਇੱਟਾਂ ਖਿੰਡ ਗਈਆਂ। ਪ੍ਰਭੂ ਨੇ ਆਪਣੇ ਭਗਤ ਦੀ ਪੈਜ ਰੱਖੀ। ਸੋ ਅਰਦਾਸ ਦੀ ਪੂਰਤੀ ਲਈ ਪੰਜਵੇਂ ਪਾਤਸ਼ਾਹ ਜੀ ਦੇ ਫੁਰਮਾਨ ਅਨੁਸਾਰ ਬਿਰਤੀ ਬਣਾਉਣ ਦੀ ਲੋੜ ਹੈ। ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਅਰਦਾਸ ਵਿੱਚ ਐਸੀ ਸ਼ਕਤੀ, ਐਸੀ ਤਾਕਤ ਹੈ, ਐਸੀ ਸਤਿਆ ਹੈ ਕਿ ਅਰਦਾਸ ਅਣਹੋਣੀਆਂ ਵੀ ਹੋਂਦ ਵਿੱਚ ਲੈ ਆਉਂਦੀ ਹੈ। ਪ੍ਰਭੂ ਭਗਤਾਂ ਦਾ ਅਤੇ ਸ਼ਰਧਾਵਾਨ ਗੁਰਸਿੱਖਾਂ ਦਾ ਇਤਿਹਾਸ ਐਸੀਆਂ ਬੇਅੰਤ ਘਟਨਾਵਾਂ ਨਾਲ ਭਰਿਆ ਪਿਆ ਹੈ। ਅਸੀਂ ਵੀ ਹਉਮੈ ਦੀਰ ਗੁਰੂਗ ਦੀ ਗ੍ਰਿਫਤ ਵਿੱਚ ਫਸੇ ਹੋਏ ਹਾਂ। ਇਹ ਹਉਮੈ ਹੀ ਜੰਮਣ ਮਰਨ ਦਾ ਮੂਲ ਕਾਰਨ ਸਤਿਗੁਰਾਂ ਦਾ ਬਚਨ ਹੈ, ਆਵੰਤ ਜਾਵੰਤ ਥਕੰਤ ਜੀਆਂ, ਦੁੱਖ ਸੁੱਖ ਬਹੁ ਭੋਗਣਾ। ਮਨੁੱਖ ਹੱਠ ਨਾਲ ਆਪਣੇ ਬਲ ਨਾਲ ਹਉਮੈ ਤੋਂ ਨਹੀਂ ਛੁੱਟ ਸਕਦਾ, ਹੱਠ ਨਾਲ ਯਤਨ ਨਾਲ ਮਾਇਆ ਤਾਂ ਛੱਡੀ ਜਾ ਸਕਦੀ ਹੈ, ਮਹਿਲ ਮਾੜੀਆਂ ਵੀ ਛੱਡੀਆਂ ਜਾ ਸਕਦੀਆਂ ਹਨ, ਧੀਆਂ ਪੁੱਤਰਾਂ ਦਾ ਤਿਆਗ ਵੀ ਹੋ ਸਕਦਾ ਹੈ, ਪਰ ਇਹ ਸਾਰੇ ਕਿਸਮ ਦੀ ਮਾਇਆ ਨੂੰ ਛੱਡਣ ਦਾ ਮਾਣ, ਛੱਡਣ ਦਾ ਦੀ ਹਉਮੈ, ਛੱਡਣ ਦਾ ਹੰਕਾਰ ਜੋ ਹੈ ਉਸ ਨੂੰ ਤਜਣਾ ਅਤ ਬਿਖਮ ਹੈ। ਇਸ ਮਾਣ ਨੇ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਸਾਧਨਾ ਵਾਲਿਆਂ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ। ਤਾਂ ਹੀ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਹੈ, ਕਬੀਰ ਮਾਇਆ ਤਜੀ ਤਾਂ ਕਿਆ ਪਹਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਮਾਣ ਹੰਕਾਰ ਹਉਮੈ ਇੱਕ ਐਸੀ ਪਲੀਤਤਾਈ ਹੈ ਜੋ ਸਾਰੇ ਧਾਰਮਿਕ ਕਰਮ ਕਾਂਡਾਂ ਨੂੰ ਨਿਸਫਲ ਬਣਾ ਦਿੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਕੋਈ ਮਨੁੱਖ ਤੀਰਥ ਇਸ਼ਨਾਨ ਵੀ ਕਰ ਲਵੇ, ਵਰਤਨੇਮ ਵੀ ਪੂਰੇ ਨਿਭਾਏ, ਪੁੰਨ ਦਾਨ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਕਰੇ, ਪਰ ਨਾਲ ਇਹ ਕਰਮ ਕਰਨ ਦਾ ਹਿਰਦੇ ਵਿੱਚ ਮਾਣ ਧਰੇ, ਹਉਮੈ ਰੱਖੇ, ਹੰਕਾਰ ਕਰੇ, ਐਸੇ ਜਗਿਆਸੂ ਦਾ ਸਾਰਾ ਕੀਤਾ ਹੋਇਆ ਸ਼ੁਭ ਕਰਮ ਹਾਥੀ ਦਾ ਇਸ਼ਨਾਨ, ਕੁੰਚਰ ਇਸ਼ਨਾਨ ਬਣ ਕੇ ਰਹਿ ਜਾਂਦਾ ਹੈ, ਭਾਵ ਨਿਸਫਲ ਹੋ ਜਾਂਦਾ ਹੈ। ਸਲੋਕਾਂ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਬਚਨ ਹੈ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ। ਹਉਮੈ ਤੋਂ ਬਚਣਾ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਹਉਮੈ ਕਿੰਨੇ ਕੁ ਰੂਪ ਧਾਰ ਕੇ ਮਨ ਨੂੰ ਆ ਚੰਬੜਦੀ ਹੈ, ਇਸ ਦਾ ਵਰਣਨ ਕਰਨਾ ਵੀ ਅਤ ਕਠਿਨ ਹੈ। ਇੱਕ ਸਮੇਂ ਗੁਰਮਤ ਦੇ ਮਹਾਨ ਦਾਰਸ਼ਨਿਕ, ਗੁਰਸਿੱਖੀ ਦੀ ਕਮਾਈ ਦੇ ਪੂਰਨ ਧਾਰਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹਿਰਦੇ ਵਿੱਚ ਹਉਮੈ ਨੇ ਸੂਖਸ਼ਮ ਰੂਪ ਵਿੱਚ ਸਪਰਸ਼ ਕੀਤਾ। ਮਨ ਵਿੱਚ ਅਭਿਮਾਨ ਪੈਦਾ ਹੋ ਗਿਆ ਕਿ ਗੁਰਸਿੱਖ ਦਾ ਆਪਣੇ ਗੁਰੂ ਉੱਪਰ ਇੰਨਾ ਅਤੁੱਟ ਵਿਸ਼ਵਾਸ, ਇੰਨਾ ਅਤੁੱਟ ਭਰੋਸਾ ਹੋਣਾ ਚਾਹੀਦਾ ਹੈ ਕਿ ਜੇ ਗੁਰੂ ਸਿੱਖ ਦੀ ਪਰਖ ਕਰਨ ਵਾਸਤੇ ਸਾਂਗ ਵੀ ਵਰਤ ਲਵੇ, ਗੁਰਸਿੱਖ ਨੂੰ ਭਰਮਣਾ ਨਹੀਂ ਚਾਹੀਦਾ, ਡੋਲਣਾ ਨਹੀਂ ਚਾਹੀਦਾ, ਸਗੋਂ ਅਡੋਲ ਨਿਸ਼ਚਾ ਰੱਖ ਕੇ ਉਸ ਸਾਂਗ ਵਿੱਚੋਂ ਸਾਬਤ ਨਿਕਲਣਾ ਚਾਹੀਦਾ ਹੈ।
ਗੁਰੂ ਉੱਪਰ ਅਟਲ ਵਿਸ਼ਵਾਸ ਭਰੋਸੇ ਦੀ ਸੂਖਸ਼ਮ ਹਉਮੈ ਅਧੀਨ ਇੱਕ ਪੌੜੀ ਦੀ ਵੀ ਰਚਨਾ ਕਰ ਦਿੱਤੀ, ਉਦਾਹਰਣਾਂ ਦਿੱਤੀਆਂ ਕਿ ਜੇ ਮਾਂ ਆਚਰਣ ਤੋਂ ਹੀਣੀ ਵੀ ਹੋ ਜਾਵੇ ਪੁੱਤਰ ਉਸ ਦੀ ਨਿੰਦਿਆ ਨਾ ਕਰੇ, ਜੇ ਗਊ ਮਾਣਕ ਨਿਗਲ ਲਵੇ ਉਸ ਦਾ ਪੇਟ ਚੀਰ ਕੇ ਉਸਨੂੰ ਮਾਰ ਨਹੀਂ ਦੇਈਦਾ, ਜੇ ਪਤੀ ਵਿਭਚਾਰੀ ਹੋ ਜਾਵੇ ਤਾਂ ਪਤਨੀ ਆਪਣੇ ਸਤਿਕਾਰ ਧਰਮ ਤੇ ਕਾਇਮ ਰਹੇ, ਜੇ ਬਾਦਸ਼ਾਹ ਆਪਣੇ ਹੁਕਮ ਨਾਲ ਚੰਮ ਦੇ ਸਿੱਕੇ ਚਲਾ ਦੇਵੇ ਨੌਕਰਾਂ ਦਾ ਕੋਈ ਚਾਰਾ ਨਹੀਂ, ਉਹ ਤਾਂ ਬਾਦਸ਼ਾਹ ਦੇ ਹੁਕਮ ਨੂੰ ਮੰਨਦੇ ਹਨ, ਜੇ ਕੋਈ ਬ੍ਰਾਹਮਣੀ ਸ਼ਰਾਬ ਪੀ ਲਵੇ ਭਾਵ ਸਾਰੇ ਲੋਕ ਕਿਰਝਦੇ ਭਾਵੇਂ ਸਾਰੇ ਲੋਕ ਕਿਰਝਦੇ ਹਨ ਪਰ ਉਸਨੂੰ ਬ੍ਰਹਮ ਹੱਤਿਆ ਦੇ ਦੋਸ਼ ਤੋਂ ਡਰਦੇ ਜਾਨੋਂ ਨਹੀਂ ਮਾਰਦੇ। ਇਸ ਤਰ੍ਹਾਂ ਜੇ ਸਿੱਖ ਦੀ ਪ੍ਰੀਖਿਆ ਲੈਣ ਲਈ ਗੁਰੂ ਕੋਈ ਸਾਂਗ ਵਰਤਦਾ ਵੀ ਹੈ ਤਾਂ ਸਿੱਖ ਆਪਣਾ ਸਿਦਕ ਆਪਣਾ ਭਰੋਸਾ ਆਪਣਾ ਵਿਸ਼ਵਾਸ ਗੁਰੂ ਉੱਪਰ ਅਟਲ ਰੱਖਦਾ ਹੋਇਆ ਸਿਦਕ ਭਰੋਸਾ ਨਾ ਹਾਰੇ। ਭਾਈ ਸਾਹਿਬ ਜੀ ਨੇ ਪੌੜੀ ਰਚਨਾ ਕੀਤੀ, ਜੇ ਮਾਂ ਹੋਵੇ ਜਾਰਨੀ ਕਿਉਂ ਪੁੱਤ ਪਤਾਰੇ, ਗਾਈ ਗਾਈ ਮਾਣਕ ਨਿਕਲਿਆ ਪੇਟ ਪਾੜ ਨਾ ਮਾਰੇ, ਜੇ ਪਿਰ ਬਹੁ ਘਰ ਹੰਢਣਾ ਸਤ ਰੱਖੈ ਨਾਰੇ, ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ, ਜੇ ਮਦ ਪੀਤਾ ਬਾਹਮਣੀ ਲੋਏ ਲੁੱਝਣ ਸਾਰੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਮਨ ਵਿੱਚ ਅਭਿਮਾਨ ਬਣ ਜਾਣਾ ਵੀ ਕੁਦਰਤੀ ਸੀ ਕਿਉਂਕਿ ਆਪ ਭਾਈ ਸਾਹਿਬ ਉਸ ਸਮੇਂ ਵੀ ਅਡੋਲ ਭਰੋਸੇ ਵਿੱਚ ਰਹਿ ਕੇ ਗੁਰੂ ਦੇ ਚਰਨਾਂ ਨਾਲ ਜੁੜੇ ਰਹੇ, ਜਿਸ ਸਮੇਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੇ ਸਤਿਗੁਰਾਂ ਦੀ ਰੀਤੀ ਦੇ ਉਲਟ ਦੋ ਤਲਵਾਰਾਂ ਧਾਰਨ ਕੀਤੀਆਂ। ਅਨੇਕਾਂ ਨੇ ਤਰਕ ਕੀਤੀ ਪਰ ਭਾਈ ਸਾਹਿਬ ਅਡੋਲ ਗੁਰੂ ਉੱਪਰ ਨਿਸ਼ਚਾ ਰੱਖ ਕੇ ਗੁਰੂ ਭਾਵਨੀ ਦੇ ਨਾਲ ਗੁਰੂ ਚਰਨਾਂ ਵਿੱਚ ਤਤਪਰ ਸੇਵਾ ਵਿੱਚ ਰਹੇ। ਸ਼ਸਤਰ ਘੋੜੇ ਖਰੀਦਣੇ ਤੇ ਰੱਖਣੇ ਵੀ ਸਾਹਿਬਾਂ ਨੇ ਆਰੰਭ ਕਰ ਦਿੱਤੇ, ਸੂਰਮਿਆਂ ਨੂੰ ਭਰਤੀ ਕਰਕੇ ਜੰਗੀ ਮਸ਼ਕਾਂ ਕਰਨੀਆਂ ਵੀ ਆਰੰਭੀਆਂ, ਸ਼ਾਮ ਦੇ ਸਮੇਂ ਘੋੜਿਆਂ ਤੇ ਸਵਾਰ ਹੋ ਕੇ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਖੇਡਣ ਵੀ ਲੱਗ ਪਏ। ਇਸ ਸਾਰੀ ਕਿਰਿਆ ਨੂੰ ਦੇਖ ਕੇ ਚੰਗੇ ਚੰਗੇ ਕਰਨੀ ਵਾਲੇ ਗੁਰਸਿੱਖਾਂ ਵੀ ਤਰਕ ਕੀਤੀ, ਭਈ ਵੇਖੋ ਪਹਿਲੇ ਸਤਿਗੁਰਾਂ ਤਾਂ ਨੇਮ ਨਾਲ ਧਰਮਸ਼ਾਲਾ ਵਿੱਚ ਬੈਠਦੇ ਸਨ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਥਾਂ ਵਿੱਚ ਟਿਕ ਕੇ ਬੈਠਦੇ ਹੀ ਨਹੀਂ, ਪਹਿਲੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਬਾਦਸ਼ਾਹ ਚੱਲ ਕੇ ਆਉਂਦੇ ਸਨ ਪਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਬਾਦਸ਼ਾਹ ਵਿਉਂਤਾ ਬਣਾ ਰਿਹਾ ਹੈ। ਪਹਿਲੇ ਸਤਿਗੁਰਾਂ ਦੀ ਤਰ੍ਹਾਂ ਇਸ ਸਤਿਗੁਰੂ ਦੇ ਦਰਸ਼ਨ ਸੰਗਤਾਂ ਨੂੰ ਹੁੰਦੇ ਹੀ ਨਹੀਂ ਕਿਉਂਕਿ ਇਹ ਦੌੜਿਆ ਹੀ ਫਿਰਦਾ ਹੈ, ਕਿਸੇ ਦੇ ਡਰਾਇਆ ਭੋਰਾ ਜਿੰਨਾ ਵੀ ਨਹੀਂ ਡਰਦਾ। ਪਹਿਲੇ ਪੰਜੇ ਸਤਿਗੁਰਾਂ ਸਿੰਘਾਸਨ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ ਪਰ ਇਸ ਨੇ ਹੁਣ ਕੁੱਤੇ ਰੱਖੇ ਹੋਏ ਹਨ, ਸ਼ਿਕਾਰ ਖੇਡਦੇ ਫਿਰਦੇ ਹਨ। ਪੰਜੇ ਗੁਰੂ ਤਾਂ ਗੁਰਬਾਣੀ ਉਚਾਰਨ ਕਰਦੇ ਰਹੇ, ਕੀਰਤਨ ਸੁਣਦੇ ਤੇ ਗੁਰਬਾਣੀ ਗਾਉਂਦੇ ਰਹੇ, ਇਹ ਛੇਵਾਂ ਗੁਰੂ ਨਾ ਬਾਣੀ ਰਚਦਾ ਹੈ ਨਾ ਸੁਣਦਾ ਹੈ ਤੇ ਨਾ ਹੀ ਗਾ ਕੇ ਸੰਗਤਾਂ ਨੂੰ ਸੁਣਾਉਂਦਾ ਹੈ। ਇਹ ਛੇਵਾਂ ਗੁਰੂ ਸਿੱਖ ਸੇਵਕਾਂ ਨੂੰ ਕੋਲ ਨਹੀਂ ਬਹਾਉਂਦਾ, ਪਹਿਲੇ ਸਤਿਗੁਰੂ ਸੇਵਕਾਂ ਨੂੰ ਕੋਲ ਬਿਠਾਲ ਕੇ ਪਿਆਰ ਕਰਦੇ ਸਨ ਪਰ ਇਸ ਨੇ ਦੋਖੀ ਦੁਸ਼ਟਾਂ ਪੈਂਦੇ ਖਾਂ ਵਰਗਿਆਂ ਨੂੰ ਮੂੰਹ ਲਾਇਆ ਹੋਇਆ ਹੈ, ਭਾਵ ਉਹਨਾਂ ਨੇ ਇਸ ਨੂੰ ਆਗੂ ਬਣਾਇਆ ਹੋਇਆ ਹੈ। ਭਾਈ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਸੱਚ ਕਦੀ ਵੀ ਲੁਕਾਇਆ ਲੁਕਦਾ ਨਹੀਂ, ਇਹ ਕੇਵਲ ਗੁਰੂ ਦਾ ਸਾਂਗ ਹੀ ਹੈ। ਉਹਨਾਂ ਸਿੱਖਾਂ ਨੂੰ ਸਮਝਾਉਣਾ ਕੀਤਾ ਭਾਈ ਗੁਰਦਾਸ ਜੀ ਨੇ ਉਸ ਸਮੇਂ ਵੀ ਕਿ ਜਿਹੜੇ ਪੱਕੇ ਸਿੱਖ ਹਨ ਉਹ ਤਾਂ ਭੰਵਰੇ ਵਾਂਗ ਹਨ, ਜਿਵੇਂ ਭੌਰਾ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਰੰਗ ਦੇਖ ਕੇ ਭਟਕਦਾ ਨਹੀਂ, ਉਹ ਫੁੱਲ ਦੀ ਸੁਗੰਧੀ ਤੇ ਰਸ ਪ੍ਰਾਪਤ ਕਰਦਾ ਹੈ। ਇਸੇ ਤਰ੍ਹਾਂ ਵਿਸ਼ਵਾਸ ਵਾਲੇ ਗੁਰਸਿੱਖ ਗੁਰੂ ਦੇ ਇਸ ਸਵਾਂਗ ਰਚਣ ਤੇ ਭਰਮਦੇ ਨਹੀਂ, ਉਹ ਸਦਾ ਗੁਰੂ ਦੇ ਚਰਨਾਂ ਦੇ ਭੌਰੇ ਬਣੇ ਰਹਿੰਦੇ ਹਨ। ਸਿੱਖ ਦਾ ਨਿਸ਼ਚਾ ਹੈ, ਉਹ ਜਾਣਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਅਜਰ ਨੂੰ ਜਰ ਰਹੇ ਹਨ ਅਤੇ ਆਪਣੇ ਆਪ ਨੂੰ ਕਿਸੇ ਨੂੰ ਜਣਾ ਨਹੀਂ ਰਹੇ। ਭਾਈ ਗੁਰਦਾਸ ਜੀ ਨੇ ਇਹ ਘਟਨਾ ਇਸ ਵਾਰ ਦੀ ਪੌੜੀ ਵਿੱਚ ਰਚਨਾ ਕੀਤੀ ਹੈ ਕਿ ਧਰਮਸ਼ਾਲ ਘਰ ਬਹੀ ਦਾ ਇਕਤ ਥਾਂ ਨਾ ਟਿਕਾ ਟਿਕਾਇਆ, ਪਾਤਸ਼ਾਹ ਘਰ ਆਮਦੇ ਗੜ ਚੜਿਆ ਪਾਤਸ਼ਾਹ ਚੜਾਇਆ, ਉਮਤ ਮਹਿਲ ਨਾ ਪਾਵਦੀ ਨੱਠਾ ਫਿਰੈ ਨਾ ਡਰਾ ਡਰਾਇਆ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਚ ਖਿਲਾਇਆ, ਬਾਣੀ ਕਰ ਸੁਣ ਗਾਂਵ ਦਾ ਕਥੈ ਨਾ ਸੁਣੈ ਨਾ ਗਾਵ ਸੁਣਾਇਆ, ਸੇਵਕ ਪਾਸ ਨਾ ਰੱਖੀਅਨ ਦੋਖੀ ਦੁਸ਼ਟ ਆਗੂ ਮੂੰਹ ਲਾਇਆ, ਸੱਚ ਨਾ ਲੁਕੈ ਲੁਕਾਇਆ ਚਰਨ ਕਮਲ ਸਿੱਖ ਭਮਰ ਲਭਾਇਆ, ਅਜਰ ਜਰੈ ਨਾ ਆਪ ਜਣਾਇਆ। ਐਸੇ ਬਦਲੇ ਹੋਏ ਸਵਾਂਗ ਵਿੱਚ ਵੀ ਭਾਈ ਸਾਹਿਬ ਸਿੱਖਾਂ ਨੂੰ ਧੀਰਜ ਤੇ ਸਿਦਕ ਰੱਖਣ ਲਈ ਉਪਦੇਸ਼ ਕਰਦੇ ਰਹੇ ਤੇ ਪ੍ਰੇਰਣਾ ਦਿੰਦੇ ਰਹੇ ਕਿ ਜੇ ਗੁਰੂ ਸਵਾਂਗ ਵੀ ਰਚੇ ਸਿੱਖ ਆਪਣੇ ਸਿਦਕ ਤੇ ਸਿੱਖ ਆਪਣੇ ਭਰੋਸੇ ਤੇ ਸਿੱਖ ਆਪਣੇ ਵਿਸ਼ਵਾਸ ਤੇ ਕਾਇਮ ਰਹੇ। ਭਾਈ ਸਾਹਿਬ ਜੀ ਦੇ ਆਪਣੇ ਹੀ ਕਥਨ ਅਨੁਸਾਰ ਗੁਰਸਿੱਖੀ ਦਾ ਮਾਰਗ ਬਹੁਤ ਕਠਿਨ ਹੈ, ਗੁਰਸਿੱਖੀ ਖੰਡੇ ਦੀ ਧਾਰ ਵਾਂਗੀ ਤਿੱਖੀ ਹੈ, ਗੁਰਸਿੱਖੀ ਦਾ ਮਾਰਗ ਬਹੁਤ ਬਰੀਕ ਤੇ ਸੂਖਮ ਹੈ, ਇੱਥੇ ਕੀੜੀ ਤੇ ਮੱਛਰ ਵਰਗੀ ਹੌਲੀ ਚੀਜ਼ ਉਹ ਵੀ ਨਹੀਂ ਟਿਕ ਸਕਦੀ, ਭਾਵ ਰਤੀ ਮਾਤਰ ਰੰਚਕ ਮਾਤਰ ਹੰਗਤਾ ਹਾਂ ਰੱਖਣ ਵਾਲਾ ਵੀ ਗੁਰਸਿੱਖੀ ਦੇ ਮਾਰਗ ਤੇ ਨਹੀਂ ਚੱਲ ਸਕਦਾ, ਗੁਰਸਿੱਖ ਬਣਨ ਵਾਸਤੇ ਆਪਾ ਭਾਵ ਗਵਾਉਣਾ ਹੀ ਪੈਂਦਾ ਹੈ। ਸੋ ਇਸ ਕਰਕੇ ਹੇ ਭਰਾਵੋ, ਗੁਰਸਿੱਖੀ ਵਾਲ ਨਾਲੋਂ ਵੀ ਬਰੀਕ ਹੈ,
ਇੱਥੇ ਤਾਂ ਜਿਵੇਂ ਤੇਲ ਦੀ ਪ੍ਰਾਪਤੀ ਲਈ ਤਿਲ ਤਿਲਾਂ ਨੂੰ ਕੋਹਲੂ ਵਿੱਚ ਪੀੜਿਆ ਜਾਂਦਾ ਹੈ, ਇਹੋ ਜਿਹੀ ਕੁਰਬਾਨੀ ਕਰਨੀ ਪੈਂਦੀ ਹੈ। ਭਾਈ ਗੁਰਦਾਸ ਜੀ ਦਾ ਇਸ ਪ੍ਰਥਾਏ ਬਚਨ ਹੈ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉਥੇ ਟਿਕੈ ਨਾ ਭੁਣਹਣਾ, ਚੱਲ ਨਾ ਸਕੈ ਉੱਪਰ ਕੀੜੀ, ਵਾਲੋਂ ਨਿੱਕੀ ਆਖੀਐ ਤੇਲ ਤਿਲੋਂ ਲੈ ਕੋਹਲੂ ਪੀੜੀ। ਜਦੋਂ ਗੁਰੂ ਜੀ ਨੂੰ ਕੀੜੀ ਤੇ ਮੱਛਰ ਜਿੰਨੀ ਵੀ ਹਉਮੈ ਪ੍ਰਵਾਨ ਨਹੀਂ, ਫਿਰ ਗੁਰੂ ਪਾਤਸ਼ਾਹ ਜੀ ਨੇ ਹਉ ਰਹਿਤ ਕਰਨ ਵਾਸਤੇ ਕੋਈ ਉਪਾਅ ਤਾਂ ਕਰਨਾ ਹੀ ਸੀ ਨਾ। ਜਦੋਂ ਭਾਈ ਗੁਰਦਾਸ ਜੀ ਨੇ ਇਹ ਸਵਈਆ ਉਚਾਰ ਦਿੱਤਾ ਕਿ ਸਿੱਖ ਸਿਦਕ ਨਾ ਹਾਰੇ, ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਕੋਲ ਸੱਦਿਆ ਤੇ ਹੁਕਮ ਕੀਤਾ, ਭਾਈ ਸਾਹਿਬ ਜੀ ਤੁਸੀਂ ਸਾਡੇ ਯੋਧਿਆਂ ਵਾਸਤੇ ਕਾਬਲ ਤੋਂ ਚੰਗੀ ਨਸਲ ਦੇ ਘੋੜੇ ਖਰੀਦ ਕੇ ਲਿਆਓ, ਮਾਇਆ ਜਿੰਨੀ ਚਾਹੀਦੀ ਹੈ ਲੈ ਜਾਵੋ, ਸਾਡੀ ਪ੍ਰਵਾਨਗੀ ਉੱਪਰ ਤੁਸਾਂ ਸੌਦਾਗਰਾਂ ਨੂੰ ਰਕਮ ਤਾਰ ਦੇਣੀ। ਗੁਰੂ ਹੁਕਮ ਮੰਨ ਕੇ ਭਾਈ ਸਾਹਿਬ ਗੁਰਸਿੱਖਾਂ ਸਮੇਤ ਮੰਜਲੋ ਮੰਜਲੀ ਕਾਬਲ ਪਹੁੰਚ ਗਏ। ਮੰਡੀ ਵਿੱਚੋਂ ਸੋਹਣੇ ਘੋੜੇ ਖਰੀਦ ਕੇ ਅੰਮ੍ਰਿਤਸਰ ਨੂੰ ਭੇਜ ਦਿੱਤੇ। ਸਾਹਿਬਾਂ ਦੇ ਪ੍ਰਵਾਨਗੀ ਦੇਣ ਤੇ ਸੌਦਾਗਰਾਂ ਨੂੰ ਮੁੱਲ ਤਾਰਨ ਲਈ ਆਪਣੇ ਤੰਬੂ ਵਿੱਚ ਗਏ। ਜਦੋਂ ਖੁਰਜੀ ਖੋਲ੍ਹ ਕੇ ਵੇਖਿਆ, ਭਾਵ ਜਿਸ ਵਿੱਚ ਮਾਇਆ ਪਈ ਹੋਈ ਸੀ ਉਸ ਭਾਂਡੇ ਨੂੰ ਖੋਲ੍ਹ ਕੇ ਵੇਖਿਆ ਤਾਂ ਸਭ ਮੋਹਰਾਂ ਭਾਈ ਸਾਹਿਬ ਜੀ ਨੂੰ ਠੀਕਰੀਆਂ ਨਜ਼ਰ ਆਈਆਂ। ਇਹ ਕੌਤਕ ਵੇਖ ਕੇ ਭਾਈ ਸਾਹਿਬ ਬਹੁਤ ਘਬਰਾਏ ਕਿ ਇਹ ਕੀ ਬਣਿਆ, ਇਹ ਪਠਾਣਾਂ ਦਾ ਦੇਸ਼ ਹੈ, ਪੰਜਾਬ ਇੱਥੋਂ ਬਹੁਤ ਦੂਰ ਹੈ, ਘੋੜਿਆਂ ਦੇ ਸੌਦਾਗਰ ਆਪਣੇ ਨਾਲ ਠੱਗੀ ਹੋਈ ਦੱਸ ਕੇ ਸਾਨੂੰ ਕੈਦ ਕਰਵਾ ਦੇਣਗੇ, ਬੜੀ ਔਖੀ ਗੱਲ ਬਣ ਗਈ ਹੈ। ਸਭ ਕੁਝ ਸੋਚ ਵਿਚਾਰ ਕੇ ਕੈਦ ਪੈਣ ਅਤੇ ਨਮੋਸ਼ੀ ਦੇ ਡਰੋਂ ਆਪ ਖੁਰਜੀਆਂ ਨੂੰ ਖੁੱਲ੍ਹਾ ਛੱਡ ਕੇ ਤੰਬੂ ਦੇ ਪਿਛਲੇ ਪਾਸਿਓਂ ਦੀ ਨਿਕਲ ਗਏ। ਭੇਸ ਬਦਲ ਕੇ ਜੰਗਲਾਂ ਬੇਲਿਆਂ ਵਿੱਚ ਦੀ ਭੁੱਖੇ ਤੇ ਆਏ ਮੰਜਲੋ ਮੰਜਲੀ ਆਗਰੇ ਹੋ ਕੇ ਕਾਂਚੀ ਪਹੁੰਚ ਗਏ। ਉਧਰ ਸਿੱਖਾਂ ਨੇ ਥੋੜਾ ਸਮਾਂ ਉਡੀਕਿਆ ਤੇ ਸੋਚਿਆ ਕਿ ਕੀ ਕਾਰਨ ਹੋਇਆ ਭਾਈ ਸਾਹਿਬ ਤੰਬੂ ਵਿੱਚੋਂ ਮਾਇਆ ਲੈ ਕੇ ਬਾਹਰ ਹੀ ਨਹੀਂ ਆਏ। ਜਦੋਂ ਅੰਦਰ ਗਏ ਮੋਹਰਾਂ ਅਤੇ ਰੁਪਈਆਂ ਦੀਆਂ ਖੁਰਜੀਆਂ ਦੇ ਮੂੰਹ ਖੁੱਲ੍ਹੇ ਪਏ ਸਨ, ਪਰ ਭਾਈ ਸਾਹਿਬ ਅੰਦਰ ਨਹੀਂ ਸਨ। ਸਿੱਖਾਂ ਨੇ ਸੌਦਾਗਰਾਂ ਨੂੰ ਬਣਦੀ ਮਾਇਆ ਦੇ ਕੇ ਉਹਨਾਂ ਦਾ ਹਿਸਾਬ ਚੁਕਤਾ ਕੀਤਾ ਤੇ ਬਾਕੀ ਬਚਦੀ ਮਾਇਆ ਲੈ ਕੇ ਅੰਮ੍ਰਿਤਸਰ ਸਾਹਿਬ ਸਾਹਿਬਾਂ ਦੇ ਚਰਨਾਂ ਵਿੱਚ ਆ ਪੁੱਜੇ। ਭਾਈ ਬਿਧੀ ਚੰਦ ਜੀ ਤੇ ਭਾਈ ਜੇਠਾ ਜੀ ਨੇ ਸਾਰੀ ਵਾਰਤਾ ਗੁਰਦੇਵ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ। ਜਾਣੀ ਜਾਣ ਸਤਿਗੁਰੂ ਮੁਸਕਰਾਏ ਤੇ ਜਾਣ ਲਿਆ ਕਿ ਭਾਈ ਜੀ ਗੁਰੂ ਦੇ ਸਵਾਂਗ ਵਿੱਚ ਪੂਰੇ ਨਹੀਂ ਉਤਰ ਸਕੇ। ਉਧਰ ਭਾਈ ਸਾਹਿਬ ਨੇ ਕਾਂਚੀ ਪੁੱਜ ਕੇ ਗੁਰਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੱਤਾ। ਧਰਮਸਾਲ ਵਿੱਚ ਸਵੇਰੇ ਸ਼ਾਮ ਗੁਰੂ ਕੀ ਬਾਣੀ ਦੀ ਕਥਾ ਕਰਨੀ ਆਰੰਭੀ। ਕੋਈ ਸ਼ੰਕਾ ਹੁੰਦਾ ਤੇ ਭਾਈ ਸਾਹਿਬ ਬੜੀ ਬਾ ਦਲੀਲ ਸਾਰਿਆਂ ਨੂੰ ਸੰਤੁਸ਼ਟ ਕਰਦੇ। ਰਾਜੇ ਤੱਕ ਭਾਈ ਸਾਹਿਬ ਦੇ ਸ਼ਰਧਾਲੂ ਬਣ ਗਏ। ਭਾਈ ਜੀ ਨੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਉੱਥੇ ਕੀਤਾ ਗੁਰੂ ਕੀ ਕਾਂਛੀ ਵਿੱਚ। ਭਾਈ ਸਾਹਿਬ ਜੀ ਦੇ ਅੰਦਰ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਅਤੇ ਆਪਣੀ ਭੁੱਲ ਦਾ ਪਛਤਾਵਾ ਸਦਾ ਉਹਨਾਂ ਨੂੰ ਸਲਦਾ ਰਹਿੰਦਾ ਤੇ ਸਦਾ ਆਪ ਜੀ ਗੁਰੂ ਚਰਨਾਂ ਵਿੱਚ ਭੁੱਲ ਦੀ ਮੁਆਫੀ ਅਤੇ ਦਰਸ਼ਨਾਂ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੇ ਰਹਿੰਦੇ। ਜਾਣੀ ਜਾਣ ਗੁਰਦੇਵ ਨੇ ਭਾਈ ਸਾਹਿਬ ਜੀ ਦੀਆਂ ਅਰਦਾਸਾਂ ਤੇ ਆਰਾਧਨਾ ਨੂੰ ਸੁਣ ਕੇ ਕਾਂਛੀ ਦੇ ਰਾਜ ਨੂੰ ਪੱਤਰਿਕਾ ਲਿਖੀ ਕਿ ਇੱਕ ਸਿੱਖ ਦੇ ਹੱਥੀਂ ਭੇਜੀ ਕਿ ਸਾਡਾ ਇੱਕ ਚੋਰ ਜਿਸਦਾ ਨਾਮ ਗੁਰਦਾਸ ਹੈ ਤੁਹਾਡੇ ਸ਼ਹਿਰ ਵਿੱਚ ਰਹਿੰਦਾ, ਤੁਸੀਂ ਉਸ ਦੀਆਂ ਮੁਸ਼ਕਾਂ ਬਣ ਕੇ ਸਾਡੇ ਪਾਸ ਛੇਤੀ ਭੇਜ ਦਿਓ, ਤੁਹਾਡੇ ਉੱਤੇ ਗੁਰੂ ਕੀ ਖੁਸ਼ੀ ਹੋਵੇਗੀ। ਰਾਜੇ ਨੇ ਪੱਤਰਿਕਾ ਪੜ੍ਹ ਕੇ ਟੂਲ ਭਾਲ ਆਰੰਭੀ। ਰਾਜ ਦਰਬਾਰ ਵਿੱਚੋਂ ਜਦੋਂ ਕਥਾ ਕਰਨ ਵਾਸਤੇ ਭਾਈ ਗੁਰਦਾਸ ਜੀ ਆਏ, ਰਾਜੇ ਨੇ ਸੁੱਧੇ ਸਿੱਧ ਪੁੱਛਿਆ ਕਿ ਸਤਿਗੁਰਾਂ ਦੀ ਪੱਤਰਿਕਾ ਆਈ ਹੈ, ਇਸ ਸ਼ਹਿਰ ਵਿੱਚ ਕੋਈ ਹੋਰ ਵੀ ਗੁਰਦਾਸ ਨਾਮ ਦਾ ਸਿੱਖ ਹੈ ਜਿਸ ਨੂੰ ਸਤਿਗੁਰੂ ਜੀ ਨੇ ਚੋਰ ਲਿਖਿਆ ਹੈ ਅਤੇ ਉਸ ਨੂੰ ਮੁਸ਼ਕਾਂ ਬੰਨ ਕੇ ਅੰਮ੍ਰਿਤਸਰ ਸਾਹਿਬ ਭੇਜਣ ਲਈ ਹੁਕਮ ਕੀਤਾ ਹੈ? ਸਤਿਗੁਰੂ ਜੀ ਦੀ ਪੱਤਰਿਕਾ ਪੜ੍ਹ ਕੇ ਭਾਈ ਸਾਹਿਬ ਨੇ ਰਾਜੇ ਨੂੰ ਬਿਨਾਂ ਝਿਜਕ ਕਿਹਾ ਕਿ ਹੇ ਰਾਜਨ, ਮੈਂ ਹੀ ਗੁਰੂ ਕਾ ਚੋਰ ਹਾਂ, ਮੈਨੂੰ ਹੀ ਮੁਸ਼ਕਾਂ ਬੰਨ ਕੇ ਪੇਸ਼ ਕਰਨ ਲਈ ਸਤਿਗੁਰਾਂ ਹੁਕਮ ਭੇਜਿਆ ਹੈ। ਸਾਰੀ ਹੱਡ ਬੀਤੀ ਰਾਜੇ ਨੂੰ ਸੁਣਾਈ ਤੇ ਕਿਹਾ ਕਿ ਤੁਸੀਂ ਮੇਰੀਆਂ ਮੁਸ਼ਕਾਂ ਬੰਨ ਕੇ ਮੈਨੂੰ ਸਿੱਖਾਂ ਦੇ ਹਵਾਲੇ ਕਰ ਦਿਓ। ਇਸ ਤਰ੍ਹਾਂ ਭਾਈ ਸਾਹਿਬ ਗੁਰਸਿੱਖਾਂ ਸਮੇਤ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਅਤੇ ਆਪਣੀ ਭੁੱਲ ਬਖਸ਼ਾਈ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ ਪੁੱਛਿਆ, ਭਾਈ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਇਹ ਕੀ ਹੋਇਆ? ਤਾਂ ਭਾਈ ਗੁਰਦਾਸ ਜੀ ਨੇ ਗੁਰੂ ਚਰਨਾਂ ਵਿੱਚ ਖਲੋ ਕੇ ਬੇਨਤੀ ਕੀਤੀ, ਪਾਤਸ਼ਾਹ ਜਿਸ ਤਰ੍ਹਾਂ ਧਰਤੀ ਉੱਪਰ ਬੜੇ ਬੜੇ ਮਜ਼ਬੂਤ ਕਿਲੇ ਹਨ ਪਰ ਜਦੋਂ ਭੁਚਾਲ ਆਉਂਦਾ ਹੈ ਨਾ ਤਾਂ ਸਾਰੇ ਕੰਬ ਜਾਂਦੇ ਹਨ। ਪਾਤਸ਼ਾਹ ਜੀਓ, ਜਦੋਂ ਹਨੇਰੀ ਵਗਦੀ ਹੈ ਨਾ ਤਾਂ ਸਾਰੇ ਵੱਡੇ ਛੋਟੇ ਦਰਖਤ ਹਿੱਲਣ ਲੱਗ ਪੈਂਦੇ ਹਨ। ਹੇ ਦਾਤਾ, ਜਦੋਂ ਜੰਗਲ ਵਿੱਚ ਅੱਗ ਲੱਗੇ ਤਾਂ ਛੋਟੇ ਵੱਡੇ ਸਾਰੇ ਘਾਹ ਬੂਟੇ ਸੜ ਜਾਂਦੇ ਹਨ। ਹੇ ਮੇਰੇ ਦਾਤਾ, ਦਰਿਆ ਵਿੱਚ ਜੇ ਹੜ੍ਹ ਆ ਜਾਵੇ ਤਾਂ ਉਸ ਨੂੰ ਕੌਣ ਰੋਕ ਸਕਦਾ ਹੈ? ਭਾਵ ਕੋਈ ਨਹੀਂ ਰੋਕ ਸਕਦਾ। ਹੇ ਗਰੀਬ ਨਵਾਜ ਜੀ, ਜੇ ਆਕਾਸ਼ ਹੀ ਪਾਟ ਜਾਵੇ ਉਸ ਨੂੰ ਟਾਕੀ ਕੌਣ ਲਾ ਸਕਦਾ ਹੈ? ਜੇ ਕੋਈ ਕਹੇ ਕਿ ਮੈਂ ਅੰਬਰ ਪਾਟੇ ਨੂੰ ਜੋੜ ਦਿਆਂਗਾ, ਇਹ ਸਭ ਝੂਠ ਹੈ। ਜਿਹੜੇ ਗੁਰੂ ਦੇ ਸਾਂਗ ਵਿੱਚ ਸਾਬਤ ਰਹਿੰਦੇ ਹਨ ਉਹ ਬਹੁਤ ਥੋੜੇ ਬੰਦੇ ਹਨ। ਅਤੇ ਫਿਰ ਭਾਈ ਸਾਹਿਬ ਨੇ ਇੱਕ ਪੌੜੀ ਰਚਨਾ ਕੀਤੀ, ਧਰਤੀ ਉੱਪਰ ਕੋਟ ਗੜ੍ਹ
ਭੁਚਾਲ ਕਮੰਦੇ ਝੱਖੜ ਆਏ ਤਰਵਰਾਂ ਸਰਬੱਤ ਹਲੰਦੇ ਡਵ ਲੱਗੇ ਉਜਾੜ ਵਿੱਚ ਸਭ ਘਾ ਜਲੰਦੇ ਹੜ ਆਏ ਕਿਨ ਥੰਮਿਓਨ ਦਰਿਆਵ ਵਹੰਦੇ ਅੰਬਰ ਪਾਟੇ ਥਿਗਲੀ ਕੁੜਿਆਰ ਕਰੰਦੇ ਸਾਂਗੈ ਅੰਦਰ ਸਾਬਤੇ ਸੇ ਵਿਰਲੇ ਬੰਦੇ ਸਾਂਗੈ ਅੰਦਰ ਸਾਬਤੇ ਸੇ ਵਿਰਲੇ ਬੰਦੇ। ਭਾਈ ਗੁਰਦਾਸ ਜੀ ਨੇ ਗੁਰੂ ਚਰਨਾਂ ਵਿੱਚ ਆਜਿਜ਼ ਹੋ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇ ਦੇਵੇ ਤਾਂ ਉਸਨੂੰ ਕੌਣ ਬਚਾ ਸਕਦਾ ਹੈ, ਭਾਵ ਕੋਈ ਨਹੀਂ ਬਚਾ ਸਕਦਾ। ਜੇ ਪਹਿਰਾ ਦੇਣ ਵਾਲਾ ਹੀ ਘਰ ਦੀ ਚੋਰੀ ਕਰਨ ਲੱਗ ਜਾਵੇ ਤਾਂ ਉਸਦੀ ਰਖਵਾਲੀ ਕੌਣ ਕਰ ਸਕਦਾ ਹੈ, ਭਾਵ ਕੋਈ ਨਹੀਂ ਕਰ ਸਕਦਾ। ਜੇ ਬੇੜੀ ਹੀ ਮਲਾਹ ਡੋਬਣਾ ਚਾਹੇ ਫਿਰ ਬੇੜੀ ਪਾਰ ਕਿਵੇਂ ਉਤਰ ਸਕਦੀ ਹੈ, ਭਾਵ ਨਹੀਂ ਉਤਰ ਸਕਦੀ, ਨਹੀਂ ਬਚ ਸਕਦੀ। ਜੇ ਆਗੂ ਹੀ ਸਾਥੀਆਂ ਨੂੰ ਉਜਾੜ ਵੱਲ ਲੈ ਤੁਰੇ ਤਾਂ ਕਿਸ ਅੱਗੇ ਪੁਕਾਰ ਕੀਤੀ ਜਾ ਸਕਦੀ ਹੈ, ਭਾਵ ਕਿਸੇ ਅੱਗੇ ਵੀ ਪੁਕਾਰ ਨਹੀਂ ਕੀਤੀ ਜਾ ਸਕਦੀ। ਜੇ ਰਖਵਾਲੀ ਲਈ ਲਾਈ ਹੋਈ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਉਸ ਖੇਤ ਦੀ ਰਖਵਾਲੀ ਕਿਵੇਂ ਹੋ ਸਕਦੀ ਹੈ, ਭਾਵ ਕਦੇ ਨਹੀਂ ਹੋ ਸਕਦੀ। ਪਾਤਸ਼ਾਹ ਜੇ ਗੁਰੂ ਹੀ ਸਵਾਂਗ ਰਚ ਕੇ ਸਿੱਖ ਨੂੰ ਭਰਮਾਉਣਾ ਚਾਹੇ ਸਿੱਖ ਵਿਚਾਰੇ ਦੀ ਕੀ ਹੈਸੀਅਤ ਕਿ ਉਸ ਸਵਾਂਗ ਵਿੱਚ ਸਾਬਤ ਰਹਿ ਸਕੇ, ਭਾਵ ਨਹੀਂ ਰਹਿ ਸਕਦਾ। ਜੇ ਮਾਉ ਪੁੱਤੈ ਵਿਸ ਦੇ ਤਿਸ ਤੇ ਕਿਸ ਪਿਆਰਾ ਜੇ ਘਰ ਪੰਨੈ ਪਾਹਰੂ ਕੌਣ ਰੱਖਣ ਹਾਰਾ ਬੇੜਾ ਡੋਬੈ ਪਾਤਣੀ ਕਿਉਂ ਪਾਰ ਉਤਾਰਾ ਆਗੂ ਲੈ ਉੱਜੜ ਪਵੇ ਕਿਸ ਕਰੈ ਪੁਕਾਰਾ ਜੇਕਰ ਖੇਤੈ ਖਾਏ ਵਾੜ ਕੋਲ ਹੈ ਨ ਸਾਰਾ ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ ਕਿਆ ਸਿੱਖ ਵਿਚਾਰਾ। ਭਾਈ ਸਾਹਿਬ ਜੀ ਦੇ ਬੜੇ ਪਿਆਰ ਵਿੱਚ ਭਿੱਜੇ ਨਿਮਰਤਾ ਨਾਲ ਭਰਪੂਰ ਬਚਨ ਸਤਿਗੁਰੂ ਜੀ ਸੁਣੀ ਗਏ। ਅਖੀਰ ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਤੁਸੀਂ ਹੀ ਦੱਸੋ ਕਿ ਕਿਵੇਂ ਗੁਰੂ ਦੀ ਪ੍ਰੀਖਿਆ ਗੁਰੂ ਦੇ ਸਵਾਂਗ ਵਿੱਚੋਂ ਸਿੱਖ ਪੂਰਾ ਉਤਰ ਸਕਦਾ ਹੈ। ਭਾਈ ਸਾਹਿਬ ਜੀ ਨੇ ਉੱਤਰ ਦਿੱਤਾ ਗਰੀਬ ਨਿਵਾਜ, ਸਿੱਖ ਕਦੇ ਵੀ ਗੁਰੂ ਦੇ ਸਵਾਂਗ ਵਿੱਚ ਪੂਰਾ ਨਹੀਂ ਉਤਰ ਸਕਦਾ, ਆਪ ਦੀ ਓਟ ਤੇ ਆਪ ਜੀ ਦੇ ਆਸਰੇ ਨਾਲ ਹੀ ਸਿੱਖ ਗੁਰੂ ਕਸਵੱਟੀ ਤੇ ਪੂਰਾ ਉਤਰ ਸਕਦਾ ਹੈ, ਆਪਣੇ ਜ਼ੋਰ ਨਾਲ ਕਦਾਚਿਤ ਨਹੀਂ। ਜਿਸ ਤਰ੍ਹਾਂ ਲੂਣ ਤੇ ਕਾਗਜ਼ ਪਾਣੀ ਵਿੱਚ ਪਾ ਦਈਏ ਝੱਟ ਗਲ ਜਾਂਦੇ ਨੇ, ਜੇ ਲੂਣ ਅਤੇ ਕਾਗਜ਼ ਨੂੰ ਘਿਓ ਨਾਲ ਚੋਪੜ ਕੇ ਪਾਣੀ ਵਿੱਚ ਪਾ ਦਈਏ ਫਿਰ ਨਹੀਂ ਗਲਦੇ। ਜਿਵੇਂ ਰੂਈ ਅੱਗ ਦੇ ਮੂਹਰੇ ਇੱਕ ਛਿਨ ਵੀ ਟਿਕ ਨਹੀਂ ਸਕਦੀ, ਪਰ ਜੇ ਉਸੇ ਰੂਈ ਦੀ ਵੱਟੀ ਬਣਾ ਕੇ ਤੇਲ ਵਿੱਚ ਪਾ ਦਈਏ ਫਿਰ ਸਾਰੀ ਰਾਤ ਬਲਦੀ ਰਹਿੰਦੀ ਹੈ ਤੇ ਪ੍ਰਕਾਸ਼ ਵੀ ਦਿੰਦੀ ਹੈ। ਗੁੱਡੀ ਭਾਵ ਪਤੰਗ ਭਾਵੇਂ ਆਕਾਸ਼ ਵਿੱਚ ਚੜਿਆ ਹੋਵੇ ਪਰ ਗੁੱਡੀ ਆਕਾਸ਼ ਵਿੱਚ ਓਨਾ ਚਿਰ ਹੀ ਉਡਾਰੀਆਂ ਮਾਰਦੀ ਹੈ ਜਿੰਨਾ ਚਿਰ ਡੋਰ ਦੇ ਨਾਲ ਜੁੜੀ ਰਹਿੰਦੀ ਹੈ। ਡੋਰ ਨਾਲੋਂ ਟੁੱਟੀ ਪਤੰਗ ਇੱਕਦਮ ਧਰਤੀ ਤੇ ਡਿੱਗ ਪੈਂਦੀ ਹੈ। ਸੱਪ ਦੇ ਜ਼ਹਿਰ ਤੋਂ ਕੋ ਬਚ ਨਹੀਂ ਸਕਦਾ, ਪਰ ਜੇ ਮੂੰਹ ਵਿੱਚ ਗਾਰੜੂ ਬੂਟੀ ਪਾਈ ਹੋਵੇ ਫਿਰ ਸੱਪ ਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ। ਰਾਜਾ ਜੇ ਫਕੀਰ ਦਾ ਰੂਪ ਧਾਰ ਕੇ ਫਿਰਦਾ ਹੈ ਉਸਦਾ ਮਕਸਦ ਪ੍ਰਜਾ ਦੇ ਦੁੱਖ ਸੁਣ ਕੇ ਉਹਨਾਂ ਨੂੰ ਦੂਰ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜਿਸ ਸਿੱਖ ਦੀ ਗੁਰੂ ਆਪ ਅੰਗ ਸੰਗ ਹੋ ਕੇ ਸਹਾਇਤਾ ਤੇ ਰੱਖਿਆ ਕਰੇ ਉਹ ਹੀ ਕੇਵਲ ਤੇ ਕੇਵਲ ਉਹ ਹੀ ਗੁਰੂ ਦੇ ਰਚੇ ਸਵਾਂਗ ਵਿੱਚੋਂ ਪੂਰਾ ਉਤਰ ਸਕਦਾ ਹੈ, ਹੋਰ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਅਗਲੀ ਪੌੜੀ ਰਚਨਾ ਕੀਤੀ 35ਵੀਂ ਵਾਰ ਦੀ 23ਵੀਂ ਪੌੜੀ, ਜਲ ਵਿੱਚ ਕਾਗਜ਼ ਲੂਣ ਜਿਉਂ ਘੇ ਚੋਪੜ ਪਾਏ, ਜਲ ਵਿੱਚ ਕਾਗਜ਼ ਲੂਣ ਜਿਉਂ ਘੇ ਚੋਪੜ ਪਾਏ ਦੇਵੀ ਦੀਵੇ ਵੱਟੀ ਤੇਲ ਦੇ ਸਭ ਰਾਤ ਜਲਾਏ ਵਾਏ ਮੰਡਲ ਜਿਉਂ ਡੋਰ ਫੜ ਗੁੱਡੀ ਉਡਾਏ ਮੂੰਹ ਵਿੱਚ ਗਰੜ ਦੁਗਾਰ ਪਾਏ ਜਿਉਂ ਸੱਪ ਲੜਾਏ ਰਾਜਾ ਫਿਰੈ ਫਕੀਰ ਹੋਏ ਸੁਣ ਦੁੱਖ ਮਿਟਾਏ ਸੰਗ ਹੈ ਅੰਦਰ ਸਾਬਤਾ ਜਿਸ ਗੁਰੂ ਸਹਾਏ, ਸੰਗ ਹੈ ਅੰਦਰ ਸਾਬਤਾ ਜਿਸ ਗੁਰੂ ਸਹਾਏ। ਕਈ ਵਾਰ ਹਉਮੈ ਐਸੇ ਸੂਖਸ਼ਮ ਢੰਗ ਨਾਲ ਅੰਦਰ ਪ੍ਰਵੇਸ਼ ਕਰਕੇ ਬੈਠ ਜਾਂਦੀ ਹੈ ਕਿ ਪਤਾ ਉਦੋਂ ਚੱਲਦਾ ਹੈ ਜਦੋਂ ਆਤਮਕ ਪੈਂਡੇ ਵਿੱਚ ਚੱਲਣ ਲਈ ਦੀਵਾਰ ਬਣ ਜਾਵੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਦੀ ਇੱਕ ਘਟਨਾ ਨੂੰ ਵਾਚੀਏ, ਸ਼ਾਇਦ ਕੁਝ ਸਮਝ ਪੈ ਜਾਵੇ।
ਗੁਰੂ ਘਰ ਦੇ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਆਤਮਾ ਨਾਮ ਸਿਮਰਨ ਦੀ ਕਮਾਈ ਨਾਲ ਰਸਲੀਨ ਹੋਈ ਆਤਮਾ ਸੀ। ਆਪ ਜੀ ਨੂੰ ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਨਾਲ ਗੁਰੂ ਚਰਨਾਂ ਨਾਲ ਪ੍ਰੀਤ ਪ੍ਰਾਪਤ ਹੋਈ, ਉਹਨਾਂ ਦਾ ਨਾਂ ਭਾਈ ਸਾਹਿਬ ਜੀ ਨੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਨਹੀਂ ਕੀਤਾ, ਨਾ ਉਹ ਨਹੀਂ ਦੱਸਿਆ। ਆਪ ਜੀ ਸਤਿਕਾਰ ਨਾਲ ਉਹਨਾਂ ਨੂੰ ਦਾਦਾ ਜੀ ਕਹਿ ਕੇ ਮੁਖਾਤਬ ਹੋਏ ਹਨ ਤੇ ਸਨਮਾਨ ਦੇ ਸੰਬੋਧਨ ਕਰਦੇ ਹਨ। ਆਪ ਜੀ ਹਰ ਰੋਜ਼ ਉਹਨਾਂ ਦੀ ਪ੍ਰੇਰਣਾ ਸਦਕਾ ਸ੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਘੰਟਿਆਂ ਬੱਧੀ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਾਮ ਜਪ ਦੀ ਕਮਾਈ ਕਰਦੇ। ਸਮੇਂ ਨਾਲ ਆਤਮਾ ਪਵਿੱਤਰ ਹੋ ਕੇ ਨਾਮ ਰਸ ਵਿੱਚ ਲੀਨ ਹੋ ਗਈ। 6-7 ਮਹੀਨੇ ਬੜੇ ਆਨੰਦ ਨਾਲ ਨਾਮ ਰਸ ਪੀਂਦਿਆਂ ਬਤੀਤ ਹੋ ਗਏ। ਇੱਕ ਸਮਾਂ ਐਸਾ ਆਇਆ ਨਾਮ ਰਸ ਵਿੱਚ ਤੋਟ ਪੈਣੀ ਸ਼ੁਰੂ ਹੋ ਗਈ, ਸੁਰਤ ਵਿੱਚ ਨਾਮ ਰਸ ਦੀ ਥਾਂ ਰੁੱਖਾਪਣ ਆਉਣਾ ਸ਼ੁਰੂ ਹੋ ਗਿਆ। ਭਾਈ ਸਾਹਿਬ ਇੱਕ ਦਿਨ ਆਪਣੇ ਦਾਤਾ ਲੋਕ ਜੀ ਪਾਸ ਗਏ। ਆਪ ਨੇ ਬੇਨਤੀ ਕੀਤੀ, ਮਹਾਰਾਜ ਜੀ ਗੁਰੂ ਮੇਰੇ ਨਾਲ ਪਿਛਲਾ ਸਮਾਂ ਨਾਮ ਰਸ ਮਾਣਦਿਆਂ ਬੜੇ ਆਨੰਦ ਵਿੱਚ ਬਤੀਤ ਹੋਇਆ, ਪਤਾ ਨਹੀਂ ਕੀ ਕਾਰਨ ਬਣਿਆ, ਨਾਮ ਦੀ ਰੌਂ ਘਟਣੀ ਆਰੰਭ ਹੋ ਗਈ ਹੈ ਤੇ ਨਾਮ ਦਾ ਰਸ ਵੀ ਫਿੱਕਾ ਪੈ ਗਿਆ ਹੈ। ਉਹ ਦਾਤਾ ਲੋਕ ਮੁਸਕਰਾਏ ਤੇ ਭਾਈ ਵੀਰ ਸਿੰਘ ਜੀ ਨੂੰ ਪੁੱਛਣ ਲੱਗੇ, ਤੁਸੀਂ ਅੰਮ੍ਰਿਤ ਵੇਲੇ ਕਿੱਥੇ ਬੈਠ ਕੇ ਨਾਮ ਦਾ ਅਭਿਆਸ ਕਰਦੇ ਹੋ? ਤਾਂ ਭਾਈ ਸਾਹਿਬ ਨੇ ਆਖਿਆ ਕਿ ਆਪ ਦੇ ਹੁਕਮ ਮੁਤਾਬਕ ਮੈਂ ਪਹਿਲਾਂ ਵੀ ਦਰਬਾਰ ਸਾਹਿਬ ਜਾਂਦਾ ਸਾਂ ਤੇ ਹੁਣ ਵੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਨਾਮ ਦੀ ਘਾਲ ਕਰਦਾ ਹਾਂ। ਤਦ ਉਹ ਗੁਰਮੁਖ ਪਿਆਰੇ ਗੰਭੀਰ ਸੁਰ ਵਿੱਚ ਬੋਲੇ, ਵੀਰ ਸਿਆਂ, ਸ੍ਰੀ ਦਰਬਾਰ ਸਾਹਿਬ ਤਾਂ ਮਹਾਨ ਪਾਵਨ ਪਵਿੱਤਰ ਅਸਥਾਨ ਹੈ, ਉੱਥੇ ਤੇਰੇ ਵਰਗੇ ਮਾਇਆਧਾਰੀ ਦਾ ਕੀ ਹੱਕ ਹੈ ਕਿ ਤੂੰ ਘੰਟਿਆਂ ਬੱਧੀ ਇਸ ਪਵਿੱਤਰ ਹਰਿਮੰਦਰ ਵਿੱਚ ਬੈਠਾ ਰਹੇ? ਜੇ ਨਾਮ ਦੀ ਘਾਲ ਕਮਾਈ ਕਰਨੀ ਹੈ ਫਿਰ ਕੋਈ ਇਕਾਂਤ ਵਾਂਗ ਬਾਗ ਬਗੀਚਾ ਟੋਲ, ਉੱਥੇ ਬੈਠ ਕੇ ਨਾਮ ਦੀ ਘਾਲ ਕਰ। ਆਪ ਨੇ ਸਤਿਵਚਨ ਕਿਹਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਅਗਲੇ ਪਲਕ ਰਾਮ ਬਾਗ ਦੇ ਇੱਕ ਕੋਨੇ ਬਗੀਚੇ ਵਿੱਚ ਆਪਣੇ ਸਿਮਰਨ ਕਰਨ ਲਈ ਥਾਂ ਨਿਯੁਕਤ ਕਰ ਲਈ। ਜਿਸ ਸਮੇਂ ਪਹਿਲਾਂ ਹਰਿਮੰਦਰ ਸਾਹਿਬ ਜਾਇਆ ਕਰਦੇ ਸਨ ਉਸੇ ਨੇਮ ਨਾਲ ਰਾਮ ਬਾਗ ਦੇ ਬਗੀਚੇ ਵਿੱਚ ਬੈਠ ਕੇ ਨਾਮ ਸਿਮਰਨ ਆਰੰਭ ਕਰ ਦਿੱਤਾ। ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ, ਪਹਿਲੇ ਦਿਨ ਹੀ ਜੋ ਨਾਮ ਰਸ ਵਿੱਚ ਵੱਝ ਪਈ ਹੋਈ ਸੀ ਟੁੱਟ ਗਈ ਅਤੇ ਨਾਮ ਰਸ ਦਾ ਪ੍ਰਵਾਹ ਸੁਰਤ ਵਿੱਚ ਦੂਣ ਸਵਾਇਆ ਆਨੰਦਦਾਤਾ ਬਣ ਗਿਆ। ਸੁਰਤ ਰਸ ਅਤੇ ਖੇੜੇ ਨਾਲ ਭਰ ਗਈ, ਬੜਾ ਆਨੰਦ ਪੂਰਵਕ ਸਮਾਂ ਬਤੀਤ ਹੁੰਦਾ ਗਿਆ। 6 ਮਹੀਨੇ ਬਾਅਦ ਫਿਰ ਆਪ ਨੂੰ ਮਹਿਸੂਸ ਹੋਇਆ ਕਿ ਪਹਿਲੇ ਵਾਲਾ ਨਾਮ ਦਾ ਰਸ ਫਿਰ ਅਲੋਪ ਹੋ ਰਿਹਾ ਹੈ, ਦਿਨੋ ਦਿਨ ਸੁਰਤ ਮੁੜ ਰੁੱਖੇਪਣ ਵੱਲ ਜਾ ਰਹੀ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਫਿਰ ਉਦਾਸ ਰਹਿਣ ਲੱਗੇ। ਇੱਕ ਦਿਨ ਫਿਰ ਦਾਤਾ ਜੀ ਦੀ ਭਾਲ ਕੀਤੀ ਅਤੇ ਉਹਨਾਂ ਦੇ ਚਰਨਾਂ ਵਿੱਚ ਅਰਜੋਈ ਕੀਤੀ ਕਿ ਦਾਤਾ ਜੀ, ਹੁਣ 6 ਮਹੀਨੇ ਬੜਾ ਆਨੰਦ ਬਣਿਆ ਰਿਹਾ ਪਰ ਹੁਣ ਫਿਰ ਅਚਾਨਕ ਨਾਮ ਰਸ ਵਿੱਚ ਤੋਟ ਪੈ ਗਈ, ਸੁਰਤ ਨਾਮ ਰਸ ਤੋਂ ਸੱਖਣੀ ਹੋ ਗਈ। ਦਾਤਾ ਲੋਕ ਭਾਈ ਸਾਹਿਬ ਨੂੰ ਸੰਬੋਧਨ ਕਰਕੇ ਬੋਲੇ, ਵੀਰ ਸਿਆਂ, ਨਾਮ ਕਿੱਥੇ ਬੈਠ ਕੇ ਜਪਦਾ ਹੁੰਦਾ? ਤਾਂ ਭਾਈ ਵੀਰ ਸਿੰਘ ਹੋਰਾਂ ਨੇ ਉੱਤਰ ਦਿੱਤਾ, ਜੀ ਰਾਮ ਬਾਗ ਦੇ ਬਗੀਚੇ ਵਿੱਚ। ਤੇ ਉਹ ਦਾਤਾ ਜੀ ਮੁਸਕਰਾਏ ਤੇ ਆਪਣੀ ਗੰਭੀਰ ਸੁਰ ਵਿੱਚ ਕਹਿਣ ਲੱਗੇ, ਵੀਰ ਸਿਆਂ, ਹੋਵੇਂ ਸਿੱਖ ਘਰਾਣੇ ਦਾ ਜੰਮਪਲ, ਵਸਦਾ ਹੋਵੇ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਅੰਮ੍ਰਿਤਸਰ ਵਿੱਚ ਤੇ ਗੁਰਸਿੱਖੀ ਮਿਲੀ ਹੋਵੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਤੇ ਗੁਰੂ ਦੇ ਦਰ ਵਿੱਚੋਂ ਇੰਨੀਆਂ ਦਾਤਾਂ ਪ੍ਰਾਪਤ ਕਰਕੇ ਫਿਰ ਤੂੰ ਹੀ ਦੱਸ, ਗੁਰਸਿੱਖ ਦੇ ਨਾਮ ਜਪ ਦੀ ਘਾਲ ਕਮਾਈ ਦਾ ਅਸਥਾਨ ਹਰਿਮੰਦਰ ਸਾਹਿਬ ਹੈ ਜਾਂ ਰਾਮਬਾਗ? ਕੱਲ ਤੋਂ ਰਾਮਬਾਗ ਨਹੀਂ ਜਾਣਾ, ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਨਾਮ ਰਸ ਲਈ ਅਰਦਾਸ ਕਰੀ, ਗੁਰੂ ਚਰਨਾਂ ਵਿੱਚ ਬੈਠ ਕੇ ਨਾਮ ਦੀ ਘਾਲ ਕਰੀ, ਜ਼ਰੂਰ ਪਾਤਸ਼ਾਹ ਮਿਹਰ ਕਰਨਗੇ। ਦੂਸਰੇ ਦਿਨ ਜਿਵੇਂ ਗੁਰਮੁਖ ਆਤਮਾ ਦਾਤਾ ਜੀ ਨੇ ਕਿਹਾ ਸੀ ਉਸੇ ਨਾਂ ਨੇਮ ਅਨੁਸਾਰ ਆਪ ਜੀ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਗੁਰੂ ਚਰਨਾਂ ਵਿੱਚ ਜਾ ਹਾਜ਼ਰ ਹੋਏ, ਅਰਦਾਸ ਬੇਨਤੀ ਕਰਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ। ਆਪ ਜੀ ਨਵੇਕਲੀ ਜਗ੍ਹਾ ਬੈਠ ਕੇ ਗੁਰੂ ਸ਼ਬਦ ਦੀ ਕਮਾਈ ਵਿੱਚ ਜੁਟ ਗਏ। ਬੈਠਦਿਆਂ ਸਾਰ ਸਤਿਗੁਰੂ ਜੀ ਨੇ ਪਹਿਲਾਂ ਨਾਲੋਂ ਵੀ ਦੂਣੀ ਚੌਣੀ ਨਾਮ ਰਸ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਆਤਮਾ ਕਿਸੇ ਅਕਹਿ ਆਨੰਦੀ ਰਸ ਨੂੰ ਮੰਨਣ ਲੱਗੀ, ਮਨ ਇੰਦਰੇ ਸਰੀਰ ਤ੍ਰਿਬੁੱਧ ਹੋ ਗਏ। ਘੰਟਿਆਂ ਬੱਧੀ ਨਾਮ ਰਸ ਨੂੰ ਮਾਣਦਿਆਂ ਅੰਤਰਮੁਖੀ ਬਿਰਤੀ ਦੁਆਰਾ ਭਾਈ ਸਾਹਿਬ ਹੋਰੀ ਪ੍ਰਭੂ ਚਰਨਾਂ ਨਾਲ ਜੁੜੇ ਰਹੇ। ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਗੁਰੂ ਪਾਤਸ਼ਾਹ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ, ਨਾਮ ਰਸ ਵਿੱਚ ਵਾਧਾ ਹੀ ਵਾਧਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇੱਕ ਦਿਨ ਹਰਿਮੰਦਰ ਸਾਹਿਬ ਵਿੱਚੋਂ ਹਰ ਰੋਜ਼ ਦੇ ਨੇਮ ਅਨੁਸਾਰ ਜਦੋਂ ਮੈਂ ਬਾਹਰ ਆਇਆ ਤਾਂ ਦਾਤਾ ਲੋਕ ਜੀ ਬਾਹਰਲੀ ਪ੍ਰਕਰਮਾ ਵਿੱਚ ਮਿਲ ਪਏ, ਬੜਾ ਪਿਆਰ ਦਿੱਤਾ। ਪ੍ਰਕਰਮਾ ਦੇ ਵਿੱਚ ਆਪਣੇ ਪਾਸ ਬਿਠਾਲ ਲਿਆ ਤੇ ਪੁੱਛਣ ਲੱਗੇ, ਵੀਰ ਸਿੰਘ, ਹੁਣ ਨਾਮ ਰਸ ਵਿੱਚ ਤੋੜ ਤਾਂ ਨਹੀਂ ਪਈ? ਤਾਂ ਭਾਈ ਸਾਹਿਬ ਲਿਖਦੇ ਹਨ ਕਿ ਮੈਂ ਉੱਤਰ ਦਿੱਤਾ, ਜੀ ਬੜੀ ਗੁਰੂ ਦੀ ਰਹਿਮਤ ਹੈ। ਫਿਰ ਕਹਿਣ ਲੱਗੇ, ਮੈਂ ਹੀ ਤੈਨੂੰ ਹਰਿਮੰਦਰ ਸਾਹਿਬ ਜਾਣ ਲਈ ਕਿਹਾ ਸੀ, ਮੈਂ ਹੀ ਤੈਨੂੰ ਦਰਬਾਰ ਸਾਹਿਬ ਛੱਡ ਕੇ ਰਾਮਬਾਗ ਜਾਣ ਲਈ ਕਿਹਾ ਅਤੇ ਮੁੜ ਨਾਮ ਰਸ ਦੀ ਤੋੜ ਨੂੰ ਦੂਰ ਕਰਨ ਲਈ, ਨਾਮ ਰਸ ਦੀ ਪ੍ਰਾਪਤੀ ਲਈ ਰਾਮਬਾਗ ਛੱਡ ਕੇ ਮੁੜ ਦਰਬਾਰ ਸਾਹਿਬ ਜਾ ਕੇ ਨਾਮ ਜਪ ਦੀ ਘਾਲ ਕਰਨ ਲਈ ਵੀ ਮੈਂ ਹੀ ਤੈਨੂੰ ਆਖਿਆ, ਪਰ ਤੁਸੀਂ ਮੈਨੂੰ ਕਦੇ ਪੁੱਛਿਆ ਨਹੀਂ ਕਿ ਐਸਾ ਕਰਨ ਲਈ ਤੁਸੀਂ ਕਿਉਂ
बार बार कर रहे हो, क्यों कर रहे हो? कि दरबार साहब भेजिया, फिर आप ही दरबार साहब जाण तों रोकिया, फिर मुड़ रामबाग छड के दरबार साहब जाण लई आखिया, की कारण है? भाई वीर सिंह जी दाता लोग नूं कहण लगे, दाता मैं तां मंगता हां। मंगता दाते नूं क्यों पुछे? जे दाता कहे कि तैनूं नाम रस की दात दरबार साहब चों मिलनी है, मंगता नाम रस की दात लैण लई दौड़ के दरबार साहब चला जांदा है। जे दाता कह देवे कि हुण तैनूं नाम रस की दात दरबार साहब चों नहीं रामबाग विचों मिलनी है, मंगता क्यों पुछे? मंगता भज के रामबाग चला जांदा है। जे मुड़ दाता जी कह देण कि हुण नाम रस की दात रामबाग विचों नहीं गुरु रामदास के दरबार विचों प्राप्त होनी है, तो मंगता मुड़ दौड़ के दरबार साहब पुज के दात प्राप्त कर लैंदा है। मंगते ने तो दात लैनी है, मैनूं पुछण दी की लोड़ है? ਉਹ ਗੁਰਮੁਖ ਪਿਆਰੇ ਬੜੇ ਪ੍ਰਸੰਨ ਹੋਏ ਤੇ ਭਾਈ ਵੀਰ ਸਿੰਘ ਹੋਰਾਂ ਨੂੰ ਪੁੱਛਿਆ, ਤੁਹਾਨੂੰ ਪਤਾ ਕਿ ਦਰਬਾਰ ਸਾਹਿਬ ਵਿੱਚ ਬੈਠਿਆਂ ਤੁਹਾਨੂੰ ਨਾਮ ਰਸ ਦੀ ਤੋਟ ਕਿਉਂ ਵਾਪਰੀ? ਫਿਰ ਦੁਬਾਰਾ ਰਾਮਬਾਗ ਵਿੱਚ ਨਾਮ ਰਸ ਕਿਉਂ ਬੰਦ ਹੋਇਆ? ਭਾਈ ਵੀਰ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਮੈਨੂੰ ਕੋਈ ਪਤਾ ਨਹੀਂ। ਤਦ ਉਹਨਾਂ ਗੁਰਮੁਖ ਪਿਆਰਿਆਂ ਨੇ ਆਖਿਆ ਕਿ ਵੀਰ ਸਿੰਘ, ਜਦੋਂ ਕਈ ਸਾਲ ਤੈਨੂੰ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਨਾਮ ਰਸ ਮਾਣਦਿਆਂ ਬੀਤੇ ਨਾ, ਇੱਕ ਦਿਨ ਤੇਰੇ ਨੇੜੇ ਦੋ ਬਜ਼ੁਰਗ ਵਡੇਰੀ ਉਮਰ ਵਾਲੇ ਦਰਬਾਰ ਸਾਹਿਬ ਵਿੱਚ ਬੈਠੇ ਆਪਸੀ ਦੁਨਿਆਵੀ ਗੱਲਾਂ ਕਰ ਰਹੇ ਸਨ। ਤੇਰੇ ਮਨ ਵਿੱਚ ਉਹਨਾਂ ਵੱਲ ਵੇਖ ਕੇ ਨਫ਼ਰਤ ਵੀ ਆਈ ਕਿ ਵੇਖੋ ਇਹਨਾਂ ਦੀ ਉਮਰ ਲੰਘ ਚੱਲੀ ਹੈ, ਧੌਲੇ ਆ ਗਏ ਹਨ, ਇਹ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਵੀ ਗੱਲਾਂ ਹੀ ਕਰ ਰਹੇ ਹਨ। ਅਤੇ ਨਾਲ ਹੀ ਸੂਖਮ ਹਉਮੈ ਮਨ ਵਿੱਚ ਆ ਗਈ, ਹੰਕਾਰ ਮਨ ਵਿੱਚ ਆ ਗਿਆ ਕਿ ਦੇਖੋ ਮੈਂ ਜਵਾਨੀ ਦੀ ਅਵਸਥਾ ਵਿੱਚ ਹੀ ਹਰਿਮੰਦਰ ਸਾਹਿਬ ਆ ਕੇ ਨਾਮ ਜਪ ਦੀ ਘਾਲ ਕਰਦਾ ਪਿਆ ਹਾਂ ਅਤੇ ਮੈਨੂੰ ਨਾਮ ਦਾ ਰਸ ਵੀ ਮਿਲ ਗਿਆ ਹੈ। ਬਜ਼ੁਰਗਾਂ ਨਾਲ ਨਫ਼ਰਤ ਤੇ ਆਪਣੀ ਘਾਲ ਕਮਾਈ ਅਤੇ ਨਾਮ ਰਸ ਦੀ ਪ੍ਰਾਪਤੀ ਪ੍ਰਤੀ ਸੂਖਸ਼ਮ ਹਉਮੈ ਨੇ ਤੈਨੂੰ ਨਾਮ ਰਸ ਤੋਂ ਵਾਂਝੇ ਕਰ ਦਿੱਤਾ। ਜਦੋਂ ਰਾਮਬਾਗ ਵਿੱਚੋਂ ਨਾਮ ਰਸ ਦੀ ਤੋਟ ਆਈ, ਉਸ ਨਾਮ ਰਸ ਦੀ ਤੋਟ ਦਾ ਕਾਰਨ ਵੀ ਤੁਹਾਡੀ ਸੂਖਮ ਹਉਮੈ ਸੀ। ਜਦੋਂ ਨਾਮ ਰਸ ਦੀ ਦਾਤ ਤੁਹਾਨੂੰ ਰਾਮਬਾਗ ਵਿੱਚ ਸਿਮਰਨ ਕਰਨ ਨਾਲ ਪ੍ਰਾਪਤ ਹੋ ਗਈ ਨਾ, ਤੇ ਕੁਝ ਸਮੇਂ ਬਾਅਦ ਤੁਹਾਡੇ ਮਨ ਵਿੱਚ ਇਹ ਸੂਖਮ ਹੰਕਾਰ ਬਣ ਗਿਆ ਕਿ ਲੋਕ ਐਵੇਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕੇ ਹਰਿਮੰਦਰ ਸਾਹਿਬ ਭੀੜਾਂ ਪਾਈ ਜਾਂਦੇ ਨੇ, ਨਾਮ ਦਾ ਰਸ ਤਾਂ ਘਾਲ ਕਮਾਈ ਦੁਆਰਾ ਕਿਤੇ ਬੈਠ ਕੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਘਾਲ ਕਮਾਈ ਚਾਹੇ ਕੋਈ ਘਰ ਕਰ ਲਵੇ, ਚਾਹੇ ਕੋਈ ਬਾਗ ਵਿੱਚ ਕਰ ਲਵੇ, ਜਾਂ ਕਿਤੇ ਵੀ ਬੈਠ ਕੇ ਕਰੇ, ਚਾਹੇ ਕੋਈ ਹਰਿਮੰਦਰ ਸਾਹਿਬ ਜਾ ਕੇ ਕਰ ਲਵੇ, ਬਸ ਇੰਨੀ ਛੋਟੀ ਜਿਹੀ ਸੂਖਸ਼ਮ ਹਉਮੈ ਤੁਹਾਡੇ ਨਾਮ ਰਸ ਵਿੱਚ ਤੋਟ ਪਾ ਗਈ, ਤੁਸੀਂ ਰਸ ਤੋਂ ਨਿਰਸ ਹੋ ਗਏ। ਦਾਤਾ ਲੋਕ ਕਹਿਣ ਲੱਗੇ, ਗੁਰਸਿੱਖੀ ਵਿੱਚ ਸਭ ਤੋਂ ਉੱਚੀ ਅਵਸਥਾ ਨਾਮ ਰਸ ਦੀ ਹੈ। ਇਹ ਨਾਮ ਰਸ ਆਪਣੇ ਜ਼ੋਰ ਨਾਲ, ਆਪਣੀ ਘਾਲ ਨਾਲ, ਆਪਣੀ ਸਿਆਣਪ, ਆਪਣੀ ਚਤੁਰਾਈ ਨਾਲ ਪ੍ਰਾਪਤ ਨਹੀਂ ਜੇ ਹੁੰਦਾ। ਨਾਮ ਰਸ ਦੀ ਦਾਤ ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦੀ ਹੈ। ਗੁਰੂ ਦੀ ਬਖਸ਼ਿਸ਼ ਨਿਰੋਲ ਹਉ ਰਹਿਤ ਹਿਰਦੇ ਅਤੇ ਹਉ ਰਹਿਤ ਹਿਰਦੇ ਤੇ ਵਿੱਚ ਪ੍ਰਕਾਸ਼ਦੀ ਹੈ। ਜਦੋਂ ਵੀ ਨਾਮ ਰਸ ਦੇ ਵਿੱਚ ਤੋਟ ਆਉਂਦੀ ਹੈ, ਉਸਦਾ ਮੁੱਖ ਕਾਰਨ ਸੂਖਸ਼ਮ ਹਉਮੈ ਹੀ ਹੁੰਦਾ ਹੈ। ਸੋ ਹਮੇਸ਼ਾ ਗੁਰੂ ਕਾ ਸਿੱਖ ਸਾਵਧਾਨ ਰਹਿ ਕੇ ਗੁਰੂ ਚਰਨਾਂ ਵਿੱਚ ਇਸ ਤੋਂ ਬਚਣ ਲਈ ਅਰਦਾਸ ਬੇਨਤੀ ਹੀ ਕਰਦਾ ਰਹੇ। ਹਰ ਪ੍ਰਕਾਰ ਦੀ ਸੂਖਮ ਹਉਮੈ ਨੂੰ ਮਾਰ ਕੇ ਹੀ ਸਦੀਵੀ ਸੁੱਖ ਅਤੇ ਨਾਮ ਦਾ ਰਸ ਪ੍ਰਾਪਤ ਕੀਤਾ ਜਾ ਸਕਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਫਰਮਾਨ ਮਾਰੂ ਰਾਗ ਵਿੱਚ ਹੈ, ਹਉਮੈ ਮਾਰ ਸਦਾ ਸੁਖ ਪਾਇਆ, ਨਾਏ ਸਾਚੈ ਅੰਮ੍ਰਿਤ ਪੀਜਾ ਹੈ। ਕੈਸਾ ਹੈ ਹਉਮੈ ਦਾ ਨਾਮ ਮੁਰਾਦ ਰੋਗ ਚੰਗੇ ਸ਼ੁਭ ਕਰਮਾਂ ਨੂੰ ਵੀ ਆਤਮਕ ਪੈਂਡੇ ਵਿੱਚ ਰੁਕਾਵਟ ਬਣਾ ਦਿੰਦਾ ਹੈ। ਚੰਗੇ ਗੁਣਾਂ ਦੀ, ਨਾਮ ਜਪਣ ਦੀ, ਗੁਰਬਾਣੀ ਪੜ੍ਹਨ ਸੁਣਨ ਦੀ ਹਉਮੈ ਵੀ ਮਨ ਨੂੰ ਸਥੂਲ ਬਣਾ ਦਿੰਦੀ ਹੈ। ਹਿਰਦੇ ਵਿੱਚੋਂ ਹਉਮੈ ਆਉਂਦੇ ਹੀ ਨਿਮਰਤਾ ਤੁਰ ਜਾਂਦੀ ਹੈ। ਹਉਮੈ ਵਿੱਚ ਵਾਪਰਿਆ, ਸਥੂਲ ਹੋਇਆ ਮਨ ਪ੍ਰਭੂ ਰਸ, ਪ੍ਰਭੂ ਮਿਲਾਪ ਦੇ ਦਰਵਾਜੇ ਦੀ ਵਿੱਚ ਦੀ ਲੰਘ ਕੇ ਅੱਗੇ ਮਾਲਕ ਦੇ ਪਾਸ ਨਹੀਂ ਜਾ ਸਕਦਾ। ਜਿੱਥੇ ਮਨ ਉੱਥੇ ਤੱਕ ਪੁੱਜਾ ਹੀ ਨਹੀਂ, ਜਦ ਮਨ ਉੱਥੇ ਤੱਕ ਪੁੱਜਾ ਹੀ ਨਹੀਂ, ਫਿਰ ਇਸ ਨੂੰ ਦਰਸ਼ਨ ਤੇ ਨਾਮ ਰਸ ਕਿਵੇਂ ਪ੍ਰਾਪਤ ਹੋ ਸਕਦੇ ਹਨ? ਭਾਵ ਨਹੀਂ ਹੋ ਸਕਦੇ, ਕਿਉਂਕਿ ਹਉਮੈ ਮਨ ਅਸਥੂਲ ਹੈ, ਕਿਉਂ ਕਰ ਵਿੱਚ ਦੇ ਜਾਏ। ਜੇ ਨਾਮ ਦਾ ਰਸ ਪ੍ਰਾਪਤ ਕਰਨਾ ਹੈ, ਪ੍ਰਭੂ ਦੇ ਦਰ ਦੀ ਪ੍ਰਾਪਤੀ ਕਰਨੀ ਹੈ, ਫਿਰ ਹਉਮੈ ਦਾ ਪੱਲਾ ਛੱਡਣਾ ਪੈਣਾ ਹੈ। ਬਰੀਕ ਰਸਤੇ ਵਿੱਚ ਦੀ ਲੰਘਣ ਲਈ ਮਹੀਨ ਬਣਨਾ ਹੀ ਪੈਣਾ ਹੈ। ਸਾਹਿਬਾਂ ਦਾ ਫਰਮਾਨ ਹੈ, ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਸੋ ਆਪਣੇ ਬਲ ਨਾਲ, ਆਪਣੇ ਜ਼ੋਰ ਨਾਲ, ਆਪਣੀ ਚਤੁਰਾਈ ਨਾਲ, ਆਪਣੀ ਸਿਆਣਪ ਨਾਲ ਹਉਮੈ ਤੋਂ ਨਹੀਂ ਬਚਿਆ ਜਾ ਸਕਦਾ। ਇਸ ਤੋਂ ਬਚਣ ਲਈ ਗੁਰੂ ਦੀ ਸਹਾਇਤਾ, ਗੁਰੂ ਦਾ ਆਸਰਾ, ਨਾਮ ਦੀ ਟੇਕ, ਸਤਸੰਗਤ ਦੀ ਵਾੜ ਮਨੁੱਖ ਦੀ ਰੱਖਿਆ ਕਰਨ ਵਿੱਚ ਸਹਾਈ ਹੋ ਸਕਦੇ ਹਨ। ਇਸ ਲਈ ਆਵਾਗਾਉਣ ਦੇ ਜਨਮਦਾਤੇ, ਪਰਮੇਸ਼ੁਰ ਤੋਂ ਦੂਰੀ ਪਾਉਣ ਵਾਲੇ, ਧਾਰਮਿਕ ਕਰਮਾਂ ਨੂੰ ਹਾਥੀ ਦਾ ਇਸ਼ਨਾਨ ਬਣਾਉਣ ਵਾਲੇ ਅਹੰਕਾਰ ਭਾਵ ਹਉਮੈ ਤੋਂ ਗੁਰੂ ਚਰਨਾਂ ਵਿੱਚ ਆਪਾ ਸਮਰਪਿਤ ਕਰਕੇ ਭੈ ਭਾਵਨੀ ਪਿਆਰ ਵਿੱਚ ਭਿੱਜ ਕੇ ਕੀਤੀ ਅਰਦਾਸ ਹੀ ਛੁਟਕਾਰਾ ਦਵਾ ਸਕਦੀ ਹੈ।
ਕਿਵੇਂ ਕਰਨੀ ਹੈ ਅਰਦਾਸ? ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਅਗਵਾਈ ਕੀਤੀ ਹੈ ਕਿ ਜਗਿਆਸੂ ਆਪਣੇ ਆਪ ਨੂੰ ਗੁਨਾਹਗਾਰ ਮੰਨ ਕੇ ਚਤੁਰਾਈ ਸਿਆਣਪ ਦਾ ਤਿਆਗ ਕਰਕੇ ਆਪਾ ਆਪਣੇ ਸਵਾਮੀ ਅੱਗੇ ਅਰਪਣ ਕਰਕੇ ਅਰਦਾਸ ਕਰੇ, ਤਦ ਹੀ ਉਹ ਕੀਤੀ ਹੋਈ ਅਰਦਾਸ ਰੰਗ ਲਿਆਉਂਦੀ ਹੈ। ਜਗਿਆਸੂ ਨੇ ਗੁਰੂ ਅੱਗੇ ਪੁਕਾਰਨਾ ਹੈ ਕਿ ਦਾਤਾ, ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਨੋ ਤਿਉਂ ਧਾਰ ਸੁਆਮੀ ਰਹਾਓ। ਤੂੰ ਸਮਰੱਥ ਸਰਣ ਜੋਗ, ਤੂੰ ਰੱਖੈ ਆਪਣੀ ਕਲ ਧਾਰ, ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਬਿਦੇ ਛੁਟਕਾਰ। ਗਰਤ ਕੋਰ ਅੰਧ ਤੇ ਕਾਢੋ, ਪ੍ਰਭ ਨਾਨਕ ਨਦਰ ਨਿਹਾਰ। ਹੇ ਮਾਲਕ, ਮੈਂ ਕੀ ਦੱਸਾਂ, ਮੈਂ ਬਹੁਤ ਹੀ ਮਾੜੇ ਆਚਰਣ ਤੇ ਕਠੋਰ ਦਿਲ ਵਾਲਾ ਹਾਂ, ਠੱਗ ਤੇ ਵਿਸ਼ਈ ਮਨੁੱਖ ਹਾਂ। ਜਿਸ ਵੀ ਤਰੀਕੇ ਨਾਲ ਮੇਰਾ ਨਿਸਤਾਰਾ ਹੋ ਸਕਦਾ ਹੈ, ਕਿਰਪਾ ਕਰਕੇ ਮੇਰਾ ਪਾਰ ਉਤਾਰਾ ਕਰ ਦਿਓ। ਤੁਸੀਂ ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਹੋ, ਸ਼ਰਨ ਪਾਲਕ ਜੀਓ, ਤੁਹਾਡਾ ਬਿਰਧ ਹੈ ਸ਼ਰਨ ਪਾਲਣ ਵਾਲਾ। ਆਪ ਆਪਣੀ ਮਿਹਰ ਨਾਲ ਮੇਰੀ ਬਹੁੜੀ ਕਰੋ ਜੀ। ਜੇ ਜਾਪ ਤਪ ਸੰਜਮ ਤੇ ਹੋਰ ਪਵਿੱਤਰ ਕਰਮ ਕਰਕੇ ਮੈਂ ਆਪਣਾ ਨਿਸਤਾਰਾ ਕਰਨਾ ਚਾਹਾਂ ਤੇ ਦਾਤਾ ਜੀ, ਉਹ ਨਹੀਂ ਹੋ ਸਕਦਾ। ਤੁਸੀਂ ਆਪ ਹੀ ਮਿਹਰ ਕਰਕੇ ਸੰਸਾਰ ਰੂਪੀ ਗਹਿਰੇ ਖੂਹ ਵਿੱਚੋਂ ਮੈਨੂੰ ਬਾਹਰ ਕੱਢ ਲਵੋ। ਮੇਰਾ ਜੀਵਨ ਤਾਂ ਬਹੁਤ ਹੀ ਨੀਚ ਕਰਮੀ ਹੈ, ਕੋਈ ਵੀ ਸ੍ਰੇਸ਼ਟ ਸ਼ੁਭ ਕਰਮ ਮੈਂ ਜੀਵਨ ਵਿੱਚ ਨਹੀਂ ਕੀਤਾ। ਆਪ ਹੀ ਆਪਣੇ ਬਿਰਧ ਦੀ ਲਾਜ ਰੱਖੋ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਜਿਵੇਂ ਕੋਈ ਅਤ ਆਤੁਰ ਮਨੁੱਖ ਆਪਣੀ ਪੀੜਾ ਨੂੰ ਹਰਨ ਵਾਸਤੇ ਸਮਰੱਥ ਅੱਗੇ ਬੇਨਤੀ ਕਰਦਾ ਹੈ, ਉਸ ਭਾਂਤ ਦੀ ਬਿਰਤੀ ਬਣਾ ਕੇ ਆਪਣੇ ਮਾਲਕ ਪ੍ਰਭੂ ਜੀ ਦੇ ਅੱਗੇ ਆਜਿਜ਼ ਹੋ ਕੇ ਅਰਦਾਸ ਕਰਨੀ ਹੈ। ਹੇ ਮਾਲਕ, ਮੈਨੂੰ ਕੁਝ ਨਹੀਂ ਜੇ ਪਤਾ, ਬਸ ਮੈਂ ਤੇਰਾ ਹਾਂ, ਮੈਂ ਤੇਰਾ ਹਾਂ, ਜਿਉਂ ਜਾਨੂੰ ਮੇਰੀ ਰੱਖਿਆ ਕਰੋ। ਮੈਂ ਕਿੰਨੇ ਕੋ ਆਪਣੇ ਆਪਣੇ ਔਗਣ ਗਿਣਾ, ਬਸ ਇੰਜ ਕਹਿ ਲਓ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਔਗਣਾਂ ਨਾਲ ਹੀ ਭਰਿਆ ਪਿਆ ਹਾਂ। ਅਣਗਿਣਤ ਔਗਣਾਂ ਕਾਰਨ ਮੈਂ ਪਾਪਾਂ ਦੇ ਚੱਕਰ ਵਿੱਚ ਫਸਿਆ ਪਿਆ ਹਾਂ, ਮੋਹ ਮਾਇਆ ਅਤੇ ਭਿਆਨਕ ਹਉਮੈ ਵਿੱਚ ਮਸਤ ਹਾਂ, ਤੇ ਅਨੇਕਾਂ ਹੀ ਪਾਪ ਕਰਮ ਲੁਕ ਲੁਕ ਕੇ ਦਿਨ ਰਾਤ ਪਿਆ ਕਰਦਾ ਹਾਂ। ਹੇ ਦਾਤਾ ਜੀ, ਤੂੰ ਤਾਂ ਨੇੜੇ ਹੋ ਕੇ ਮੇਰੇ ਸਾਰੇ ਪਾਪਾਂ ਨੂੰ ਤੱਕ ਰਿਹਾ ਹੈ। ਪਾਤਸ਼ਾਹ, ਆਪ ਦੇ ਚਰਨਾਂ ਵਿੱਚ ਜੋਦੜੀ ਹੈ, ਮਿੰਨਤ ਹੈ ਕਿ ਇਹਨਾਂ ਵਿਕਾਰਾਂ ਵਿੱਚੋਂ ਆਪ ਹੀ ਹੱਥ ਦੇ ਕੇ ਕੱਢ ਲਵੋ। ਜੋ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗੁਣ ਮੇਰੇ ਆ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਮੇਰੇ ਆ, ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗੁਣ ਮੇਰੇ ਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁਲੀਐ, ਮੋ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲੀਐ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਤਾਰੋ, ਕਾਡ ਪਵ ਜਲ ਫੇਰਿਆ। ਗੁਰਸਿੱਖ ਨੇ ਪੁਕਾਰਨਾ ਹੈ ਕਿ ਹੇ ਮਾਲਕ ਪ੍ਰਭੂ ਜੀਓ, ਹੇ ਸਾਈਆਂ ਜੀਓ, ਹੇ ਦਾਤਾ ਜੀਓ, ਮੇਰੇ ਨਿਰਗੁਣ ਤੇ ਮਿਹਰ ਕਰੋ, ਮੈਨੂੰ ਹਮੇਸ਼ਾ ਆਪਣੀ ਸ਼ਰਨ ਵਿੱਚ ਰੱਖੋ। ਮੈਨੂੰ ਆਪ ਦੀ ਸੇਵਾ, ਆਪ ਦੀ ਭਗਤੀ ਕਰਨ ਦੀ ਵੀ ਜਾਚ ਨਹੀਂ, ਮੈਂ ਤਾਂ ਅਤ ਦਰਜੇ ਦਾ ਮੂਰਖ ਹਾਂ। ਮੈਂ ਦਿਨ ਰਾਤ ਪਿਆ ਅਪਰਾਧ ਕਰਦਾ ਹਾਂ, ਪੈਰ ਪੈਰ ਤੇ ਭੁੱਲਾਂ ਕਾਰਨ ਮੇਰਾ ਸੁਭਾਅ ਭੁੱਲਣ ਹਾਰ ਹੈ। ਆਪ ਜੀ ਆਪਣੇ ਬਿਰਧ ਦੇ ਸਦਕੇ ਬਖਸ਼ ਲਵੋ। ਹੇ ਦਾਤਾ ਜੀ, ਹੇ ਪ੍ਰਭੂ ਜੀ, ਅਸੀਂ ਨਿਤ ਹੀ ਗਿਣਤੀ ਤੋਂ ਬਾਹਰ ਔਗਣ ਕਰ ਲੈਂਦੇ ਹਾਂ, ਤੁਸੀਂ ਸਾਡੇ ਔਗਣਾਂ ਵੱਲ ਨਹੀਂ ਵੇਖਦੇ ਤੇ ਗੁਣਹੀਣਾਂ ਨੂੰ ਅਨੇਕਾਂ ਦਾਤਾਂ ਨਿਤ ਦਿੰਦੇ ਹੋ। ਹੇ ਮਾਲਕ ਜੀ,
ਮੇਰੇ ਨਿੱਤ ਦੇ ਕਰਮ ਤਾਂ ਇਹੋ ਜਿਹੇ ਹਨ, ਤੁਹਾਨੂੰ ਛੱਡ ਕੇ ਤੁਹਾਡੀ ਦਾਸੀ ਮਾਇਆ ਦੇ ਨਾਲ ਦਿਨ ਰਾਤ ਅਸੀਂ ਲਿਪਟੇ ਰਹਿੰਦੇ ਹਾਂ। ਹੇ ਮਾਲਕ ਜੀ, ਮੈਂ ਅਕਿਰਤ ਕਣ ਹਾਂ, ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਵੀ ਨਹੀਂ ਕਰਦਾ, ਦਾਤਾਂ ਨਾਲ ਲਿਪਟ ਕੇ ਆਪਣੇ ਦਾਤੇ ਨੂੰ ਵਿਸਾਰ ਦਿੱਤਾ ਹੈ। ਹੇ ਦਾਤਾ ਜੀ, ਮੈਂ ਸਭ ਓਟ ਆਸਰੇ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੇਰਾ ਮੂਰਖ ਦਾ ਵੀ ਉਧਾਰ ਕਰ ਦਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਿਲਾਵਲ ਰਾਗ ਵਿੱਚ ਕਿਵੇਂ ਦੱਸਦੇ ਨੇ ਜੋਦੜੀ ਕਰਨ ਦਾ ਤਰੀਕਾ। ਰਾਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਣੂ ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ। ਰਹਾਓ ਹਮ ਅਵਗਣ ਕਰੈ ਅਸੰਖ ਨੀਤ, ਤੁਮ ਨਿਰਗੁਣ ਦਾਤਾ ਰੇ। ਦਾਸੀ ਸੰਗਤ ਪ੍ਰਭੂ ਤਿਆਗ, ਇਹ ਕਰਮ ਹਮਾਰੇ। ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਆਕਿਰਤ ਕਨਾਰੇ। ਲਾਗ ਪਰੇ ਤੇਰੇ ਦਾਨ ਸਿਓ, ਨੈ ਚਿਤ ਖਸਮਾਰੇ। ਤੁਝ ਤੇ ਬਾਹਰ ਕਿਛ ਨਹੀਂ, ਭਵ ਕਾਟਨ ਹਾਰੇ। ਕਹੋ ਨਾਨਕ ਸ਼ਰਨ ਦਿਆਲ ਗੁਰ, ਲੇ ਹੋ ਮੁਗਦ ਉਧਾਰੇ, ਲੇ ਹੋ ਮੁਗਦ ਉਧਾਰੇ, ਲੇ ਹੋ ਮੁਗਦ ਉਧਾਰੇ। ਹੇ ਮੇਰੇ ਪਿਆਰੇ ਪਿਤਾ, ਮੇਰੇ ਵਿੱਚ ਕੋਈ ਵੀ ਚੰਗਾ ਗੁਣ ਨਹੀਂ, ਕੋਈ ਵੀ ਸ੍ਰੇਸ਼ਟ ਗੁਣ ਨਹੀਂ, ਸਾਰੇ ਸ਼ੁਭ ਗੁਣ ਤੁਹਾਡੇ ਵਸ ਵਿੱਚ ਹਨ। ਮੈਨੂੰ ਵੀ ਸ਼ੁਭ ਗੁਣਾਂ ਦੀ ਰਾਸ ਬਖਸ਼ਿਸ਼ ਕਰ ਦਿਓ ਦਾਤਾ, ਔਗਣਾਂ ਤੋਂ ਬਚਾ ਲਓ ਪਿਆਰੇ ਪਿਤਾ ਜੀ। ਮੈਂ ਇਕੱਲਾ ਹਾਂ, ਮੇਰੇ ਨਾਲ ਨਿੱਤ ਝਗੜਾ ਕਰਨ ਵਾਲੇ ਪੰਜ ਕਾਮ ਇਤ ਆਦਿਕ ਵੈਰੀ ਹਨ, ਜੋ ਮੈਨੂੰ ਨਿੱਤ ਹੀ ਬਹੁਤ ਸਤਾਉਂਦੇ ਹਨ। ਹੇ ਮੇਰੇ ਮਾਲਕ ਦਾਤਾ, ਹੇ ਮੇਰੇ ਮਾਲਕ ਪਿਤਾ, ਮੈਂ ਇਹਨਾਂ ਪੰਜਾਂ ਤੋਂ ਬਚਣ ਲਈ ਅਨੇਕਾਂ ਤਰ੍ਹਾਂ ਦੇ ਯਤਨ ਕੀਤੇ ਹਨ, ਪਰ ਮੇਰਾ ਇਹ ਪਿੱਛਾ ਨਹੀਂ ਜੇ ਛੱਡਦੇ। ਹੁਣ ਮੈਂ ਸਾਧ ਸੰਗਤ ਦੀ ਓਟ ਲੈ ਕੇ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਕਿਰਪਾ ਕਰੋ, ਤਰਸ ਕਰੋ, ਇਹਨਾਂ ਤੋਂ ਛੁਟਕਾਰਾ ਪਾਉਣ ਲਈ ਆਪ ਦੀ ਸ਼ਰਨ ਆਇਆ ਹਾਂ। ਆਪ ਬਖਸ਼ਿਸ਼ ਕਰਕੇ ਬਖਸ਼ ਦਿਓ। ਸਾਧ ਸੰਗਤ ਵਿੱਚ ਗੁਰੂ ਪਿਆਰਿਆਂ ਨੇ ਮੈਨੂੰ ਧੀਰਜ ਦਿੱਤਾ ਹੈ ਤੇ ਇਹਨਾਂ ਤੋਂ ਨਜਾਤ ਪਾਉਣ ਲਈ ਆਪ ਜੀ ਦੀ ਬਾਣੀ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਆਪ ਜੀ ਦੀ ਮਿਹਰ ਅਤੇ ਗੁਰਬਾਣੀ ਦੀ ਬਰਕਤ ਨਾਲ ਹੁਣ ਪੰਜ ਵੱਡੇ ਝਗੜਾਲੂ ਇਹਨਾਂ ਨੂੰ ਮੈਂ ਜਿੱਤ ਲਿਆ ਹੈ। ਹੁਣ ਇਹਨਾਂ ਦੀ ਵਾਸ਼ਨਾ, ਆਪ ਜੀ ਦੀ ਕਿਰਪਾ, ਆਪ ਜੀ ਦੇ ਬਖਸ਼ੇ ਉਪਦੇਸ਼ ਦੀ ਕਮਾਈ ਤੁਹਾਡੀ ਰਹਿਮਤ ਨਾਲ ਕਰਨ ਸਦਕਾ ਮੈਨੂੰ ਨਹੀਂ ਪਾਉਂਦੀ। ਇਹ ਸਭ ਆਪ ਦੀ ਮਿਹਰ ਤੇ ਗੁਰਬਾਣੀ ਦੀ ਬਖਸ਼ਿਸ਼ ਹੈ। ਗੌੜੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪ੍ਰਤੱਖ ਹਰ ਕਿਵੇਂ ਬਚਨ ਕਰਦੇ ਨੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਰਹਾਓ ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਖੇਦ ਕਰੈ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਪਾਂਤੀ, ਛੋਡੈ ਕਤਹੂ ਨਾਹੀ। ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ।
ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ। ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੁ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਬਾਣੀ। ਹੇ ਮੇਰੇ ਸਤਿਗੁਰੂ ਪਿਤਾ, ਤੁਸੀਂ ਹੀ ਮੈਨੂੰ ਦੱਸੋ ਮੈਂ ਤੁਹਾਨੂੰ ਛੱਡ ਕੇ ਹੋਰ ਕਿਸ ਦੇ ਅੱਗੇ ਪੁਕਾਰ ਕਰਾਂ। ਦਾਤਾ ਜੀ ਮੈਂ ਇਕੱਲਾ ਹਾਂ, ਇਹ ਪੰਜ ਜਾਣੇ ਬੜੇ ਡਾਢੇ ਹਨ, ਇਹ ਮੈਨੂੰ ਨਿੱਤ ਹੀ ਬਹੁਤ ਖਰਾਬ ਕਰਦੇ ਹਨ ਤੇ ਆਤਮਕ ਮੌਤੇ ਮਾਰਦੇ ਹਨ। ਮੇਰੀ ਗਰੀਬ ਦੀ ਇਹਨਾਂ ਅੱਗੇ ਕੋਈ ਪੇਸ਼ ਨਹੀਂ ਜਾਂਦੀ, ਤੁਹਾਥੋਂ ਬਿਨਾਂ ਮੈਨੂੰ ਹੋਰ ਕੋਈ ਆਸਰਾ ਵੀ ਨਹੀਂ, ਆਪ ਜੀ ਤੋਂ ਬਿਨਾਂ ਇਹਨਾਂ ਬਿਖਾਦੀਆਂ ਤੋਂ ਮੈਨੂੰ ਕੋਈ ਬਚਾ ਵੀ ਨਹੀਂ ਸਕਦਾ। ਕਿਰਪਾ ਕਰੋ, ਇਹ ਮੇਰੇ ਹਿਰਦੇ ਵਿੱਚੋਂ ਸ਼ੁਭ ਗੁਣਾਂ ਨੂੰ ਨਿੱਤ ਹੀ ਲੁੱਟੀ ਜਾ ਰਹੇ ਹਨ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੈ ਲੂਟੈ ਨੀਤ ਨੀਤ ਕਿਸੇ ਆਗੈ ਕਰੀ ਪੁਕਾਰ ਜਨਾ। ਹੇ ਸਾਰੀਆਂ ਤਾਕਤਾਂ ਦੇ ਮਾਲਕ ਸਰਵ ਸਮਰੱਥ ਪ੍ਰਭੂ ਜੀਓ, ਮੈਂ ਅਪਰਾਧੀ ਮੈਂ ਪਾਪੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰਕੇ ਮੇਰੇ ਪਾਪਾਂ ਦੇ ਪਰਦੇ ਕੱਜ ਲਵੋ ਜੀ। ਜੋ ਕੁਝ ਪਾਪ ਕਰਮ ਮੈਂ ਨਿੱਤ ਕਰਦਾ ਹਾਂ ਉਹਨਾਂ ਸਾਰੇ ਪਾਪ ਕਰਮਾਂ ਨੂੰ ਤੁਸੀਂ ਸਦਾ ਵੇਖਦੇ ਹੋ ਜਾਣਦੇ ਹੋ, ਇਸ ਲਈ ਮੈਨੂੰ ਪਾਪ ਕਰਮਾਂ ਤੋਂ ਮੁਨਕਰ ਹੋਣ ਦੀ ਵੀ ਕੋਈ ਗੁੰਜਾਇਸ਼ ਨਹੀਂ, ਕਿਉਂਕਿ ਤੁਸੀਂ ਮੇਰੇ ਸਾਰੇ ਪਾਪ ਕਰਮਾਂ ਨੂੰ ਵੇਖਿਆ ਹੈ। ਪਰ ਪਾਤਸ਼ਾਹ ਮੈਂ ਇੰਨਾ ਢੀਠ ਹਾਂ ਫਿਰ ਵੀ ਮੈਂ ਪਾਪ ਕਰਮ ਕਰੀ ਜਾ ਰਿਹਾ ਹਾਂ। ਹੇ ਮਾਲਕ ਜੀ, ਮੈਂ ਸੁਣਿਆ ਤੁਸੀਂ ਬੜੀ ਸਮਰੱਥਾ ਦੇ ਮਾਲਕ ਹੋ, ਤੁਹਾਡਾ ਨਾਮ ਕਰੋੜਾਂ ਪਾਪਾਂ ਨੂੰ ਇੱਕ ਖਿੰਨ ਵਿੱਚ ਨਾਸ਼ ਕਰਨ ਵਾਲਾ ਹੈ। ਹੇ ਪ੍ਰਭੂ ਜੀਓ, ਅਸਾਂ ਜੀਵਾਂ ਦਾ ਸੁਭਾਉ ਨਿਤ ਭੁੱਲਾਂ ਕਰਨ ਵਾਲਾ ਹੈ, ਪਰ ਆਪ ਦਾ ਸੁਭਾਉ ਪਾਪੀਆਂ ਦਾ ਨਿਸਤਾਰਾ ਕਰਨ ਵਾਲਾ ਹੈ। ਹੇ ਕਿਰਪਾ ਦੇ ਖਜ਼ਾਨੇ ਪ੍ਰਭੂ ਜੀ, ਮੈਨੂੰ ਦਾਸ ਨੂੰ ਵੀ ਮਾਇਆ ਦੇ ਪ੍ਰਭਾਵ ਤੋਂ ਬਚਾ ਕੇ ਉੱਚ ਆਤਮਕ ਜੀਵਨ ਅਤੇ ਆਪਣਾ ਦਰਸ਼ਨ ਬਖਸ਼ਿਸ਼ ਕਰੋ ਜੀ। ਬਿਲਾਵਲ ਰਾਗ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕੈਸੀ ਬਿਰਹੋਂ ਭਰੀ ਅਰਦਾਸ ਕਰਨ ਦੀ ਜਾਚ ਗੁਰਸਿੱਖਾਂ ਨੂੰ ਦੱਸਦੇ ਨੇ। ਤੁਮ ਸਮਰੱਥਾ ਕਾਰਨ ਕਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਰਹਾਓ। ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਠੌਰ ਨਹੀਂ ਕਿਛ ਢੀਠ ਮੁਕਰਨ ਬਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦ ਭੂਲਨ ਤੁਮਰੋ ਬਿਰਦ ਪਦ ਤੇ ਉਧਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ। ਬੇਸਹਾਰਿਆਂ ਉੱਪਰ ਦਇਆ ਕਰਨ ਵਾਲੇ ਦੀਨਾ ਬੰਧੂ ਜੀ, ਮੇਰੇ ਤੇ ਮਿਹਰ ਕਰੋ, ਮੇਰੇ ਗੁਣ ਅਵਗੁਣਾਂ ਦਾ ਲੇਖਾ ਜੋਖਾ ਨਾ ਕਰੋ, ਕਿਉਂਕਿ ਮੇਰੀ ਤਾਂ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਵਾਲੀ ਦਸ਼ਾ ਹੈ, ਮੈਂ ਤਾਂ ਅਵਗੁਣਾਂ ਨਾਲ ਹੀ ਨੱਕੋ ਨੱਕ ਭਰਿਆ ਪਿਆ ਹਾਂ। ਮੇਰੀ ਦਸ਼ਾ ਤਾਂ ਇਸ ਪ੍ਰਕਾਰ ਦੀ ਹੈ ਕਿ ਜੇ ਕੋਈ ਕੱਚੀ ਮਿੱਟੀ ਦੀ ਕੰਧ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰਨਾ ਚਾਹੇ, ਸ਼ੁੱਧ ਕਰਨਾ ਚਾਹੇ, ਉਹ ਕਦੇ ਵੀ ਸ਼ੁੱਧ ਨਹੀਂ ਹੋ ਸਕਦੀ, ਸਗੋਂ ਆਪਣੀ ਹੋਂਦ ਹਸਤੀ ਹੀ ਗਵਾ ਬੈਠੇਗੀ, ਸਗੋਂ ਹੇਠੋਂ ਹੋਰ ਚਿੱਕੜ ਨਿਕਲੇਗਾ। ਕਾਚੀ ਪੀਤ ਨਾ ਸ਼ੁੱਧ ਵਾਲੀ ਗੱਲ ਹੈ, ਇਸ ਲਈ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗੱਤ ਇਹੀ। ਇਸ ਲਈ ਸਤਿਗੁਰੂ ਜੀ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਆਪਣੇ ਬਿਰਧ ਦੀ ਲਾਜ ਪਾਲੋ ਜੀ। ਹੇ ਪ੍ਰਭੂ ਜੀ, ਮੈਂ ਅਣਜਾਣ ਹਾਂ, ਮੈਨੂੰ ਹੁਣ ਵੀ ਪਤਾ ਨਹੀਂ ਚੱਲ ਰਿਹਾ ਕਿ ਮੈਂ ਕੀ ਕਰ ਰਿਹਾ ਹਾਂ, ਕਿਉਂਕਿ ਮੇਰਾ ਮਨ ਮਾਇਆ ਦੇ ਹੱਥ ਵਿਕ ਚੁੱਕਾ ਹੈ। ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਸੰਸਾਰ ਦੇ ਮਾਲਕ ਹੋ, ਮੈਂ ਪੰਜਾਂ ਵਿਕਾਰਾਂ ਵਿੱਚ ਫਸਿਆ ਹੋਇਆ ਵਿਸ਼ਈ ਹਾਂ। ਹੇ ਪ੍ਰਭੂ ਪਰਮਾਤਮਾ ਜੀਓ,
ਇਹਨਾਂ ਪੰਜਾਂ ਨੇ ਮੇਰਾ ਮਨ ਬਹੁਤ ਖਰਾਬ ਕਰ ਦਿੱਤਾ ਹੈ। ਇਸੇ ਖਰਾਬੀ ਕਾਰਨ ਪਲ ਪਲ ਆਪ ਜੀ ਨਾਲੋਂ ਹੋਰ ਦੂਰੀ ਪੈ ਰਹੀ ਹੈ। ਮੈਂ ਜਿੱਧਰ ਜਿੱਧਰ ਵੀ ਨਿਗਾਹ ਮਾਰਦਾ ਹਾਂ, ਹਰ ਪਾਸੇ ਦੁੱਖ ਹੀ ਦੁੱਖ ਮੂੰਹ ਅੱਡੀ ਖੜੇ ਹਨ। ਭਾਵੇਂ ਸਾਰੇ ਧਾਰਮਿਕ ਗ੍ਰੰਥ ਇਸ ਗੱਲ ਦੀ ਸਾਖੀ ਭਰਦੇ ਹਨ ਕਿ ਦੁੱਖ ਦਾ ਮੂਲ ਕਾਰਨ ਵਿਸ਼ੇ ਵਿਕਾਰ ਹੀ ਹਨ, ਪਰ ਮੇਰਾ ਮਨ ਅਜੇ ਵੀ ਪਤੀਜਦਾ ਨਹੀਂ ਅਤੇ ਵਿਸ਼ੇ ਭੋਗਾਂ ਵੱਲੋਂ ਮੁੜਦਾ ਹੀ ਨਹੀਂ। ਭਾਵੇਂ ਮੇਰਾ ਮਨ ਹਰ ਰੋਜ਼ ਇਹੋ ਜਿਹੇ ਉਪਦੇਸ਼ ਸੁਣਦਾ ਹੈ ਕਿ ਗੌਤਮ ਦੀ ਇਸਤਰੀ ਅਹਿਲਿਆ, ਉਮਾ ਦਾ ਪਤੀ ਸ਼ਿਵਾਜੀ, ਹਜ਼ਾਰਾਂ ਭਗਾਂ ਦੇ ਚਿੰਨਾਂ ਵਾਲਾ ਇੰਦਰ ਇਤਆਦਿ ਸਾਰੇ ਇਹਨਾਂ ਪੰਜਾਂ ਦੇ ਰਾਹੀਂ ਹੀ ਖੁਆਰ ਹੋਏ ਹਨ। ਇਹ ਸਭ ਕੁਝ ਜਾਣ ਕੇ ਵੀ ਸੁਣ ਕੇ ਵੀ ਮੇਰਾ ਮਨ ਨੇਚਾ ਨਹੀਂ ਧਾਰਦਾ। ਹੇ ਸਤਿਗੁਰੂ, ਇਹਨਾਂ ਪੰਜਾਂ ਦੂਤਾਂ ਨੇ ਮੇਰੇ ਮਨ ਨੂੰ ਮਹਾਂਮੂਰਖ ਬਣਾ ਕੇ ਆਤਮਕ ਮੌਤੇ ਮਾਰਿਆ ਹੋਇਆ ਹੈ, ਪਰ ਮੇਰਾ ਮਨ ਇੰਨਾ ਬੇਸ਼ਰਮ ਹੈ ਕਿ ਅਜੇ ਵੀ ਇਹਨਾਂ ਦੀ ਖੋਟੀ ਸੰਗਤ ਕਰਨੋਂ ਹਟਦਾ ਨਹੀਂ। ਹੇ ਰਘੁਨਾਥ, ਹੇ ਪ੍ਰਭੂ, ਤੁਸੀਂ ਹੀ ਦੱਸੋ ਅਸੀਂ ਕਿੱਥੇ ਜਾਈਏ, ਕੀ ਕਰੀਏ, ਕਿਸ ਦੀ ਸ਼ਰਨ ਲਈਏ? ਤੁਸੀਂ ਹੀ ਇਹਨਾਂ ਦੀ ਮਾਰ ਤੋਂ ਬਚਾਉਣ ਨੂੰ ਸਮਰੱਥ ਹੋ। ਜੈਤ ਸ੍ਰੀ ਵਿੱਚ ਭਗਤ ਰਵਿਦਾਸ ਜੀ ਪਾਵਨ ਬਚਨ ਕਰਦੇ ਹਨ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹੱਥ ਬਿਕਾਨੋ, ਰਹਾਓ ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁੱਖ ਕੀ ਰਾਸੀ, ਅਜੋ ਨਾ ਪਤਿਆਏ ਨਿਗਮ ਭੈ ਸਾਖੀ। ਗੌਤਮ ਨਾਰੇ ਉਮਾਪਤ ਸਵਾਮੀ, ਸੀਸ ਧਰਨ ਸਹਿਸ ਪਗ ਗਾਮੀ, ਇਨ ਦੂਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਕਹਿ ਰਵਿਦਾਸ ਕਹਾਂ ਕੈਸੇ ਕੀਜੇ, ਬਿਨ ਰਘੁਨਾਥ ਸ਼ਰਨ ਕਾਂ ਕੀ ਲੀਜੈ। ਹੇ ਦੀਨਾ ਬੰਧੂ, ਮੈਂ ਕੀ ਯਤਨ ਕਰਾਂ? ਜਿਸ ਯਤਨ ਕਰਨ ਨਾਲ ਮੇਰੇ ਮਨ ਦਾ ਸੰਸਾ ਦੂਰ ਹੋ ਜਾਵੇ ਅਤੇ ਮੈਂ ਸੰਸਾਰ ਸਮੁੰਦਰ ਤੋਂ ਤਰ ਸਕਾਂ, ਕਿਉਂਕਿ ਮਨੁੱਖਾ ਜਨਮ ਪ੍ਰਾਪਤ ਕਰਕੇ ਮੈਂ ਕੋਈ ਵੀ ਚੰਗਾ ਕਰਮ ਨਹੀਂ ਕੀਤਾ, ਜਿਸ ਕਾਰਨ ਮੈਨੂੰ ਬਹੁਤ ਡਰ ਲੱਗਦਾ ਹੈ। ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਮੈਂ ਕਦੇ ਵੀ ਹਰੀ ਦੇ ਗੁਣ ਨਹੀਂ ਗਾਏ, ਜਿਸ ਕਰਕੇ ਮੈਨੂੰ ਦਿਨ ਰਾਤ ਚਿੰਤਾ ਲੱਗੀ ਰਹਿੰਦੀ ਹੈ। ਗੁਰੂ ਦੀ ਮਤ, ਗੁਰੂ ਦਾ ਉਪਦੇਸ਼ ਸੁਣ ਕੇ ਮੇਰੇ ਅੰਦਰ ਥੋੜਾ ਜਿੰਨਾ ਵੀ ਗਿਆਨ ਪ੍ਰਾਪਤ ਨਹੀਂ ਹੋਇਆ, ਪਸ਼ੂਆਂ ਵਾਂਗ ਪੇਟ ਭਰਨ ਤੱਕ ਹੀ ਸੀਮਤ ਹਾਂ। ਹੇ ਕਿਰਪਾਲੂ ਪ੍ਰਭੂ ਜੀ, ਜੇ ਤੁਸੀਂ ਆਪਣੇ ਬਿਰਧ ਨੂੰ, ਆਪਣੇ ਸੁਭਾਅ ਨੂੰ ਪਛਾਣੋ ਤਾਂ ਹੀ ਮੇਰਾ ਉਧਾਰ ਹੋ ਸਕਦਾ ਹੈ। ਮੇਰਾ ਸੁਭਾਅ ਸਦਾ ਭੁੱਲਾਂ ਕਰਨ ਵਾਲਾ ਹੈ, ਤੁਹਾਡਾ ਸੁਭਾਅ ਪਾਪੀਆਂ ਨੂੰ ਤਾਰਨ ਵਾਲਾ ਹੈ। ਹੇ ਸਤਿਗੁਰੂ ਜੀ, ਆਪਣੇ ਬਿਰਧ ਦੀ ਲਾਜ ਰੱਖੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਧਨਾਸਰੀ ਰਾਗ ਵਿੱਚ ਹੜਾ ਤਰਲਾ ਕਰਦੇ ਪਏ ਜੀਵ ਨੂੰ ਅਗਵਾਈ ਬਖਸ਼ਿਸ਼ ਕਰਦੇ ਹਨ। ਅਬ ਮੈਂ ਕੌਣ ਉਪਾਉ ਕਰੋ, ਜਿਹ ਬਿਦ ਮਨ ਕੋ ਸੰਸਾ ਚੂਕੈ, ਭਉ ਨਿਦ ਪਾਰ ਪਰੋ ਰਹਾਉ। ਜਨਮ ਪਾਏ ਕਛ ਪਲੋ ਨਾ ਕੀਨੋ, ਤਾਂ ਤੇ ਅਦਕ ਡਰੋ। ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਯਹ ਜੀ ਸੋਚ ਧਰੋ। ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਾਸ ਜਿਉ ਉਧਰ ਪਰੋ। ਕਹੁ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਤਤ ਤਰੋ। ਹੇ ਮੇਰੇ ਮਾਲਕ ਪ੍ਰਭੂ ਜੀ, ਜੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਵੀ ਚਲੇ ਜਾਈਏ, ਉੱਥੇ ਵੀ ਵਿਸ਼ੇ ਵਾਸ਼ਨਾਵਾਂ ਨੂੰ ਮਾਰਨ ਦੀ ਖਾਤਰ ਪੱਤੇ ਤੇ ਜੜਾਂ ਖਾ ਕੇ ਗੁਜ਼ਾਰਾ ਕਰੀਏ, ਤਦ ਵੀ ਇਹ ਚੰਦਰਾ ਪਾਪੀ ਮਨ ਉੱਥੇ ਵੀ ਮੰਦ ਵਾਸ਼ਨਾਵਾਂ ਦਾ ਤਿਆਗ ਨਹੀਂ ਕਰਦਾ। ਹੇ ਪ੍ਰਭੂ ਜੀ, ਹੇ ਦਾਤਾ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਸੰਸਾਰ ਸਮੁੰਦਰ ਵਿੱਚੋਂ ਤਰਨਾ ਬਹੁਤ ਕਠਿਨ ਹੈ, ਮੈਂ ਕਿਵੇਂ ਇਹਨਾਂ ਤੋਂ ਛੁਟਕਾਰਾ ਪਾਵਾਂ? ਇਹਨਾਂ ਪੰਜਾਂ ਵਿਸ਼ੇ ਵਿਕਾਰਾਂ ਦੇ ਚਸਕੇ ਮੈਥੋਂ ਛੱਡੇ ਨਹੀਂ ਜਾਂਦੇ। ਅਨੇਕਾਂ ਯਤਨ ਕਰਕੇ ਮੈਂ ਵਿਸ਼ੇ ਵਾਸ਼ਨਾਵਾਂ ਵਾਲੇ ਮਨ ਨੂੰ ਰੋਕਦਾ ਹਾਂ, ਪਰ ਮੇਰਾ ਅਵੈੜਾ ਮਨ ਉਹਨਾਂ ਵਿਸ਼ਿਆਂ ਦੀਆਂ ਵਾਸ਼ਨਾਵਾਂ ਵਿੱਚ ਮੁੜ ਮੁੜ ਖਚਿਤ ਹੁੰਦਾ ਹੈ। ਪਾਤਸ਼ਾਹ, ਜਵਾਨੀ ਬਤੀਤ ਹੋ ਗਈ, ਬੁਢੇਪਾ ਆ ਗਿਆ,
ਇੰਨੇ ਸਮੇਂ ਵਿੱਚ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਆਪ ਨੇ ਬੜਾ ਅਮੋਲਕ ਕੀਮਤੀ ਮਨੁੱਖਾ ਜਨਮ ਬਖਸ਼ਿਸ਼ ਕੀਤਾ ਸੀ, ਪਰ ਮੈਂ ਮਾਇਆ ਦੀਆਂ ਕੌਡੀਆਂ ਵਿੱਚ ਲੱਗ ਕੇ ਇਸ ਨੂੰ ਕੱਖਾਂ ਦੇ ਬਰਾਬਰ ਕਰ ਲਿਆ ਹੈ। ਹੇ ਮੇਰੇ ਪ੍ਰਭੂ ਜੀਓ, ਹੇ ਮੇਰੇ ਦਾਤਾ ਜੀ, ਤੂੰ ਸਰਬ ਵਿਆਪੀ ਹੈ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ ਤੇ ਮੇਰੇ ਵਰਗਾ ਸੰਸਾਰ ਵਿੱਚ ਕੋਈ ਪਾਪੀ ਵੀ ਨਹੀਂ। ਕਿਰਪਾ ਕਰੋ, ਮੇਰੀ ਬੌੜੀ ਕਰਕੇ ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲਵੋ। ਧੰਨ ਧੰਨ ਬਾਬਾ ਕਬੀਰ ਜੀ, ਬਿਲਾਵਲ ਰਾਗ ਵਿੱਚ ਕਿਵੇਂ ਜਗਿਆਸੂ ਨੂੰ ਗੁਰੂ ਚਰਨਾਂ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਹਾੜਾ ਤਰਲਾ ਕਰਨ ਵਾਸਤੇ ਅਗਵਾਈ ਪ੍ਰਦਾਨ ਕਰਦੇ ਨੇ। ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਅਜੋ ਬੇਕਾਰ ਨ ਛੋਡਈ ਪਾਪੀ ਮਨ ਮੰਦਾ। ਕਿਉਂ ਛੂਟੋ ਕੈਸੇ ਤਰੋ ਭਵ ਜਲ ਨਿਧ ਪਹਾਰੀ, ਰਾਖ ਰਾਖ ਮੇਰੇ ਬੀਠੁਲਾ ਜਨ ਸ਼ਰਨ ਤੁਮਾਰੀ ਰਹਾਓ। ਬਿਖੈ ਬਿਖੈ ਕੀ ਬਾਸ਼ਨ ਤਜੀ ਨਹਿ ਜਾਈ, ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ। ਜਰਾ ਜੀਵਨ ਜੋਬਨ ਗਇਆ ਕਿਛ ਕੀਆ ਨਾ ਨੀਕਾ, ਇਹ ਜੀਅਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹੋ ਕਬੀਰ ਮੇਰੇ ਮਾਧਵਾ, ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀ ਦਿਆਲ, ਮੋਹੇ ਸੰਸਰ ਪਾਪੀ। ਹੇ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਨ ਵਾਲੇ, ਹੇ ਦਇਆ ਦੇ ਸੋਮੇ, ਹੇ ਜੀਵਾਂ ਦੀ ਪਾਲਣਾ ਕਰਨ ਵਾਲੇ ਪ੍ਰਭੂ ਪਰਮੇਸ਼ਰ ਜੀਓ, ਪ੍ਰਾਣਾਂ ਦੇ ਆਧਾਰ ਅਨਾਥਾਂ ਨੂੰ ਆਸਰਾ ਦੇਣ ਵਾਲੇ, ਗਰੀਬਾਂ ਆਜਜਾਂ ਦੇ ਦੁੱਖ ਦੂਰ ਕਰਨ ਵਾਲੇ, ਹੇ ਸਭ ਤਾਕਤਾਂ ਦੇ ਮਾਲਕ ਸੁਆਮੀ ਜੀਓ, ਤੁਸੀਂ ਸਰਬ ਵਿਆਪਕ ਹੋ, ਬੁੱਧੀ ਦੀ ਪਹੁੰਚ ਤੋਂ ਪਰੇ ਹੋ। ਮੈਂ ਤੁਹਾਡੇ ਚਰਨਾਂ ਵਿੱਚ ਜੋਦੜੀ ਕਰਦਾ ਪਿਆ ਹਾਂ, ਮੇਰੇ ਤੇ ਮਿਹਰ ਕਰੋ। ਇਹ ਸੰਸਾਰ ਜਿਸ ਵਿੱਚ ਅਸੀਂ ਵਿਚਰ ਰਹੇ ਹਾਂ, ਜਿਸ ਵਿੱਚ ਸਾਨੂੰ ਨਿਵਾਸ ਮਿਲਿਆ ਹੈ, ਇਹ ਬਹੁਤ ਭਿਆਨਕ ਡਰਾਉਣਾ ਖੂਹ ਹੈ। ਜਿੱਧਰ ਦੇਖਦਾ ਹਾਂ ਤਾਮ ਸੰਸਾਰ ਹੀ ਹੈ, ਸਭ ਪਾਸੇ ਅਗਿਆਨਤਾ ਦਾ ਅੰਧਕਾਰ ਪਸਰਿਆ ਹੋਇਆ ਹੈ। ਆਪਣੀ ਮਿਹਰ ਕਰਕੇ ਮੇਰਾ ਇਸ ਸੰਸਾਰ ਤੋਂ ਨਿਸਤਾਰਾ ਕਰ ਦਿਓ। ਕਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਲਹਾਰ ਰਾਗ ਵਿੱਚ ਜੋਦੜੀ ਕਰਨ ਦੀ ਯੁਕਤ ਦੱਸਦੇ ਨੇ, ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਓ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰਥ ਅਗੰਮ ਪੂਰਨ ਮੋਹੇ ਮਾਇਆ ਤਹਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਜੇ ਕਿਤੇ ਪੰਜਵੇਂ ਗੁਰਦੇਵ ਜੀ ਦੇ ਇਸ ਕਥਨ ਅਨੁਸਾਰ ਸਾਡੀ ਆਤਮਕ ਦਸ਼ਾ ਬਣ ਜਾਵੇ, ਅਸੀਂ ਤੁਰ ਅੰਦਰੋਂ ਪੁਕਾਰ ਕੇ ਘਗਿਆ ਕੇ ਗੁਰੂ ਦੇ ਚਰਨਾਂ ਉੱਤੇ ਢਹਿ ਪਈਏ, ਡਿੱਗ ਪਈਏ, ਪੁਕਾਰ ਕਰੀਏ ਕਿ ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਦਾਤਾ ਜੀ, ਹੇ ਸਮਰੱਥ ਸਤਿਗੁਰੂ, ਮੇਰੀ ਮਾਇਆ ਦੇ ਦੂਤਾਂ ਤੋਂ ਰੱਖਿਆ ਕਰੋ। ਮੈਂ ਬਹੁਤ ਜੂਨਾਂ ਵਿੱਚ ਦੀ ਭਟਕਦਾ ਹੋਇਆ ਆਇਆ ਹਾਂ ਤੇ ਹੁਣ ਇਸ ਜਨਮ ਵਿੱਚ ਵੀ ਅਨੇਕਾਂ ਥਾਵਾਂ ਤੇ ਭਟਕਦਾ ਪਿਆ ਹਾਂ। ਆਪ ਦੇ ਦਰ ਤੇ ਹੁਣ ਆ ਪੁੱਜਾ ਹਾਂ। ਭਗਤਾਂ ਨੂੰ ਪਿਆਰ ਕਰਨ ਵਾਲੇ ਅਤੇ ਪਤਤਾਂ ਦਾ ਉਧਾਰ ਕਰਨ ਵਾਲੇ, ਆਪ ਜੀ ਦਾ ਮੁੱਢ ਤੋਂ ਸੁਭਾਅ ਚੱਲਿਆ ਆਇਆ ਹੈ। ਹੇ ਵਾਹਿਗੁਰੂ, ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਮੇਰੀ ਇਸ ਅਰਦਾਸ ਨੂੰ ਪੂਰਾ ਨਹੀਂ ਕਰ ਸਕਦਾ। ਹੇ ਪ੍ਰਭੂ ਪਰਮਾਤਮਾ ਦਾਤਾ ਜੀ, ਮੇਰਾ ਹੱਥ ਫੜ ਕੇ ਮੈਨੂੰ ਇਸ ਸਮੁੰਦਰ ਚੋਂ ਕੱਢ ਲਵੋ, ਕਿਰਪਾ ਕਰਕੇ। ਕਿਵੇਂ ਸਤਿਗੁਰੂ ਜੈਤ ਸ੍ਰੀ ਰਾਗ ਵਿੱਚ ਪਾਵਨ ਬਚਨ ਕਰਦੇ ਨੇ, ਮੇਲ ਲਇਓ ਦਿਆਲ ਢਹਿ ਪਏ ਦੁਆਰਿਆ, ਰੱਖ ਲੇ ਵਹੁ ਦੀਨ ਦਿਆਲ ਭਰਮਤ ਬਹੁ ਹਾਰਿਆ, ਭਗਤ ਵਛਲ ਤੇਰਾ ਬਿਰਧ ਹਰ ਪਤਿਤ ਉਧਾਰਿਆ, ਤੁਜ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ। ਸਾਡੇ ਮਨ ਦੀ ਇਹੋ ਜਿਹੀ ਨਿਮਰਤਾ ਵਾਲੀ ਦਸ਼ਾ ਬਣਦੀ ਨਹੀਂ, ਜਿਹੋ ਜਿਹੀ ਕਿ ਸਤਿਗੁਰੂ ਜੀ ਸਾਡੀ ਬਣਾਉਣੀ ਚਾਹੁੰਦੇ ਹਨ। ਜੇ ਕਿਤੇ ਗੁਰੂ ਮੇਰ ਅਤੇ ਗੁਰੂ ਅਗਵਾਈ ਵਿੱਚ ਸਾਡੀ ਬਿਰਤੀ ਇਹੋ ਜਿਹੀ ਬਣ ਜਾਵੇ ਤਾਂ ਤੁਰ ਅੰਦਰੋਂ ਜੀਵ ਆਤਮਾ ਗੁਰੂ ਅੱਗੇ ਆਪਾ ਸਮਰਪਿਤ ਕਰਕੇ ਪੁਕਾਰ ਕੇ ਅਰਦਾਸ ਕਰ ਦੇਵੇ ਕਿ ਹੇ ਦਾਤਾ, ਮੈਂ ਦੁਰਜਨ ਹਾਂ, ਮੈਂ ਕਠੋਰ ਚਿੱਤ ਹਾਂ, ਮੈਂ ਹਮੇਸ਼ਾ ਮੰਦੇ ਕੰਮਾਂ ਵਿੱਚ ਦਿਨ ਰਾਤ ਗਲਤਾਨ ਰਹਿੰਦਾ ਹਾਂ, ਮੈਂ ਮੂਰਖ ਦਾ ਵੀ ਮਹਾਂ ਮੂਰਖ ਹਾਂ, ਮੇਰਾ ਸਰੀਰ ਵੀ ਸਦਾ ਰਹਿਣੇ ਵਾਲਾ ਨਹੀਂ,
मैं मोह माया दे जाल विच जकड़िया पिया हां। इस मोह दे प्रभाव कारण मैं सदा भटकदा ही रहिंदा हां। कदे भी अपने घर विच टिक के नहीं बहिंदा। परमात्मा नूं तां मैं जानना ही की है, बड़ी दूर दी गल है। भाव परमेश्वर दी मैनूं भोरा जिन्नी वी सार नहीं। थोड़ चिरी जवानी सुंदरता ते माया दे हंकार विच मतिया पिया हां, मस्त हां। अपने आप नूं भुला के व्याकुल होया बड़े हंकार विच विचर रहा हां। मेरा ध्यान हर समय पराए धन, पराए तन, पराई बखीली, पराए झगड़े, पराई निंदिया वल ही लगा रहिंदा है अते ए सारे औगण मैनू चंगे ते मिठे लगदे हन। हे अकाल पुरख वाहिगुरु जी, अंतरजामी दाता जी, भावें तुसी मेरे अंदर दे फुरनिया नू जानदे हो ते सारे मेरे कर्मां नू वेखदे पए हो, पर फिर भी मैं लुक लुक के ठगियां करन दा जतन करदा हां। हे गरीब नवाज, ना मेरा शराफत वाला सुभाउ है, ना मैं धर्मी हां, ना कोई सोच संजम दा धारनी हां, ना मेरे विच कोई दया दा गुण है। हे जी दान देण वाले स्वामी मालक जी, मैं तुहाडी शरण विच आ गया हां। तुसी सर्व कला समर्थ हो, सारे कारणा दे करण नूं समर्था रखदे हो, तुसी सारी माया दे मालक हो, मेरी हर तरह नाल रख्या करो। किवें गुरबाणी विच पावन बचन है, काची दे मोह फुन बांदी, सठ कठोर कुचल को ज्ञानी, धावत भ्रमत रहन नहीं पावत, पार ब्रह्म की गत नहीं जानी। जोबन रूप माया मद माता, बिचरत बिकल बडो अभिमानी, पार धन पर अपवाद नार निंदा, यह मीठी जी माहे हितानी। बल बंच शप करते उपावा, पेखत सुनत प्रवे अंतर जामी, सील धर्म दया सुच नासत, आयो शरण जी के दानी। कारण करण समरथ श्री धर, राख ले हो नानक के स्वामी। हे प्रभु जी, मैं तुहाडे चरणां विच अपनियां सारियां कमजोरियां अते अपने सारे अवगुण बयान कर दिते हन। इन्ने ही नहीं, मैं अवगुण भरपूर शरीरे वाली गल बनी हुई है, ये दशा मेरे नाल वापरी हुई है। इसलिए हे दाता जी, तुसी ही मैनू बचा लवो, मैनू बचा लवो, मैनू रख लेवो, मैनू छड़ा लवो इस माया दे विकारां तों। इन्हां विकारां तों बचण लई मेरे पास आप कोई उपराला नहीं हो सकदा। आप मेहर करके अपने नाम दी दात बख्शिश कर देवो। ये परिवार अते संसार अग दा समुंदर है। इस संसार विच भरम मोह अते अज्ञान दा हनेरा ही हनेरा है। संसार विच विचरदिआं उच्चे नीवे दी वृत्ति बनी रहिंदी है। कदे सुख कदे दुख आ व्यापदे हन। तृष्णा दी अग्नि कदे शांत नहीं हुंदी, जिस कारण मैनू कदे तृप्ति नहीं मिलदी। मेरा मन हमेशा वासनावां नाल भरिया रहिंदा है, जिस कारण विषय विकारां दी जहरीली बीमारी मन नूं चिंबड़ी हुई है। इस तों इलावा पंजां विकारां जो ना काबू आउण वाले असाध माया दे दूत हन, मेरा खेड़ा नहीं छड्डदे। इसलिए हे वाहिगुरु जी, ये सारे जीव, ये सारा संसार अते धन पदार्थ आप जी दा ही है। आप जी फरमान करदे हो कि परमात्मा नूं अंग संग अते अपने नेड़े समझ, पर मैं मूर्ख हाँ, सब कुछ इस दे उल्ट करदा हाँ। हे प्रभु जी, ओ कृपा करो, बख्श लिओ। किवें गुरु अर्जन देव पातशाह साडी अगवाई करदे हन धनासरी राग विच, जो धन गुरु ग्रंथ साहिब जी दे पन्ना 675 उपर साडी अगवाई लई अंकित है। हा हा प्रभ राख लिओ, हम ते किशु ना होए मेरे स्वामी, कर कृपा अपना नाम देहो रहाओ। अगन कुटंब सागर संसार, परम मोह अज्ञान अंधार, ऊच नीच सुख दुख, त्रापस नाही तृष्णा भूख, मन बाशना रच बिखै ब्याद, पंच दूत संग महा असाद, जी जहान प्राण तन तेरा,
ਨਾਨਕ ਜਾਨ ਸਦਾ ਹਰ ਨੇਰਾ। ਗੁਰਦੇਵ ਹੋਰ ਕਿਵੇਂ ਸਾਡੀ ਅਗਵਾਈ ਕਰਦੇ ਹਨ ਕਿ ਹੇ ਜੀਵ ਇਸ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰ ਕਿ ਹੇ ਦੀਨਾਨਾਥ ਮੇਰੇ ਕਰਮ ਅਤੇ ਮੇਰੀ ਦਸ਼ਾ ਤਾਂ ਇਹੋ ਜਿਹੀ ਹੈ ਜੋ ਫਜ਼ੂਲ ਕੰਮ ਆਖਰ ਇੱਥੇ ਸੰਸਾਰ ਵਿੱਚ ਹੀ ਛੱਡ ਜਾਣੇ ਹਨ ਅਤੇ ਉਹ ਨਿਕੰਮੇ ਝਗੜੇ ਜੰਜਾਲ ਜਿਹੜੇ ਕਿਸੇ ਕੰਮ ਨਹੀਂ ਆਉਣੇ ਅਤੇ ਨਾ ਹੀ ਉਹਨਾਂ ਨੇ ਆਤਮਾ ਦੇ ਨਾਲ ਸਾਥ ਦੇਣਾ ਹੈ, ਮੈਂ ਉਹਨਾਂ ਨਾਲ ਪਿਆਰ ਪਾਈ ਬੈਠਾ ਹਾਂ। ਜੋ ਕਾਮ ਕ੍ਰੋਧ ਆਦਿ ਮੇਰੇ ਵੈਰੀ ਹਨ, ਮੈਂ ਉਹਨਾਂ ਨਾਲ ਮਿੱਤਰਤਾ ਬਣਾਈ ਹੋਈ ਹੈ। ਇਹ ਸੰਸਾਰ ਵਿੱਚ ਇਸ ਤਰ੍ਹਾਂ ਦੇ ਭਰਮ ਭੁਲੇਖੇ ਵਿੱਚ ਪੈ ਕੇ ਮਨੁੱਖਾ ਜਨਮ ਨੂੰ ਮੈਂ ਵਿਅਰਥ ਗਵਾ ਰਿਹਾ ਹਾਂ। ਸੱਚ ਅਤੇ ਧਰਮ ਨੂੰ ਮੂਲੋਂ ਹੀ ਵੇਖਣਾ ਪਸੰਦ ਨਹੀਂ ਕਰਦਾ। ਝੂਠ ਬੋਲਣਾ ਤੇ ਠੱਗੀ ਕਰਨੀ ਮਿੱਠੀ ਲੱਗਦੀ ਹੈ। ਦਾਤੇ ਦੀਆਂ ਦਿੱਤੀਆਂ ਦਾਤਾਂ ਤਾਂ ਚੰਗੀਆਂ ਲੱਗਦੀਆਂ ਹਨ, ਪਰ ਦਾਤਾਂ ਦੇਣ ਵਾਲਾ ਦਾਤਾ ਭੁੱਲ ਗਿਆ ਹੈ। ਸੰਸਾਰ ਦੇ ਮੋਹ ਵਿੱਚ ਇੰਨਾ ਮੈਂ ਖਚਤ ਹਾਂ ਕਿ ਇੱਥੋਂ ਕੂਚ ਕਰਨ ਦਾ ਚਿੱਤ ਚਿੱਤਾ ਹੀ ਨਹੀਂ। ਜੋ ਚੀਜ਼ ਆਪਣੀ ਨਹੀਂ ਹੈ ਉਸ ਦੀ ਪ੍ਰਾਪਤੀ ਲਈ ਨਿੱਤ ਹੀ ਤਰਲੇ ਲੈਂਦਾ ਰਹਿੰਦਾ ਹਾਂ। ਜੋ ਕੰਮ ਆਉਣ ਵਾਲਾ ਅਸਲੀ ਕਰਮ ਧਰਮ ਹੈ ਉਸ ਨੂੰ ਮੈਂ ਮੂਲੋਂ ਹੀ ਭੁਲਾ ਦਿੱਤਾ ਹੈ। ਪਰਮਾਤਮਾ ਦੇ ਹੁਕਮ ਦੀ ਭੋਰਾ ਜਿੰਨੀ ਵੀ ਸੋਝੀ ਨਹੀਂ, ਜਿਸ ਕਾਰਨ ਆਵਾਗਾਉਣ ਦਾ ਚੱਕਰ ਗਲ ਪਿਆ ਹੋਇਆ ਹੈ। ਮੈਂ ਅਗਿਆਨਤਾ ਵਿੱਚ ਫਸ ਕੇ ਦਿਨ ਰਾਤ ਪਾਪ ਪਿਆ ਕਰਦਾ ਹਾਂ ਤੇ ਅਖੀਰ ਪਛਤਾਵਾ ਹੀ ਪੱਲੇ ਪੈ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਵੇਂ ਸਾਡੀ ਅਗਵਾਈ ਧਨਾਸਰੀ ਰਾਗ ਵਿੱਚ ਕਰਦੇ ਹਨ। ਛੋੜ ਜਾਹੇ ਸੇ ਕਰੈ ਪਰਾਲ, ਕਾਮਨਾ ਆਵੈ ਸੇ ਜੰਜਾਲ, ਸੰਗ ਨਾ ਚਾਲੈ ਤਿਨ ਸਿਉ ਹੀਤ, ਜੋ ਬੈਰਾਈ ਸੇ ਮੀਤ, ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ, ਰਹਾਓ ਸਾਚ ਧਰਮ ਨਹੀਂ ਪਾਵੈ ਡੀਠਾ, ਝੂਠ ਧੋ ਸਿਉ ਰਚਿਓ ਮੀਠਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋ ਉਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ, ਹੁਕਮ ਨਾ ਬੂਝੈ ਆਵਣ ਜਾਣੇ, ਪਾਪ ਕਰੇ ਤਾਂ ਪਛੋ ਤਾਣੇ। ਹੇ ਦਾਤਾ ਜੀਓ, ਨਾ ਮੈਂ ਕੋਈ ਜਪ ਨਾ ਮੈਂ ਤਪ ਕੀਤਾ ਹੈ, ਨਾ ਵਿਸ਼ੇ ਵਿਕਾਰਾਂ ਵੱਲੋਂ ਸੰਜਮ ਧਾਰਨ ਕੀਤਾ ਹੈ, ਨਾ ਹੀ ਧਰਮ ਦੀ ਕਮਾਈ ਕੀਤੀ ਹੈ। ਹੇ ਦਾਤਾ, ਹੇ ਹਰੀ ਰਾਇਆ, ਸਾਧ ਸੰਗਤ ਦੀ ਸੇਵਾ ਮੈਂ ਕਰ ਨਹੀਂ ਸਕਿਆ। ਮੇਰੇ ਸਾਰੇ ਕਰਮ ਅਤ ਨੀਚਤਾ ਵਾਲੇ ਹਨ। ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਆਪਣੇ ਬਿਰਦ ਦੇ ਸਦਕੇ ਮੇਰੀ ਲਾਜ ਪੱਤ ਰੱਖਣਾ ਕਰੋ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਆਖਰ ਵਿੱਚ ਦਾਤਾ ਜੀ ਬੇਨਤੀ ਹੈ ਕਿ ਜੇ ਕਿਤੇ ਮੇਰੇ ਮਾੜੇ ਚੰਗੇ ਕਰਮਾਂ ਦਾ ਹਿਸਾਬ ਕਿਤਾਬ ਤੁਸੀਂ ਕਰਨ ਲੱਗ ਪਏ ਨਾ, ਫਿਰ ਮੇਰੇ ਛੁਟਕਾਰੇ ਦੀ ਕੋਈ ਆਸ ਨਹੀਂ, ਕੋਈ ਆਸ ਨਹੀਂ, ਕੋਈ ਆਸ ਨਹੀਂ, ਕਿਉਂਕਿ ਪੈਰ ਪੈਰ ਤੇ ਖਿਨ ਖਿਨ ਵਿੱਚ ਪਤਾ ਨਹੀਂ ਕਿੰਨੀਆਂ ਕੋ ਗਲਤੀਆਂ ਹੋ ਜਾਂਦੀਆਂ ਨੇ। ਬਖਸ਼ੰਦ ਪਿਤਾ ਜੀਓ, ਆਪਣੀ ਬਖਸ਼ਿਸ਼ ਕਰਕੇ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੋ। ਪਿਤਾ ਜੀ, ਮੈਂ ਤਾਂ ਲੂਣ ਹਰਾਮੀ ਪਾਪੀ ਤੁਛ ਬੁੱਧੀ ਵਾਲਾ ਹਾਂ। ਆਪ ਜੀ ਨੇ ਮੈਨੂੰ ਸਰੀਰ ਜਿੰਦ ਅਨੇਕਾਂ ਸੁੱਖ ਦਿੱਤੇ, ਪਰ ਮੈਂ ਆਪ ਦੇ ਉਪਕਾਰਾਂ ਨੂੰ ਭੁਲਾ ਦਿੱਤਾ। ਜੋ ਤੁਹਾਥੋਂ ਭੁਲਾਉਣ ਵਾਲੀ ਮਾਇਆ ਹੈ ਉਸ ਨੂੰ ਪ੍ਰਾਪਤ ਕਰਨ ਲਈ ਦਸੋਂ ਦਿਸ਼ਾ ਵਿੱਚ ਭਟਕਦਾ ਫਿਰਦਾ ਹਾਂ। ਜੋ ਦੇਣ ਵਾਲਾ ਦਾਤਾ ਹੈ ਉਸ ਨੂੰ ਭੋਰਾ ਜਿੰਨਾ ਵੀ ਮਨ ਵਿੱਚ ਨਹੀਂ ਵਸਾਉਂਦਾ। ਲਾਲਚ, ਝੂਠ, ਵਿਸ਼ੇ ਵਿਕਾਰ ਅਤੇ ਮੋਹ ਦੀ ਰਾਸ ਮਨ ਵਿੱਚ ਸਾਂਭੀ ਬੈਠਾ ਹਾਂ। ਲੋਭੀ, ਚੋਰ, ਨਿੰਦਕਾਂ ਨਾਲ ਹਮੇਸ਼ਾ ਸੰਗਤ ਕਰਦਿਆਂ ਉਮਰ ਬੀਤ ਗਈ ਹੈ। ਮੇਰੀ ਜੋਦੜੀ ਹੈ, ਅਰਦਾਸ ਹੈ, ਪ੍ਰਭੂ ਜੀ ਜੇ ਤੁਹਾਨੂੰ ਭਾ ਜਾਵੇ, ਜੇ ਤੁਸੀਂ ਚਾਹੋ ਤਾਂ ਚੰਗਿਆਂ ਦਾ ਸੰਗ ਦੇ ਕੇ ਮੇਰੇ ਜਿਹੇ ਮਾੜਿਆਂ ਨੂੰ ਵੀ ਮਿਹਰ ਕਰਕੇ ਤਾਰ ਦਿੰਦੇ ਹੋ। ਜੇ ਤੁਸੀਂ ਚਾਹੋ ਤਾਂ ਪਾਣੀ ਉੱਪਰ ਪੱਥਰ ਵੀ ਤਰ ਸਕਦੇ ਹਨ। ਸੋ ਮੈਂ ਵੀ ਪਾਪਾਂ ਨਾਲ ਬੋਝਲ ਪਿਆ ਹੋਇਆ ਇੱਕ ਭਾਰਾ ਪੱਥਰ ਹਾਂ। ਮੇਰਾ ਨਿਸਤਾਰਾ, ਮੇਰਾ ਪਾਰ ਉਤਾਰਾ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਕਰ ਦੇਵੋ ਜੀ। ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਲੂਣ ਹਰਾਮੀ ਗੁਨਹਗਾਰ, ਬੇਗਾਨਾ ਅਲਪ ਮਤ,
जियो पिंड जिन सुख दिए ताहे न जानत तत। लाहा माया कारणे दह दिस ढूंढन जाए, देवन हार दातार प्रभ निमख न मन बसाए। लालच झूठ बेकार मोह या संपै मन माहे, लंपट चोर निंदक महा तिन्हू संग बिहाय। तुद पावै ता बख्श लै खोटे संग खरे, नानक पावै पार ब्रह्म पाहन नीर तरे। तुद पावै ता बख्श लै खोटे संग खरे, नानक पावै पार ब्रह्म पाहन नीर तरे। हे दाता जीओ, हे मालक जीओ, जिस तरह समुंदर पानी नाल नको नक भरिया पिया है, समुंदर दे पानी दा कोई नाप तोल नहीं कर सकता। मैं भी सिर दी चोटी तो लैके पैरां तक पापां दी मलीनताई नाल भरिया होया हाँ। मेरे कर्मां दा भी लेखा जोखा ना करो, अपनी दया दृष्टि ही करके, अपनी रहमत भरी नदर मेरे उपर करके मेरा पार उतारा ही कर देवो, क्योंकि तुसी अनेकां पत्थरवत भोजल बोझल पापियां दा पहला भी निस्तारा कीता है। जेता समुंद सागर नीर भरिया तेते औगण हमारे, दया करो किश मेहर उपावो डुबदे पत्थर तारे। हे करतार, मेरे उपर तां भाई गुरदास जी दा उचारण कीता सवैया ही टुकदा है कि हे पार ब्रह्म स्वरूप सतगुरु जी, जदों मैं सुनदा हाँ कि तुसी भगती करन वालियां नूं प्यार करदे हो तां मैं भगती तों हीणा होण कारण हिरदे विच निराश हो जांदा हाँ। जदों मैं सुनदा हाँ कि तुसी पापियां नूं भी पवित्र कर दिंदे हो तां हिरदे विच मुड़ आस बन लैंदा हाँ। मैं पतत करमी जदों आप नूं दिलां दे अंदरलियां जानण वाला सुनदा हाँ तां मैं अंदरों कंब उठदा हाँ, पर जदों सुनदा हाँ कि तुसी दीना दुखियां दे उपर भी दया कर दिंदे हो, यह सुन के मेरा डर मेरा संसा दूर हो जाता है। जिवें उच्चे लंबे आकार वाला सिंबल रुख बारिश पैण ते भी फल रहत ही रहिंदा है ना, पर चंदन की सुगंधी नाल ओ सिंबल भी सुगंधी वाला हो जाता है। इसे तरह मैं भी हंकार अते माया जाल दा वापरिया होया हाँ। महान उत्तम चंदन समान सतगुरु दे मिलाप नाल उत्तम गुणा की सुगंधी वाला हो सकता हाँ। हे सतगुरु, अपनी करनी करतूत करके तो हो सकता है कि मैनू नरकां विच भी जगह ना मिले, पर आप जी दे इस बिरद दा आसरा संभाल रहा हाँ, तक रहा हाँ कि आप जी पतत पावन हो, दीन दयालु हो, निर्गुणियां नू भी गुणा नाल माला माल करन वाले हो। भगत वत्सल सुन हो तो हो निराश हृदय, भगत वत्सल सुन हो तो हो निराश हृदय, पतत पावन सुन आसा उर धार हो, अंतर जामी सुन कंपत हो अंतरगत, दीन को दयाल सुन पै पर मटार हूं, जल धार संगम कै अफल सेंबल द्रुम, चंदन सुगंध संबंध मलगार हूं, अपनी करनी कर नरक हूं ना पावो ठौर। हे दाता जी, अपनी करनी कर नरक हूं ना पावो ठौर, तुमरे बिरद कर आसरो समार हूं, तुमरे बिरद कर आसरो समार हूं। पातशाह, मैं तां दूसरियां दे दोषां वल ही वेखदा रहा हां सारी आरजू हां, पर आप खुद अनेकां औगणां अपराधां नाल भरिया होया हां। मेरा तां इह हाल है जिस तरह छाननी विच अनेकां छेक हुंदे हन, पर जे उह छाननी मिट्टी दे लोटियां दी निंदा करे जिस विच केवल एक ही छेक हुंदा है, तां छाननी किवें सुभा पा सकदी है, भाव नहीं पा सकदी। जिवें बेअंत कंडियां नाल भरिया होया किक्कर दा रुख कमल फुल नूं कंडियां वाला आके उसका यह कहना किसी चंगा नहीं लगता। जिवें मोतियां नूं छड गंदगी खाण वाला कां मान सरोवर उपर मोती चुगण वाले हंस नूं मुखौल करे, यह उसका अपना ही मैलापन है। इस तरह करोड़ां पापां नाल भरिया होया मैं महान पापी हाँ,
ਮੈਨੂੰ ਤਾਂ ਸਾਰੇ ਸੰਸਾਰ ਦੇ ਪਾਪ ਅਪਰਾਧ ਹੀ ਚੰਗੇ ਲੱਗਦੇ ਹਨ, ਸੋ ਆਪ ਹੀ ਮਿਹਰ ਕਰੋ ਮੇਰੇ ਔਗਣਾਂ ਨੂੰ, ਮੇਰੇ ਅਪਰਾਧਾਂ ਨੂੰ, ਮੇਰੀਆਂ ਉਣਤਾਈਆਂ ਨੂੰ, ਮੇਰੀਆਂ ਨੀਚਤਾਈਆਂ ਨੂੰ ਨਜ਼ਰ ਅੰਦਾਜ਼ ਕਰਕੇ ਬਖਸ਼ਿਸ਼ ਭਰੀ ਮਿਹਰ ਕਰ ਦਿਓ ਜੀ। ਚਲਨੀ ਮੈਂ ਜੈਸੇ ਦੇਖੀਤ ਹੈ ਅਨੇਕ ਛਿੱਦਰ, ਕਰੈ ਕਰਵਾ ਕੀ ਨਿੰਦਾ ਕੈਸੇ ਬਣੇ ਆਵੇ ਜੀ। ਬਿਰਖ ਬਬੂਰ ਭਰਪੂਰ ਬਹੁ ਸੂਰਨ ਸੈ, ਕਮਲੈ ਕੁਟੀਲੋ ਕਾ ਹੈ ਕਾਹੂ ਨਾ ਸੁਖਾਵੈ ਜੀ। ਜੈਸੇ ਉਪਹਾਸ ਕਰੈ ਬਾਇਸ ਮਰਾਲ ਪ੍ਰਤ, ਸ਼ਾਡ ਮੁਕ ਤਾਹਲ ਦੁਰਗੰਧ ਲੈ ਬੁਲਾਵੈ ਜੀ। ਤੈਸੇ ਹਉ ਮਹਾ ਅਪਰਾਧੀ ਅਪਰਾਧ ਭਰਿਓ, ਤੈਸੇ ਹਉ ਮਹਾ ਅਪਰਾਧੀ ਅਪਰਾਧ ਭਰਿਓ, ਸਗਲ ਸੰਸਾਰ ਕੋ ਬਿਕਾਰ ਮੋਹਿ ਭਾਵੈ ਜੀ। ਹੇ ਮਾਲਕ ਜੀ, ਮੈਂ ਤਾਂ ਸਾਰੇ ਦਰ ਛੱਡ ਕੇ ਆਪ ਦੇ ਦਰ ਦਾ ਆਸਰਾ ਤੱਕਿਆ ਹੈ, ਕਿਰਪਾ ਕਰੋ ਮੈਂ ਗਰੀਬ ਦੀ ਵੀ ਬਹੁੜੀ ਕਰੋ। ਸਗਲ ਦੁਆਰ ਕਉ ਛਾਡ ਕੈ ਗਇਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਕਿਉਂਕਿ ਤੁਹਾਡੇ ਵਰਗਾ ਮਾਲਕ ਸੰਸਾਰ ਉੱਪਰ ਕੋਈ ਹੋਰ ਹੈ ਨਹੀਂ, ਮੇਰੇ ਵਰਗਾ ਮੁਥਾਜ ਵੀ ਕੋਈ ਨਹੀਂ। ਹੇ ਸਤਿਗੁਰੂ, ਤੁਹਾਡੇ ਵਰਗਾ ਦਾਤਾ ਕੋਈ ਨਹੀਂ, ਮੇਰੇ ਵਰਗਾ ਮੰਗਤਾ ਵੀ ਸ਼ਾਇਦ ਕਿਤੇ ਨਾ ਲੱਭੇ। ਹੇ ਮਾਲਕ, ਮੇਰੇ ਵਰਗਾ ਆਤੁਰ, ਮੇਰੇ ਵਰਗਾ ਦੁਖੀਆ ਕੋਈ ਨਹੀਂ, ਪਰ ਦਾਤਾ ਜੀ ਤੁਹਾਡੇ ਵਰਗਾ ਮਿਹਰਬਾਨ ਵੀ ਸੰਸਾਰ ਤੇ ਹੋਰ ਹੈ ਨਹੀਂ, ਮੇਰੇ ਵਰਗਾ ਗਿਆਨਹੀਣ ਅਗਿਆਨੀ ਵੀ ਸ਼ਾਇਦ ਨਾ ਮਿਲੇ, ਪਰ ਤੁਹਾਡੇ ਵਰਗਾ ਗਿਆਨਵਾਨ ਵੀ ਕਿਤੇ ਨਹੀਂ। ਹੇ ਸਤਿਗੁਰੂ, ਮੇਰੇ ਵਰਗਾ ਕਰਮਾਂ ਧਰਮਾਂ ਤੋਂ ਡਿੱਗਿਆ ਪਾਪੀ ਸ਼ਾਇਦ ਕੋਈ ਨਾ ਹੋਵੇ, ਪਰ ਤੁਹਾਡੇ ਵਰਗਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਵੀ ਹੋਰ ਕੋਈ ਨਹੀਂ। ਹੇ ਦੀਨਾ ਬੰਧੂ ਜੀ, ਮੇਰੇ ਵਰਗਾ ਵਿਕਾਰੀ ਸੰਸਾਰ ਵਿੱਚ ਕੋਈ ਨਹੀਂ, ਪਰ ਤੁਹਾਡੇ ਵਰਗਾ ਉਪਕਾਰ ਕਰਨ ਵਾਲਾ ਵੀ ਕੋਈ ਨਹੀਂ, ਮੇਰੇ ਵਿੱਚ ਤਾਂ ਔਗਣ ਹੀ ਔਗਣ ਹਨ। ਪਰ ਦਾਤਾ ਜੀ, ਤੁਸੀਂ ਗੁਣਾਂ ਦੇ ਅਥਾਹ ਸਮੁੰਦਰ ਹੋ, ਆਪਣੇ ਕੀਤੇ ਔਗਣਾਂ ਕਰਕੇ ਤਾਂ ਮੈਂ ਨਰਕਾਂ ਨੂੰ ਜਾ ਰਿਹਾ ਹਾਂ, ਹੁਣ ਆਪ ਹੀ ਕਿਰਪਾ ਕਰਕੇ, ਆਪ ਜੀ ਦੀ ਹੀ ਓਟ ਤੇ ਆਪ ਜੀ ਦਾ ਹੀ ਆਸਰਾ ਹੈ, ਆਪ ਹੀ ਕਿਰਪਾ ਕਰਕੇ ਬਾਂਹ ਫੜ ਕੇ ਮੈਨੂੰ ਬਖਸ਼ ਦੇਵੋ ਜੀ। ਤੋਸੋ ਨਾ ਨਾਥ ਅਨਾਥ ਨਾਮੋ ਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ ਨਾ ਪਾਵਨ ਤੋਸੋ, ਮੋਸੋ ਬੇਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ। ਜਿਵੇਂ ਸਤਿਗੁਰੂ ਜੀ ਨੇ ਭਗਤਾਂ ਨੇ ਭਾਈ ਗੁਰਦਾਸ ਜੀ ਨੇ ਸਾਨੂੰ ਆਪਣੇ ਮਾਲਕ ਪ੍ਰਭੂ ਜੀ ਅੱਗੇ ਨਿਰਮਾਣਤਾ ਵਿੱਚ ਪਿਆਰ ਭਿੱਜੀ ਅਰਜੋਈ ਕਰਨ ਲਈ ਪੂਰਨੇ ਵਾਹ ਕੇ ਅਰਦਾਸ ਕਰਨ ਦਾ ਬਲ ਸਿਖਾਇਆ ਹੈ ਨਾ, ਤਰੀਕਾ ਦੱਸਿਆ ਹੈ, ਰਾਹ ਰੁਸ਼ਨਾਇਆ ਹੈ, ਮਾਰਗ ਦਰਸ਼ਨ ਕੀਤਾ ਹੈ, ਜੇ ਅਸੀਂ ਵੀ ਆਪਣੇ ਮਨ ਦੀ ਇਹੋ ਜਿਹੀ ਆਪਾ ਸਮਰਪਿਤ ਦਸ਼ਾ ਬਣਾ ਲਈਏ ਤੇ ਪੁਕਾਰੀਏ ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ, ਕਰ ਦਇਆ ਲਿਹੋ ਲੜ ਲਾਏ ਨਾਨਕਾ ਨਾਮ ਤੇ ਆਏ। ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ ਜਾਂਚੋ ਸੰਤ ਰਵਾਲ, ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਘੂਪ, ਗਹਿ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ, ਪ੍ਰਭ ਤੁਝ ਬਿਨਾ ਨਹੀਂ ਠਾਉ ਨਾਨਕਾ ਬਲ ਬਲ ਜਾਉ, ਲੋਭ ਮੋਹ ਬਾਦੀ ਦੇ ਬਿਨ ਭਜਨ ਹੋਵਤ ਖੇ, ਜਮ ਦੂਤ ਮਹਾ ਭਿਆਨ ਚਿਤ ਗੁਪਤ ਕਰਮੈ ਜਾਨ, ਦਿਨ ਰਹਿਣ ਸਾਖ ਸੁਣਾਏ ਨਾਨਕਾ ਹਰ ਸ਼ਰਨਾਏ, ਪੈ ਭੰਜਨਾ ਮੁਰਾਰ ਕਰ ਦਇਆ ਪਤਤ ਉਧਾਰ, ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤੈ ਸਮਾਹੇ, ਗਹਿ ਓਟ ਚਿਤ ਵੀ ਨਾਥ ਨਾਨਕਾ ਦੇ ਰੱਖ ਹਾਥ, ਹਰ ਗੁਣ ਨਿਦੇ ਗੋਪਾਲ ਸਰਬ ਘਟ ਪ੍ਰਤਪਾਲ, ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ, ਇਕ ਨਿਮਖ ਰਹਿਣ ਨਾ ਜਾਏ ਵਡਭਾਗ ਨਾਨਕ ਪਾਏ, ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ, ਜੋ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ, ਜੋ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ, ਜਿਉ ਤਰੁਣ ਭਰਤ ਪਰਾਨ ਜਿਉ ਲੋਭੀਐ ਧਨ ਦਾਨ, ਜਿਉ ਦੂਧ ਜਲੈ ਸੰਜੋਗ ਜੋ ਮਹਾ ਖੁਦਿਆਰਥ ਭੋਗ, ਜਿਉ ਮਾਤ ਪੂਤੈ ਹੇਤ ਹਰ ਸਿਮਰ ਨਾਨਕ ਨੇਤ, ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਸੰਗ, ਮੈਂਗਲੈ ਕਾਮੈ ਬੰਦ ਜਿਉ ਗ੍ਰਸਤ ਬਿਖਈ ਧੰਦ, ਜਿਉ ਜੁਆਰ ਬਿਸਨ ਨਾ ਜਾਏ ਹਰ ਨਾਨਕ ਇਹ ਮਨ ਲਾਏ, ਕੁਰੰਕ ਨਾਦੈ ਨੇਹੋ ਚਾਤਰਕ ਚਾਹਤ ਮੇਹੋ, ਜਨ ਜੀਵਨਾ ਸਤਸੰਗ ਗੋਬਿੰਦ ਭਜਨਾ ਰੰਗ,
ਰਸਨਾ ਬਖਾਨੈ ਨਾਮ ਨਾਨਕ ਦਰਸ਼ਨ ਦਾਨ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ ਸਮੂਹ ਕਰਤ ਉਧਾਰ ਸੰਸਾਰ ਉਤਰ ਸਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸ਼ਰਨ ਦੁਆਰ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸ਼ਰਨ ਦੁਆਰ ਜਦੋਂ ਧੁਰ ਅੰਦਰੋਂ ਹਉਮੈ ਤੇ ਮਾਇਆ ਦੇ ਦੂਤਾਂ ਤੋਂ ਛੁਟਕਾਰਾ ਲਈ ਸਮਰੱਥ ਸਤਿਗੁਰੂ ਦੇ ਚਰਨਾਂ ਵਿੱਚ ਪਿਆਰ ਵਿੱਚ ਮਨ ਤਨ ਅਰਪ ਧਰ ਦੀ ਵਿਧੀ ਨਾਲ ਅਸੀਂ ਗੁਰੂ ਚਰਨਾਂ ਵਿੱਚ ਜੋਦੜੀ ਅਰਦਾਸ ਤਰਲਾ ਬੇਨਤੀ ਕਰਾਂਗੇ ਗੁਰੂ ਜ਼ਰੂਰ ਆਪਣੇ ਬਿਰਧ ਦੀ ਲਾਜ ਪਾਲੇਗਾ ਫਿਰ ਬਾਂਹ ਪਕੜ ਠਾਕਰ ਹਉਂ ਕਿੱਦੀ ਗੁਣ ਅਵਗੁਣ ਨਾ ਪਛਾਣੇ ਤਥਾ ਬਾਂਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇਆ ਸਤਿਗੁਰੂ ਸਾਡੇ ਔਗੁਣਾਂ ਨੂੰ ਜ਼ਰੂਰ ਨਜ਼ਰ ਅੰਦਾਜ਼ ਕਰਕੇ ਮਾਇਆ ਦੇ ਪ੍ਰਭਾਵ ਅਤੇ ਹਉਮੈ ਦੇ ਦੀਰਘ ਰੋਗ ਤੋਂ ਛੁਟਕਾਰਾ ਬਖਸ਼ਿਸ਼ ਕਰ ਦੇਣਗੇ ਕਿਉਂਕਿ ਸਤਿਗੁਰੂ ਜੀ ਦਾ ਬਿਰਧ ਹੈ ਬਿਘਨ ਨਾ ਕੋ ਲਾਗਤਾ ਗੁਰਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਹਰ ਜਗਿਆਸੂ ਨੂੰ ਗੁਰੂ ਚਰਨਾਂ ਵਿੱਚ ਰਸਾਈ ਪ੍ਰਾਪਤ ਕਰਨ ਲਈ ਅਤੇ ਹਉਮੈ ਜਿਹੇ ਦੀਰਘ ਰੋਗ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਗੁਰੂ ਚਰਨਾਂ ਵਿੱਚ ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਕਿਵੇਂ ਕਰਨੀ ਹੈ ਅਰਦਾਸ ਛੋਟ ਸਿਆਣਪ ਸਗਲ ਮਨ ਧਨ ਅਰਪ ਧਰ ਇਸ ਮਾਰਗ ਨੂੰ ਅਪਣਾਉਣਾ ਚਾਹੀਦਾ ਹੈ। ਕਿਰਤ ਦੀ ਉਪਾਸ਼ਨਾ ਚੌਥਾ ਅਵਗੁਣ ਤਿਆਗਣ ਦਾ ਜੋ ਸਾਹਿਬਾਂ ਨੇ ਗੁਰੂ ਕੀ ਬਾਣੀ ਵਿੱਚ ਫਰਮਾਨ ਕੀਤਾ ਹੈ ਹੁਕਮ ਕੀਤਾ ਹੈ ਉਹ ਹੈ ਕਿਰਤ ਦੀ ਉਪਾਸ਼ਨਾ ਦਾ ਤਿਆਗ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬਾਂ ਨੇ ਕਿਰਤ ਨਾਲ ਜੁੜਨ ਤੋਂ ਵਰਜਿਆ ਹੈ। ਸਮੁੱਚੀ ਬਾਣੀ ਵਿੱਚ ਕਿਰਤ ਦੀ ਪੂਜਾ ਨਹੀਂ, ਕਿਰਤ ਦੀ ਸਿਫਤ ਸਲਾਹ ਨਹੀਂ, ਕਿਰਤ ਦੇ ਗੁਣ ਨਹੀਂ ਗਾਏ, ਕਿਰਤ ਨਾਲੋਂ ਤੋੜ ਕੇ ਕਰਤੇ ਨਾਲ ਜੋੜਿਆ ਹੈ। ਕਿਰਤ ਨਾਲੋਂ ਮੋਹ ਤਿਆਗ ਕੇ ਕਰਤੇ ਨਾਲ ਪਿਆਰ ਪਾਉਣ ਦਾ ਸੱਦਾ ਸਾਹਿਬਾਂ ਨੇ ਸਮੁੱਚੀ ਗੁਰੂ ਬਾਣੀ ਵਿੱਚ ਦਿੱਤਾ ਹੈ ਕਿਉਂਕਿ ਕਰਤਾ ਸਦੀਵੀ ਸੱਚਾ ਹੈ, ਸਥਿਰ ਹੈ, ਕਿਰਤ ਨਾਸ਼ਵੰਤ ਅਤੇ ਮਿਥਿਆ ਹੈ। ਇਸ ਲਈ ਸਾਰੀ ਗੁਰੂ ਕੀ ਬਾਣੀ ਵਿੱਚ ਸੱਚ ਨਾਲ ਕਰਤਾਰ ਨਾਲ ਉਸ ਕਰਤੇ ਨਾਲ ਜੁੜਨ ਦੀ ਅਗਵਾਈ ਦਿੱਤੀ ਹੈ ਅਤੇ ਹੁਕਮ ਕੀਤਾ ਹੈ ਕਿ ਮਨ ਮੇਰੇ ਕਰਤੇ ਨੂੰ ਸਲਾਹੇ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਥੋੜਾ ਵਿਸਥਾਰ ਨਾਲ ਵਾਚੀਏ, ਸੰਸਾਰ ਵਿੱਚ ਕਰਤਾ ਇੱਕ ਹੈ, ਦੂਜੀ ਹੈ ਕਿਰਤ। ਦੋ ਹੀ ਚੀਜ਼ਾਂ ਹਨ, ਇੱਕ ਕਰਤਾ ਹੈ, ਦੂਜੀ ਹੈ ਕਿਰਤ। ਸਾਰੀ ਦ੍ਰਿਸ਼ਟ ਅਦ੍ਰਿਸ਼ਟ ਕਿਰਤ ਦਾ ਇੱਕ ਕਰਤਾ ਹੈ। ਉਹ ਸਾਰੀ ਕਿਰਤ ਉਸ ਕਰਤੇ ਵਾਹਿਗੁਰੂ ਜੀ ਦੀ ਹੈ। ਉਹ ਕਰਤਾ ਸਾਰੀ ਕਿਰਤ ਨੂੰ ਰਚ ਕੇ ਕਿਰਤ ਵਿੱਚ ਆਪ ਬਿਰਾਜਮਾਨ ਹੋ ਕੇ ਜਗਤ ਕਿਰਤ ਦੇ ਤਮਾਸ਼ੇ ਨੂੰ ਚਲਾ ਕੇ ਵੇਖ ਰਿਹਾ ਹੈ, ਜਿਸ ਦਾ ਸੰਕੇਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਨੇ ਆਸਾ ਜੀ ਦੀ ਵਾਰ ਵਿੱਚ ਬਖਸ਼ਿਸ਼ ਕੀਤਾ ਹੈ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਭਾਵੇਂ ਸਾਨੂੰ ਯਕੀਨ ਜਾਂ ਭਰੋਸਾ ਆਵੇ ਜਾਂ ਨਾ, ਪਰ ਅਸਲੀਅਤ ਵਿੱਚ ਅਸੀਂ ਸਾਰੇ ਕਰਤੇ ਤੋਂ ਹੋਂਦ ਵਿੱਚ ਆਏ ਹਾਂ। ਸਾਡੇ ਅੰਦਰ ਸਾਡੇ ਬਾਹਰ ਦ੍ਰਿਸ਼ਟ ਅਦ੍ਰਿਸ਼ਟ ਵਿੱਚ ਕਰਤਾ ਹੀ ਵਰਤ ਰਿਹਾ ਹੈ। ਮਾਇਆ ਦੇ ਭੁਲੇਵੇ ਕਾਰਨ ਕਰਤਾ ਸਾਡੀ ਚੇਤਨ ਸ਼ਕਤੀ ਤੋਂ ਵੱਖ ਹੋ ਗਿਆ ਹੈ, ਜਿਸ ਕਾਰਨ ਅਸੀਂ ਕਰਤੇ ਨਾਲੋਂ ਟੁੱਟ ਕੇ ਕਿਰਤ ਨੂੰ ਹੀ ਸੱਚ ਮੰਨੀ ਬੈਠੇ ਹਾਂ, ਕਿਰਤ ਨਾਲ ਮੋਹ ਪਿਆਰ ਪਾ ਬੈਠੇ ਹਾਂ। ਕਿਰਤ ਨਾਸ਼ਵੰਤ ਝੂਠੀ ਹੈ, ਕਰਤਾ ਅਵਿਨਾਸ਼ੀ ਅਤੇ ਸਦਾ ਥਿਰ ਰਹਿਣ ਵਾਲਾ ਹੈ। ਮਾਰੂ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਸਾਡੀ ਸਿਮਰਤੀ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਅਤੇ ਜਗਤ ਕਿਰਤ ਨੂੰ ਨਾਸ਼ਵੰਤ ਦਰਸਾਉਣ ਅਤੇ ਕਰਤੇ ਦੀ ਲਖਤਾ ਕਰਵਾਉਣ ਲਈ ਸਾਹਿਬਾਂ ਨੇ ਗੁਰੂ ਕੀ ਬਾਣੀ ਵਿੱਚ ਚਾਰ ਉਪਮਾਨ ਵਰਤੇ ਹਨ। ਪਹਿਲਾ ਹੈ ਕਰਤਾ ਸੱਚ ਹੈ, ਸਦੀਵੀ ਹੈ, ਕਿਰਤ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਝੂਠ ਮਿਥਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣ ਮੀਤ। ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣ ਮੀਤ। ਦੂਸਰਾ ਉਪਮਾਨ ਵਰਤਿਆ ਹੈ ਕਰਤਾ ਅਵਿਨਾਸੀ ਤੇ ਅਮਰ ਹੈ, ਕਿਰਤ ਸੁਪਨੇ ਵੱਤ ਨਾਸ਼ਵੰਤ ਹੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਪਾਵਨ ਬਚਨ ਹੈ, ਜਿਉਂ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਤੀਸਰਾ ਹੈ ਉਪਮਾਨ ਵਰਤਿਆ, ਕਰਤਾ ਸਦਾ ਥਿਰ ਰਹਿਣ ਵਾਲਾ ਹੈ ਤੇ ਕਿਰਤ ਇੱਕ ਰੇਤ ਦੀ ਦੀਵਾਰ ਹੈ ਜੋ ਥੋੜ ਚਿਰੀ ਹੈ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ। ਕਰਤਾ ਨਿਚਲ ਤੇ ਸਥਿਰ ਹੈ, ਕਿਰਤ ਬਿਜਲੀ ਦੀ ਲਿਸ਼ਕਾਰ ਦੀ ਤਰ੍ਹਾਂ ਚਲਾਇਮਾਨ ਹੈ। ਸਾਹਿਬਾਂ ਨੇ ਚੌਥਾ ਉਪਮਾਨ, ਚੌਥੀ ਉਦਾਹਰਣ ਵਰਤੀ ਹੈ, ਬਿਜਲੀ ਦੀ ਲਿਸ਼ਕਾਰ, ਅਸਮਾਨੀ ਬਿਜਲੀ ਦੀ ਲਿਸ਼ਕਾਰ ਦੀ ਤਰ੍ਹਾਂ ਚਲਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 319 ਉੱਪਰ ਅੰਕਿਤ ਹੈ, ਦਾਮਨੀ ਚਮਤਕਾਰ ਤਿਉਂ ਵਰਤਾਰਾ ਜਗ ਖੇ, ਵੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ। ਗੋਂਡ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਤ ਦੇ ਕਰਤੇ ਪ੍ਰਤੀ ਬੜੇ ਵਿਸਥਾਰ ਨਾਲ ਬਿਆਨ ਕੀਤਾ ਹੈ ਕਿ ਹੇ ਗੁਰਮੁਖ ਜਨੋ, ਸਭ ਕੁਝ ਦਾ ਕਰਨਹਾਰ ਕਰਤਾ ਵਾਹਿਗੁਰੂ ਹੈ, ਸਾਰਿਆਂ ਵਿੱਚ ਰਮਿਆ ਹੋਣ ਕਾਰਨ ਹਰੇਕ ਚੀਜ਼ ਤੇ ਰਸ ਦਾ ਭੋਗਣਹਾਰ ਵੀ ਕਰਤਾ ਹੀ ਹੈ, ਸਾਰੀ ਕਿਰਤ ਵਿੱਚ ਵਿਆਪਕ ਹੋਣ ਕਰਕੇ ਕਰਤਾ ਆਪ ਹੀ ਵੇਖ ਰਿਹਾ ਹੈ, ਆਪ ਹੀ ਸੁਣ ਰਿਹਾ ਹੈ। ਜੋ ਵੀ ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ ਹੈ, ਸਭ ਕਰਤੇ ਦਾ ਆਪਣਾ ਹੀ ਰੂਪ ਹੈ। ਸਾਰੇ ਜਗਤ ਦੀ ਰਚਨਾ ਕਰਨ ਵਾਲਾ ਵੀ ਕਰਤਾ ਹੈ ਅਤੇ ਨਾਸ਼ ਕਰਨ ਵਾਲਾ ਵੀ ਕਰਤਾ ਹੈ। ਸਾਰਿਆਂ ਵਿੱਚ ਵਿਆਪਕ ਰਮਿਆ ਹੋਇਆ ਇੱਕ ਕਰਤਾ ਹੀ ਹੈ ਅਤੇ ਵਿਆਪਕ ਹੁੰਦਿਆਂ ਹੋਇਆਂ ਵੀ ਉਹ ਨਿਰਲੇਪ ਹੈ, ਹੋਰ ਕੋਈ ਨਹੀਂ। ਸਭ ਵਿੱਚ ਕਰਤਾ ਹੀ ਬੋਲਦਾ ਅਤੇ ਸੋਝੀ ਦੇਣ ਅਤੇ ਸਮਝਣ ਵਾਲਾ ਵੀ ਕਰਤਾ ਹੀ ਹੈ, ਕੈਸਾ ਕਮਾਲ ਹੈ। ਸੰਸਾਰ ਵਿੱਚ ਜਨਮ ਲੈਣ ਵਾਲਾ ਵੀ ਕਰਤਾ ਤੇ ਇੱਥੋਂ ਜਾਣ ਵਾਲਾ ਵੀ ਕਰਤਾ, ਉਹ ਕਰਤਾ ਤਿੰਨਾਂ ਗੁਣਾਂ ਤੋਂ ਪਰੇ ਗੁਪਤ ਵੀ ਆਪ ਹੈ ਅਤੇ ਤ੍ਰਿਗੁਣੀ ਮਾਇਆ ਦਾ ਪ੍ਰਭਾਵੀ ਪ੍ਰਗਟ ਰੂਪ ਵੀ ਆਪ ਕਰਤਾਰ ਹੀ ਹੈ। ਗੁਰੂ ਮਿਹਰ ਨਾਲ ਸਭ ਨੂੰ ਬਿਨਾਂ ਬਿਤਕਰੇ ਸਮਦ੍ਰਿਸ਼ਟੀ ਨਾਲ ਵੇਖਣ ਵਾਲਾ ਵੀ ਆਪ ਹੀ ਕਰਤਾ ਹੈ, ਕੈਸੀ ਹੈ ਕਰਤੇ ਦੀ ਅਸਚਰਜ ਖੇਡ। ਗੋਂਡ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 862 ਉੱਪਰ ਅੰਕਿਤ ਹੈ, ਸਭ ਕਰਤਾ ਸਭ ਭੁਗਤਾ ਰਹਾਉ, ਸੁਨ ਤੋ ਕਰਤਾ ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ, ਉਪਤ ਕਰਤਾ ਪਰਲੋ ਕਰਤਾ, ਵਿਆਪਤ ਕਰਤਾ ਅਲਿਪਤੋ ਕਰਤਾ, ਬਕਤੋ ਕਰਤਾ ਬੂਜਤ ਕਰਤਾ, ਆਵਤ ਕਰਤਾ ਜਾਤ ਭੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ। ਸੁਖਮਨੀ ਸਾਹਿਬ ਵਿੱਚ ਆਪਾਂ ਅਕਸਰ ਪੜ੍ਹਦੇ ਹਾਂ ਕਿ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ